ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਇਤਿਹਾਸ ਵਿੱਚ ਆਪ ਜੀ ਦਾ ਸਵਾਗਤ ਹੈ। ਮੈਂ ਆਪਣਾ ਤੁਹਾਡਾ ਅਵਤਾਰ ਸਿੰਘ ਖੰਡਾ। ਅਸੀਂ ਹਰ ਵੀਕ ਦੇ ਵਿੱਚ ਇੱਕ ਵਾਰੇ ਪ੍ਰੋਗਰਾਮ ਕਰਦੇ ਹਾਂ ਅਤੇ ਤੁਹਾਡੇ ਰੂਬਰੂ ਕਰਦੇ ਹਾਂ ਕਿਸੇ ਨਾ ਕਿਸੇ ਗੈਸਟ ਨੂੰ ਅਤੇ ਗੱਲ ਕਰਦੇ ਹਾਂ ਇਤਿਹਾਸ ਦੀ, ਪੰਜਾਬ ਦੇ ਇਤਿਹਾਸ ਦੀ, ਹਿੰਦੁਸਤਾਨ ਦੇ ਇਤਿਹਾਸ ਦੀ ਅਤੇ ਸਿੱਖਾਂ ਦੇ ਇਤਿਹਾਸ ਦੀ। ਹਰ ਰੋਜ਼ ਹਰ ਵੀਕ ਕੋਈ ਨਾ ਕੋਈ ਐਪੀਸੋਡ ਲੈ ਕੇ ਆਉਂਦੇ ਹਾਂ ਅਤੇ ਅੱਜ ਅਸੀਂ ਜਿਹੜਾ ਇਤਿਹਾਸ ਲੈ ਕੇ ਆਏ ਹਾਂ ਸਾਡੇ ਪੰਜਾਬ ਦਾ, ਸਾਡੀ ਸਿੱਖ ਕੌਮ ਦਾ ਸਿਰਮੋਰ ਇਤਿਹਾਸ ਹੈ, ਉਸ ਜਥੇਬੰਦੀ ਦਾ ਇਤਿਹਾਸ ਹੈ ਜਿਸ ਦੇ ਨਾਲ ਬਹੁਤ ਵੱਡੇ ਸਾਕੇ ਜੁੜੇ ਹੋਏ ਨੇ, ਬਹੁਤ ਵੱਡੀਆਂ ਕਹਾਣੀਆਂ ਜੁੜੀਆਂ ਹੋਈਆਂ ਨੇ, ਵਰਤਮਾਨ ਜੁੜਿਆ ਹੋਇਆ ਹੈ ਅਤੇ ਆਉਣ ਵਾਲਾ ਫਿਊਚਰ ਜੁੜਿਆ ਹੋਇਆ ਹੈ। ਪੰਜਾਬ ਦੀ ਨੌਜਵਾਨੀ ਤੋਂ ਲੈ ਕੇ ਪੰਜਾਬ ਦੇ ਬਜ਼ੁਰਗਾਂ ਤੱਕ ਹਰ ਇੱਕ ਇਨਸਾਨ ਉਸ ਜਥੇਬੰਦੀ ਨਾਲ ਜੁੜਿਆ ਹੋਇਆ, ਕਿਉਂਕਿ ਉਹ ਜਥੇਬੰਦੀ ਸਿੱਖਾਂ ਦੀ ਸਿਰਮੋਰ ਜਥੇਬੰਦੀ ਸੀ। ਉਸ ਜਥੇਬੰਦੀ ਬਾਰੇ ਗੱਲ ਕਰਾਂਗੇ, ਕਿੱਥੋਂ ਉਹ ਜਥੇਬੰਦੀ ਸ਼ੁਰੂਆਤ ਹੋਈ, ਕਿੱਥੇ ਕਿੱਥੇ ਉਸ ਜਥੇਬੰਦੀ ਵਿੱਚ ਘੁਸਪੈਠ ਹੋਈ ਅਤੇ ਕਿਵੇਂ ਉਹ ਜਥੇਬੰਦੀ ਦਾ ਗਰਾਫ ਥੱਲੇ ਆਉਂਦਾ ਗਿਆ ਅਤੇ ਕਿਸ ਤਰ੍ਹਾਂ ਉਹ ਜਥੇਬੰਦੀ ਲੋਕਾਂ ਦੇ ਮਨੋਂ ਲੈ ਗਈ ਅਤੇ ਅੱਜ ਉਸ ਜਥੇਬੰਦੀ ਦਾ ਕੀ ਹਾਲ ਹੈ ਅਤੇ ਉਸਨੂੰ ਜੇ ਅਸੀਂ ਮੁੜ ਸੁਰਜਿਤ ਕਰਨਾ ਹੋਵੇ ਤਾਂ ਸਾਨੂੰ ਕੀ ਕਰਨਾ ਪਵੇਗਾ, ਕਿਹੜੀਆਂ ਕਿਹੜੀਆਂ ਲੋੜਾਂ ਹੋਊ, ਇਸ ਬਾਰੇ ਅਸੀਂ ਅੱਜ ਸਾਡੇ ਗੈਸਟ ਜਿਹੜੇ ਆਏ ਹੋਏ ਨੇ ਉਹਨਾਂ ਦੇ ਨਾਲ ਹੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਵਾਂਗੇ। ਅੱਜ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਨੇ ਸਰਦਾਰ ਸਰਬਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਤੁਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆਏ ਤੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ। KTV ਦਾ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਖੰਡਾ ਸਾਹਿਬ, ਆਪ ਜੀ ਨੇ ਯੋਗ ਸਮਝਿਆ ਪ੍ਰੋਗਰਾਮ ਦਾ ਹਿੱਸਾ ਬਣਾਉਣ ਲਈ। ਸਰਬਜੀਤ ਸਿੰਘ ਜੀ, ਤੁਸੀਂ ਜਿਹੜੀ ਅਸੀਂ ਜਥੇਬੰਦੀ ਦੇ ਨਾਲ ਗੱਲ ਕਰਨੀ, ਉਹਨਾਂ ਦੇ ਨਾਲ ਜੁੜੇ ਹੋਏ, ਕਿਉਂਕਿ ਹਰੇਕ ਸਿੱਖ ਹੀ ਉਹਦੇ ਨਾਲ ਜੁੜਿਆ ਹੋਇਆ, ਪੰਜਾਬੀ ਹਰੇਕ ਉਹਦੇ ਨਾਲ ਜੁੜਿਆ ਹੋਇਆ ਹੈ। ਅਸੀਂ ਦਰਸ਼ਕਾਂ ਨੂੰ ਪਹਿਲਾਂ ਗੱਲ ਕਰਦੇ ਹਾਂ ਉਸ ਜਥੇਬੰਦੀ ਬਾਰੇ, ਉਹ ਜਥੇਬੰਦੀ ਜਿਹੜੀ 1920 ਦੇ ਵਿੱਚ ਉਸਨੇ ਆਪਣਾ ਜਿਹੜਾ ਸੀਗਾ ਰਾਹ ਚੁਣਿਆ ਸੀ, ਜਿੱਥੋਂ ਉਹਨਾਂ ਦਾ ਪੈਂਡਾ ਸ਼ੁਰੂ ਹੁੰਦਾ, ਜਦੋਂ ਉਹ ਜਥੇਬੰਦੀ ਅੰਮ੍ਰਿਤਸਰ ਦੇ ਵਿੱਚ, ਕਿਉਂਕਿ ਉਸ ਸਮੇਂ ਇੱਕ ਬਹੁਤ ਵੱਡਾ ਸਾਕਾ ਹੋਇਆ ਸੀ, ਜਿਵੇਂ ਅੱਜ ਸਾਡੇ ਗੁਰੂ ਘਰ ਉਹਨਾਂ ਦੇ ਉੱਤੇ ਸਰਕਾਰ ਦੇ ਕਰਿੰਦੇ ਕਾਬਜ਼ ਹੋਏ ਨੇ, ਇਹੀ ਸਮਾਂ 1920 ਦੇ ਦੌਰ ਵਿੱਚ ਸੀ। ਉਸ ਵੇਲੇ ਦੀ ਜਿਹੜੀ ਸਿੱਖ ਲੀਡਰਸ਼ਿਪ ਸੀ, ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਸਾਨੂੰ ਇੱਕ ਅਜਿਹੀ ਜਥੇਬੰਦੀ ਦੀ ਲੋੜ ਹੈ ਜਿਹੜੀ ਸਿੱਖ ਕੌਮ ਦੀਆਂ ਮੁਸ਼ਕਲਾਂ ਨੂੰ ਹੱਲ ਕਰੇ, ਸਾਡੇ ਜਿਹੜੀਆਂ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਉਭਾਰੇ। ਅਤੇ ਗੁਰਦੁਆਰੇ, ਜਦੋਂ ਉਹ ਗੁਰਦੁਆਰੇ ਦੇ ਉੱਤੇ ਅੰਗਰੇਜ਼ੀ ਸਰਕਾਰ ਦੇ ਨਾਲ, ਬਰਤਾਨਵੀ ਸਰਕਾਰ ਦੇ ਨਾਲ ਮਹੰਤ ਕਾਬਜ਼ ਹੋ ਗਏ ਸੀ, ਉਹਨਾਂ ਤੋਂ ਗੁਰਦੁਆਰੇ ਕਿਵੇਂ ਛਡਾਏ ਜਾਣ। ਸਰਬਜੀਤ ਸਿੰਘ ਜੀ, ਸਭ ਤੋਂ ਪਹਿਲਾਂ ਇਹ ਗੱਲ ਸ਼ੁਰੂ ਕਰਾਂਗੇ ਅਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰੋਗੇ, ਕਦੋਂ, ਕਿਸ ਸਨ ਅਤੇ ਕਿਸ ਜਗ੍ਹਾ ਦੇ ਉੱਤੇ ਜਿਹੜੀ ਅੱਜ ਅਸੀਂ ਜਥੇਬੰਦੀ ਦੀ ਗੱਲ ਕਰ ਰਹੇ ਹਾਂ, ਸ਼੍ਰੋਮਣੀ ਅਕਾਲੀ ਦਲ ਦੀ, ਇਹ ਕਿੱਥੋਂ ਸਟਾਰਟ ਹੋਈ ਸੀ? ਖੰਡਾ ਸਾਹਿਬ, ਜਿਵੇਂ ਸ਼ੁਰੂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮੰਜੀਆਂ ਸਥਾਪਿਤ ਕੀਤੀਆਂ, ਮਸੰਦ ਸਥਾਪਿਤ ਕੀਤੇ, ਜੋ ਦਸਵੰਦ ਸੀਗਾ ਜੀ ਉਹ ਲੈ ਕੇ ਆਉਂਦੇ ਸੀਗੇ, ਉਹ ਨਿਰਧਾਰਿਤ, ਉਹ ਉਹਨਾਂ ਦਾ ਪਹਿਲਾਂ ਬਹੁਤ ਮਹੱਤਵਪੂਰਨ ਰੋਲ ਸੀਗਾ। ਸਮਾਂ ਪਾ ਕੇ ਮਸੰਦ ਅਤੇ ਮਹੰਤ ਅਯਾਸ਼ ਕਿਸਮ ਦੇ ਹੋ ਗਏ ਜੀ, ਅਤੇ ਗੁਰਦੁਆਰਿਆਂ ਦੇ ਵਿੱਚ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ, ਬਹੁਤ ਸਾਰੀਆਂ ਐਸੇ ਕੁਕਰਮ ਇਹੋ ਜਿਹੀਆਂ ਘਟਨਾਵਾਂ, ਖਾਸ ਕਰ ਨਨਕਾਣਾ ਸਾਹਿਬ ਵਿਖੇ ਹੋਈਆਂ, ਕਿਉਂਕਿ ਇਹਨਾਂ ਸਾਰਿਆਂ ਦਾ ਜਿਹੜਾ ਆਗੂ ਸੀ ਉਦੋਂ ਅੰਗਰੇਜ਼ੀ ਸਰਕਾਰ ਵੱਲੋਂ ਬਿਲਕੁਲ, ਅੰਗਰੇਜ਼ ਸਰਕਾਰ ਨੇ ਜਿਵੇਂ ਅੱਜ ਵਰਤਮਾਨ ਸਮੇਂ ਦੀਆਂ ਸਰਕਾਰਾਂ ਘੁਸਪੈਠ ਕਰਦੀਆਂ ਅਤੇ ਉਹ ਵੀ ਸਿੱਖਾਂ ਨੂੰ ਪਾੜ ਕੇ ਰੱਖਣ ਲਈ ਇਹੋ ਜਿਹੇ ਬੰਦਿਆਂ ਨੂੰ ਸ਼ਹਿ ਦੇ ਕੇ ਰੱਖਦੀਆਂ ਸੀਗੀਆਂ। ਫਿਰ 14 ਦਸੰਬਰ 1920 ਨੂੰ ਕਰਤਾਰ ਸਿੰਘ ਝੱਬਰ, ਜਥੇਦਾਰ ਕਰਤਾਰ ਸਿੰਘ ਝੱਬਰ ਸਾਹਿਬ ਦੀ ਅਗਵਾਈ ਵਿੱਚ ਇਹ ਇਕੱਠ ਹੋਇਆ ਅਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਗੁਰਦੁਆਰਿਆਂ ਦੇ ਸੁਧਾਰ ਲਈ ਸਾਨੂੰ ਇੱਕ ਸਿੱਖਾਂ ਦੀ ਰਾਜਸੀ ਜਮਾਤ ਕਾਇਮ ਕਰਨੀ ਬਹੁਤ ਜ਼ਰੂਰੀ ਬਣ ਚੁੱਕੀ ਆ, ਸਮੇਂ ਦੀ ਲੋੜ ਆ। ਦਰਸ਼ਕਾਂ ਨਾਲ ਅਸੀਂ ਇੱਥੇ, ਕਿਉਂਕਿ ਉਦੋਂ ਇੱਕ ਇਤਿਹਾਸਕ ਘਟਨਾ ਵਾਪਰੀ ਸੀ, ਜਦੋਂ ਇਕੱਠ ਹੋਇਆ ਸੀ ਤਾਂ ਪਹਿਲਾਂ ਇਹ ਸੋਚਿਆ ਗਿਆ ਸੀ ਕਿ ਬਈ ਨਾਮ ਕਿਹੜਾ ਰੱਖਿਆ ਜਾਵੇ ਜਥੇਬੰਦੀ ਦਾ, ਹਰੇਕ ਨੇ ਵੱਖਰਾ ਵੱਖਰਾ ਪ੍ਰਸਤਾਵ ਦਿੱਤਾ ਕਿ ਆਹ ਨਾਮ ਰੱਖਿਆ ਜਾਵੇ, ਆਹ ਨਾਮ ਰੱਖਿਆ ਜਾਵੇ। ਜਥੇਦਾਰ ਕਰਤਾਰ ਸਿੰਘ ਝੱਬਰ ਹੋਣਾ ਦਾ ਕਹਿਣਾ ਸੀ ਕਿ ਨਾਮ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਮੁਰਦਿਆਂ ਦੇ ਵਿੱਚ ਜਾਨ ਪਾ ਦੇਵੇ, ਜਿਹੜਾ ਕਿ ਇੱਕ ਜਿਹੜੇ ਕਹਿੰਦੇ ਹੁੰਦੇ ਨੇ ਜਿਨ੍ਹਾਂ ਦੀ ਜ਼ਮੀਰ ਮਰ ਚੁੱਕੀ ਸੀ ਉਹਦਾ ਨਾਮ ਸੁਣ ਕੇ ਉਹਨਾਂ ਦੇ ਵੀ ਲੂੰ ਕੰਡੇ ਖੜ੍ਹੇ ਹੋ ਜਾਣ ਅਤੇ ਉਹਨਾਂ ਦੀ ਵੀ ਜ਼ਮੀਰ ਜਾਗ ਪਵੇ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਉਦੋਂ ਨਾਮ ਚੁਣਿਆ ਗਿਆ ਸੀ। ਹਾਂਜੀ, ਉਹ ਪਹਿਲਾਂ ਜਿਵੇਂ ਜੇਕਰ ਆਉਂਦਾ ਸੀਗਾ ਸੇਵਾ ਦਲ ਜਾਂ ਹੋਰ ਇਹੋ ਜਿਹੇ ਨਾਵਾਂ ਦੀ ਗੱਲ ਆਉਂਦੀ ਸੀਗੀ,
ਤਾਂ ਫਿਰ ਜਥੇਦਾਰ ਸਾਹਿਬ ਕਹਿੰਦੇ ਸੀਗੇ ਕਿ ਜਿਵੇਂ ਅਸੀਂ ਗੁਰਦੁਆਰਿਆਂ ਦੇ ਸੁਧਾਰ ਲਈ ਇੱਕ ਸਿੱਖਾਂ ਦੀ ਸਿਆਸੀ ਜਮਾਤ ਖੜੀ ਕਰਨੀ, ਜਿਵੇਂ ਆਪ ਜੀ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਵਾਲਾ ਨਾਮ ਚੜ੍ਹਦੀ ਪ੍ਰਤੀਕ, ਕਲਾ ਨਾਮ ਚਾਹੀਦਾ ਪਹਿਲਾਂ ਉਹ ਅਕਾਲੀ ਦਲ ਮਤਲਬ ਆਇਆ, ਫਿਰ ਪਈ ਅਕਾਲੀ ਦਲ ਹੋਵੇ, ਫਿਰ ਉਹਨਾਂ ਨੇ ਅੱਗੇ ਸ਼੍ਰੋਮਣੀ ਜਿਵੇਂ ਹਾਂਜੀ ਸੁਪਰੀਮ ਆਪਾਂ ਸੁਪਰੀਮ ਇੰਗਲਿਸ਼ ਜੀ ਵਿੱਚ ਕਹਿ ਦਿੰਦੇ ਆ, ਸ਼੍ਰੋਮਣੀ ਅਕਾਲੀ ਦਲ ਇਹਦਾ ਨਾਂ ਫਿਰ ਜੋ ਤਜਵੀਜ਼ ਕੀਤਾ ਬਿਲਕੁਲ ਜੋ ਇਸ ਪ੍ਰਵਾਨ ਹੋਇਆ ਜਥੇਬੰਦੀ ਨੇ ਮੋਰਦਿਆਂ ਵਿੱਚ ਜਾਨ ਵੀ ਪਾਈ, ਹਾਂਜੀ ਵੱਡੇ ਵੱਡੇ ਮੋਰਚੇ ਹਾਂਜੀ ਪੰਜਾਬ ਦੇ ਲਈ ਵਿੱਢੇ। ਹਾਂਜੀ ਅੱਜ ਵੀ ਅਕਾਲੀ ਦਲ ਦੇ ਕਈ ਧੜੇ ਬਣ ਚੁੱਕੇ ਨੇ, ਜਿਨ੍ਹਾਂ ਚੋਂ ਕਈ ਧੜੇ ਤਾਂ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਦੇ ਨੇ ਤੇ ਕਈ ਧੜੇ ਅੱਜ ਵੀ ਲੋਕਾਂ ਦੀ ਆਵਾਜ਼ ਬਣ ਕੇ ਖੜੇ ਨੇ, ਜਿਹਦੇ ਬਾਰੇ ਅਸੀਂ ਹੋਰ ਪ੍ਰੋਗਰਾਮ ਦੇ ਅੰਤ ਦੇ ਤੱਕ ਜਿਹੜੇ ਜ਼ਿਕਰ ਕਰਨਾ ਹੈ। ਹਾਂਜੀ ਜਦੋਂ ਇਹ ਜਥੇਬੰਦੀ ਬਣੀ ਸੀਗੀ ਹਾਂਜੀ ਇਹਦੀ ਪਹਿਲੀ ਮੀਟਿੰਗ ਕਿਹੜੀ ਜਗ੍ਹਾ ਹੋਈ ਸੀ? ਇਹ 23 ਜਨਵਰੀ 1921 ਨੂੰ 2 ਦਿਨ ਲਈ ਮੀਟਿੰਗ ਬੁਲਾਈ ਗਈ ਸੀ, ਕਿਉਂਕਿ ਸਿੱਖਾਂ ਦਾ ਜਿਵੇਂ ਕਿਹਾ ਜਾਂਦਾ ਸਿੱਖੀ ਦਾ ਧੁਰਾ ਅੰਮ੍ਰਿਤਸਰ ਸਾਹਿਬ ਜੀ, ਸ਼੍ਰੀ ਅਕਾਲ ਤਖਤ ਸਾਹਿਬ, ਸ੍ਰੀ ਅਕਾਲ ਤਖਤ ਜਦੋਂ ਸਾਹਿਬ। ਕੌਮ ਦੇ ਉੱਤੇ ਕੋਈ ਬਿਪਤਾ ਪੈਂਦੀ ਹੈ ਜਾਂ ਕੌਮ ਵਿਰਸੇ ਨਾਲੋਂ ਟੁੱਟ ਚੁੱਕੀ ਹੁੰਦੀ ਹੈ, ਹਮੇਸ਼ਾ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਹੈ ਕਿ ਸਿੱਖਾਂ ਦਾ ਮੂੰਹ ਆਪਣੇ ਆਪ ਸ਼੍ਰੀ ਅਕਾਲ ਤਖਤ ਵੱਲ। ਜਿਵੇਂ ਆਪਾਂ ਅੰਮ੍ਰਿਤਸਰ ਵੱਲ ਨੂੰ ਇਧਰੋਂ ਜਾਂਦੇ ਹਾਂ ਨਾ, ਤੇ ਆਪਾਂ ਨੂੰ ਜਦੋਂ ਅੰਮ੍ਰਿਤਸਰ ਦੇ ਮਿਲਣੇ ਸ਼ੁਰੂ ਹੁੰਦੇ ਆ ਸਾਇਨ ਜੀ, ਤਾਂ ਕਿਤੇ ਨਾ ਕਿਤੇ ਲਿਖਿਆ ਨਾਲ ਆਉਂਦਾ ਸਿੱਖੀ ਦਾ ਧੁਰਾ ਅੰਮ੍ਰਿਤਸਰ। ਹਾਂਜੀ, ਤੇ ਉਹ ਅਕਾਲੀ ਦਲ ਨਾਲ ਉਦੋਂ ਵੀ ਬਰੈਕਟਾਂ ਵਿੱਚ ਅੰਮ੍ਰਿਤਸਰ ਲਫ਼ਜ਼ ਜ਼ਰੂਰ ਹੁੰਦਾ ਸੀ, ਕਿਉਂਕਿ ਹੈੱਡ ਆਫਿਸ ਅੰਮ੍ਰਿਤਸਰ ਵਿੱਚ ਹੁੰਦਾ ਸੀ, ਕਿਉਂਕਿ ਜਦੋਂ ਮੱਸਾ ਰੰਗੜ ਵੀ ਗੁਰਦੁਆਰਾ ਸਾਹਿਬ ਆ ਗਏ ਤੇ ਸਿੱਖਾਂ ਨੇ ਪੰਜਾਬ ਇੱਕ ਵਾਰ ਦਾ ਛੱਡ ਚੁੱਕੇ ਸੀ, ਪਰ ਫਿਰ ਜਦੋਂ ਲੱਗਿਆ ਕਿ ਦਰਬਾਰ ਸਾਹਿਬ ਸਿੱਖੀ ਨੂੰ ਜਿਹੜਾ ਵਾ ਇਹ ਖਤਮ ਕਰਨ ਦੀਆਂ ਚਾਲਾਂ ਚੱਲ ਰਹੇ ਤੇ ਸਿੱਖਾਂ ਦਾ ਮੂੰਹ ਫਿਰ ਦਰਬਾਰ ਸਾਹਿਬ ਵੱਲ ਹੋ ਗਿਆ ਸੀ। 1984 ਵੇਲੇ ਵੀ ਇਸੇ ਤਰ੍ਹਾਂ ਹੀ ਹੋਇਆ। ਹਾਂਜੀ, ਜਦੋਂ ਇਹ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ, ਅਕਾਲੀ ਦਲ ਜਦੋਂ ਸਟਾਰਟ ਹੋਇਆ ਪਹਿਲੀ ਵਾਰ ਹਾਂਜੀ ਜਦੋਂ 1920 ਤੇ 1920 ਦੇ ਵਿੱਚ ਸਟਾਰਟ ਹੋਇਆ ਤੇ 1921 ਦੇ ਵਿੱਚ ਇਹਦੀ ਪਹਿਲੀ ਮੀਟਿੰਗ ਹੋਈ ਸੀ ਜੀ। ਹਾਂਜੀ, ਮੈਂ ਮੇਰੇ ਖਿਆਲ ਚ 1921 ਚ ਹੋਈ ਜੇ ਮੈਂ ਠੀਕ ਹੋਵਾਂ। 23 ਜਨਵਰੀ 1921 ਨੂੰ 2 ਦਿਨ ਲਈ ਮੀਟਿੰਗ ਚੱਲੀ ਆ, ਫਿਰ 24 ਜਨਵਰੀ 1921 ਨੂੰ ਸੁਰਮੁਖ ਸਿੰਘ ਝਬਾਲ ਉਹਨਾਂ ਨੂੰ ਇਹਨਾਂ ਦੇ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਬਣਾਇਆ। ਉਹ ਪਹਿਲੇ ਕਿਉਂਕਿ ਅਸੀਂ ਕਈ ਵਾਰ ਪੜ੍ਹਦੇ ਹੁੰਦੇ ਹਾਂ ਕਿ ਹਮੇਸ਼ਾ ਇਹੀ ਸਮਝ ਆਇਆ ਕਰਤਾਰ ਸਿੰਘ ਝੱਬਰ ਹੋਣੀ ਪਹਿਲੇ ਜਥੇਦਾਰ ਸੀ, ਪਰ ਸੁਰਮੁਖ ਸਿੰਘ ਜਿਹੜੇ ਹੋਣੇ ਉਹ ਪਹਿਲੇ ਜਥੇਦਾਰ ਜੋ ਲਿਖਤਾਂ ਵਿੱਚ ਮਿਲਦਾ ਉਹ ਤੇ ਉਹ ਮਿਲਦਾ ਕਿ ਸੁਰਮੁਖ ਸਿੰਘ ਝਬਾਲ, ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਬੰਦਾ ਜਥੇਬੰਦੀ ਨੂੰ ਚਲਾਉਣ ਜਾ ਰਿਹਾ। ਜਦੋਂ ਅਸੀਂ ਸਾਕਾ ਨਨਕਾਣਾ ਸਾਹਿਬ ਵੇਲੇ ਕਰਤਾਰ ਸਿੰਘ ਝੱਬਰ ਹੋਣਾਂ ਨੇ ਮੂਹਰਲੀ ਕਤਾਰ ਦੇ ਵਿੱਚ ਹੋ ਕੇ ਜਿਹੜਾ ਉਹ ਸੰਘਰਸ਼ ਵਿੱਢਿਆ ਸੀ ਤੇ ਕਾਮਯਾਬੀ ਵੀ ਹਾਸਲ ਹੋਈ ਸੀਗੀ ਉਹਨਾਂ ਨੂੰ ਇਸ, ਕਿਉਂਕਿ ਕਰਤਾਰ ਸਿੰਘ ਝੱਬਰ ਜਿਨ੍ਹਾਂ ਦੀ ਬੈਕਗਰਾਉਂਡ ਜਿਹੜੀ ਸੀਗੀ ਉਹ ਜੇ ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹੋਗੇ ਤਾਂ ਉਹ ਇੱਕ ਵਿਗੜੇ ਹੋਏ ਜੇ ਨੌਜਵਾਨ ਕਹਿ ਸਕਦੇ, ਵਿਗੜਿਆ ਵੀ ਜਿਹੜਾ ਕਹਿ ਨੌਜਵਾਨ ਆਪਣੇ ਸੰਘਰਸ਼ ਆਪਣੇ ਸੰਘਰਸ਼ ਨਾਲੋਂ ਜਾਂ ਆਪਣੇ ਇਤਿਹਾਸ ਕੌਮ ਦੇ ਨਾਲੋਂ ਟੁੱਟਿਆ ਉਹ ਨੌਜਵਾਨ ਕਹਿ ਸਕਦੇ ਜੇ ਇਹ ਨੌਜਵਾਨ ਸੀਗੇ, ਪਰ ਅੱਜ ਜਦੋਂ ਉਹਨਾਂ ਨੇ ਇਤਿਹਾਸ ਕੌਮ ਦੇ ਨਾਲ ਜੁੜੇ ਜਦੋਂ ਪਤਾ ਲੱਗਿਆ ਕੌਮ ਦੇ ਉੱਤੇ ਭੀੜ ਪਈ ਹੈ ਤੇ ਅੱਜ ਦੇਖ ਲਓ ਜਥੇਦਾਰ ਕਰਤਾਰ ਸਿੰਘ ਝੱਬਰ ਹੋਣਾ ਦਾ ਨਾਂ ਕਿੰਨੇ ਸਨਮਾਨ ਦੇ ਨਾਲ ਲਿਆ ਜਾਂਦਾ, ਇੰਸਪੀਰੇਸ਼ਨ ਲੈਂਦੇ ਨੇ ਲੋਕ ਉਹਨਾਂ ਤੋਂ। ਹਾਂ, ਇਹ ਤਾਂ ਇਤਿਹਾਸ ਵਿੱਚ ਵਾਰ ਵਾਰ ਜ਼ਿਕਰ ਮਿਲਦਾ ਇਹੋ ਜਿਹੀਆਂ ਘਟਨਾਵਾਂ ਦਾ, ਗੱਲਾਂ ਦਾ। ਫਿਰ ਇਸੇ ਤਰ੍ਹਾਂ ਧਰਮ ਯੁੱਧ ਮੋਰਚੇ ਦੇ ਵਿੱਚ ਜਿਹਨਾਂ ਨੌਜਵਾਨਾਂ ਨੂੰ ਘਰ ਦੇ ਵੀ ਕਈ ਵਾਰੀ ਕਹਿੰਦੇ ਸੀਗੇ ਕਿ ਅਵਾਰਾ ਫਿਰਦੇ ਰਹਿੰਦੇ ਆ, ਕੋਈ ਕੰਮ ਨਹੀਂ ਕਰਦੇ, ਜਾਂ ਕਈ ਵਾਰੀ ਆਪਣੇ ਸਿੱਖ ਅੰਮ੍ਰਿਤਧਾਰੀ ਸਿੱਖ ਵੀ ਕਹਿੰਦੇ ਪਤਿਤ ਨੌਜਵਾਨ ਆ, ਸੰਤ ਜੀ ਦੀਆਂ ਸਪੀਚਾਂ ਉਹਨਾਂ ਨੇ ਉਹਨਾਂ ਨੂੰ ਇਹੋ ਜਿਹਾ ਪ੍ਰਭਾਵਿਤ ਕੀਤਾ ਅਤੇ ਉਹ ਨੌਜਵਾਨ ਸੰਤ ਜੀ ਦੇ ਨਾਲ ਮਿਲ ਕੇ ਧਰਮ ਯੁੱਧ ਮੋਰਚੇ 'ਚ ਐਸਾ ਯੋਗਦਾਨ ਪਾਇਆ ਕਿ ਇਤਿਹਾਸ ਸਿਰਜ ਗਏ। ਸਰਬਜੀਤ ਸਿੰਘ ਜੀ, ਦੇਖੋ ਅੱਜ ਆਪਾਂ ਇਤਿਹਾਸ ਦੀ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਉਦੋਂ ਹੋਇਆ ਸੀ ਜਦੋਂ ਨਰੈਣੂ ਮਹੰਤਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਬੇਅਦਬੀ ਹੋ ਰਹੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਸੀ, ਉੱਥੋਂ ਆਗਾਜ਼ ਹੋਇਆ ਤੇ ਅੱਜ ਜੇ ਦੇਖੀਏ ਰਵਾਇਤੀ ਅਕਾਲੀ ਦਲ ਦਾ ਖਾਤਮਾ ਹੋ ਚੁੱਕਿਆ, ਫਿਰ ਇੰਨੀ ਬੁਰੀ ਤਰ੍ਹਾਂ ਹਾਰੀ ਤੇ ਉੱਥੋਂ ਇਹ ਕਾਰਨ ਵੀ ਉਹੀ ਬਣਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਹਾਂਜੀ, ਕਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਈ ਸਟੈਂਡ ਲਿਆ ਸੀ ਰੋਕਣ ਦੇ ਲਈ ਤੇ ਕਿੱਥੇ ਇਹਨਾਂ ਨੇ ਆਪ ਉਹਨਾਂ ਦਾ ਸਾਥ ਦਿੱਤਾ ਦੋਸ਼ੀਆਂ ਦਾ। ਉਹ ਇਹੀ ਤਾਂ ਗੱਲ ਆਉਂਦੀ ਨਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ। ਸਿਆਣੇ ਲੋਕ ਉਹ ਹੁੰਦੇ ਆ ਜੋ ਇਤਿਹਾਸ ਤੋਂ ਸਬਕ ਸਿੱਖ ਕੇ ਅੱਗੇ ਤੋਂ ਆਪਣਾ ਜਾਂ ਆਪਣੀ ਕੌਮ ਦਾ ਭਵਿੱਖ ਸੁਰੱਖਿਅਤ ਬਣਾਉਂਦੇ। ਇਸੇ ਤਰ੍ਹਾਂ ਇਹ ਮਹੰਤ ਤੇ ਮਸੰਦ ਸੀਗੇ। ਸ਼ੁਰੂਆਤੀ ਤੌਰ ਤੇ ਤਾਂ ਗੁਰੂ ਸਾਹਿਬ ਨੇ ਮਸੰਦਾਂ ਦੀ ਸਥਾਪਨਾ ਕੀਤੀ ਸੀ, ਦਸਵੰਧ ਜਾਂ ਸਾਰਾ ਕੁਛ ਕੰਮ ਵੀ ਬਹੁਤ ਵਧੀਆ ਕਰਦੇ ਸੀਗੇ। ਇਸੇ ਤਰ੍ਹਾਂ ਉਹ ਸਮਾਂ ਪਾ ਕੇ ਅੱਜ ਜੇ ਕਿਸੇ ਨੂੰ ਮਸੰਦ ਲਫ਼ਜ਼ ਕਹਿ ਦਿੱਤਾ ਜਾਵੇ ਤੇ ਗਾਲ ਦੀ ਤਰ੍ਹਾਂ ਲੱਗਦਾ। ਬਿਲਕੁਲ ਜੀ, ਇਸੇ ਤਰ੍ਹਾਂ ਸਮਾਂ ਪਾ ਕੇ ਇਹ ਜਿਹੜਾ ਅਕਾਲੀ ਦਲ ਸੀਗਾ ਤੇ ਜਦੋਂ 1995 ਵਿੱਚ ਇਹਨਾਂ ਨੇ ਮੋਗਾ ਦੀ ਦਾਣਾ ਮੰਡੀ ਵਿੱਚ ਕਹਿ ਦਿੱਤਾ ਕਿ ਅੱਜ ਤੋਂ ਇਹ ਪੰਜਾਬ ਪਾਰਟੀ ਆ, ਅੱਜ ਤੋਂ ਅਸੀਂ ਧਰਮ ਯੁੱਧ ਮੋਰਚਾ ਵਾਪਸ ਲੈਂਦੇ ਹਾਂ, ਅੱਜ ਤੋਂ ਸਾਡੇ ਪਾਰਟੀ ਦੇ ਅਧਿਕਾਰਤ ਬਿਆਨਾਂ ਵਿੱਚ ਪੰਥ ਲਫ਼ਜ਼ ਨਹੀਂ ਸ਼ਾਮਲ ਹੋਊਗਾ। ਜਦੋਂ ਅਕਾਲੀ ਦਲ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਉਦੋਂ ਜਿਹੜੇ ਅਕਾਲੀ ਦਲ ਦੇ ਲੀਡਰ ਸੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇਹ ਐਲਾਨ ਮਤਾ ਜਿਹੜਾ ਪਾਸ ਕੀਤਾ ਸੀ ਕਿ ਵੀ ਅਕਾਲੀ ਦਲ ਜਿਹੜੀ ਹੈਗੀ ਉਹ ਸਿੱਖਾਂ ਦੀ ਪਾਰਟੀ ਹੈ ਤੇ ਇਹਦੇ ਵਿੱਚ ਕੋਈ ਵੀ ਹੋਰ
ਕਿਸੇ ਫਿਰਕੇ ਦਾ ਜਿਹੜਾ ਜਥੇਬੰਦੀ ਦਾ ਜਾਂ ਫਿਰਕੇ ਕਿਸੇ ਹੋਰ ਦਾ ਬੰਦਾ ਜਿਹੜਾ ਉਹ ਮੈਂਬਰ ਨਹੀਂ ਬਣ ਸਕਦਾ ਸੀ, ਕਿਉਂਕਿ ਇਹ ਵਿਸ਼ੇਸ਼ ਤੌਰ 'ਤੇ ਸਿੱਖਾਂ ਦੀ ਪਾਰਟੀ ਸੀ ਅਤੇ ਇਹਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਰੋਲ ਸੀਗਾ ਕਿ ਅੰਮ੍ਰਿਤਧਾਰੀ ਸਿੱਖ ਜਿਹੜਾ ਉਦੋਂ ਲਿਆ ਜਾਂਦਾ ਸੀ। ਸ਼ੁਰੂਆਤੀ ਤੌਰ 'ਤੇ ਇਹੀ ਸੀਗਾ ਕਿ ਅੰਮ੍ਰਿਤਧਾਰੀ ਸਿੱਖ ਇਹਦੇ ਮੈਂਬਰ ਹੋਣੇ ਚਾਹੀਦੇ, ਈਵਨ ਪਰਿਵਾਰ 'ਤੇ ਵੀ ਕੰਡੀਸ਼ਨ ਸੀਗੀਆਂ ਕਿ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋਵੇ। ਅੱਜ ਜੇ ਮੌਜੂਦਾ ਦੇਖਿਆ ਜਾਵੇ ਤਾਂ ਤੋ ਪਿੱਛੇ ਜਿਹਾ ਇੱਕ ਹੋਲੀ ਦੀ ਫੋਟੋ ਆਈ ਸੀਗੀ ਕਿ ਜਿਹਦੇ ਵਿੱਚ ਮੌਜੂਦਾ ਪ੍ਰਧਾਨ ਇਹ ਬਿਨਾਂ ਦਸਤਾਰ ਤੋਂ ਖੜੇ ਆ ਅਤੇ ਜਿਵੇਂ ਉਹਨਾਂ ਦੇ ਕੱਪੜੇ ਪਹਿਰਾਵਾ ਆ ਅਤੇ ਉਹਨਾਂ 'ਚੋਂ ਕਿਤੇ ਵੀ ਮਤਲਬ ਸ੍ਰੀ ਸਾਹਿਬ ਜਾਂ ਗਾਤਰੇ ਦੀ ਝਲਕ ਨਹੀਂ ਪੈਂਦੀ। ਕਹਿੰਦੇ ਸੀ ਮੈਂ ਕਦੇ ਸਿਰ ਤੋਂ ਚੁੰਨੀ ਨਹੀਂ ਲੈਣ ਦਿੱਤੀ ਅਤੇ ਜਦੋਂ ਸਾਡੇ ਇੰਗਲੈਂਡ ਦੀਆਂ ਸੜਕਾਂ 'ਤੇ ਟੋਪ ਆ ਕੇ ਬੀਬੀ ਉਹਨਾਂ ਦੀ ਚੁੰਨੀ ਕਿਤੇ ਦੇਖਦੀ ਵੀ ਨਹੀਂ ਸੀ ਅਤੇ ਉਹ ਮਤਲਬ ਦੇਖਣ ਵਾਲੀ ਚੀਜ਼ ਇਹੀ ਆ ਨਾ ਕਿ ਉਹ ਜਦੋਂ ਉਹਨਾਂ ਨੂੰ ਅੰਮ੍ਰਿਤ ਛਕਾਉਣ ਦੀ ਗੱਲ ਵੀ ਕੀਤੀ ਗਈ ਆ ਅਤੇ ਉਹਦੇ 'ਤੇ ਕਈ ਵਾਦ ਵਿਵਾਦ ਜਾਂ ਕਈ ਤਰ੍ਹਾਂ ਦੀਆਂ ਕਨਸੂਆਂ ਉੱਭਰਦੀਆਂ ਕਿ ਉਹ ਇੱਕ ਪਾਸਿਓਂ ਐਂਟਰ ਕਰਕੇ ਦੂਜੇ ਪਾਸੇ ਆ ਗਏ, ਕਿੰਨੀ ਸੱਚਾਈ ਆ ਕਿੰਨੀ ਨਹੀਂ ਬਿਲਕੁਲ ਇਹ ਪਤਾ ਨਹੀਂ ਲੱਗਦਾ। ਜਦੋਂ ਫੋਟੋਆਂ ਦੀ ਗੱਲ ਆਉਂਦੀ ਕਈ ਵਾਰੀ ਉਹ ਕਹਿ ਦਿੰਦੇ ਆ ਕਿ ਉਹ ਮਤਲਬ ਕਿ ਫੋਟੋਆਂ ਨਾਲ ਛੇੜਛਾੜ ਕਰਕੇ ਬਣਾ ਲਈਆਂ ਗਈਆਂ, ਪਰ ਪੂਰਾ ਉਹ ਪਰ ਸੱਚ ਦਾ ਕਦੇ ਵੀ ਲੁਕਦਾ ਨਹੀਂ ਹੁੰਦਾ। ਸੱਚ ਉਹੀ ਗੱਲ ਕਰਦੇ ਕਿ ਜਿੰਨਾ ਮਰਜ਼ੀ ਛਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਈਵਨ ਜਦੋਂ 1999 ਦਾ ਟਾਈਮ ਸੀਗਾ ਜਥੇਦਾਰ ਰਣਜੀਤ ਸਿੰਘ ਜੀ ਸੀਗੇ ਉਦੋਂ ਬਾਦਲ ਤੇ ਟੌੜਾ ਇਹਨਾਂ ਦੀ ਆਪਸ ਵਿੱਚ ਬਹੁਤ ਖਾਨਾ ਜੰਗੀ ਚੱਲੀ ਸੀ, ਉਹਨਾਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਫਿਰ ਉਹ ਇਹ ਸੀਨੀਅਰ ਬਾਦਲ ਨੇ ਜਥੇਦਾਰ ਰਣਜੀਤ ਸਿੰਘ ਨੂੰ ਲਾਇਆ, ਉਹਨਾਂ ਨੇ ਕਿਹਾ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਜਿਹੜੇ ਸੀਨੀਅਰ ਹੈ ਪਹਿਲਾਂ ਅੰਮ੍ਰਿਤਧਾਰੀ ਤੇ ਹੋ ਜਾਣ ਜੀ, ਕਿਉਂਕਿ ਉਸ ਤੋਂ ਪਹਿਲਾਂ ਇੱਕ ਵਾਰੀ ਸੀਨੀਅਰ ਬਾਦਲ ਦਾ ਕਿਤੇ ਇੰਟਰਵਿਊ ਆਇਆ ਸੀਗਾ ਕਿ ਮੈਂ ਮਹਾਂਪ੍ਰਸ਼ਾਦ ਕਿਤੇ ਕਿਤੇ ਛਕ ਲੈਂਦਾ ਹੁੰਦਾ ਅਤੇ ਉਦੋਂ ਜਥੇਦਾਰ ਰਣਜੀਤ ਸਿੰਘ ਉਹਨਾਂ ਦੇ ਚੈਨਲ ਚੈਲੇਂਜ ਕਰਨ 'ਤੇ ਇਹਨਾਂ ਨੇ ਪੰਜ ਕੁ ਸੀਨੀਅਰ ਬਾਦਲ ਸਮੇਤ ਪੰਜ ਉਹ ਮੈਂਬਰ ਸੀਗੇ ਜਿਹੜੇ ਮੇਨ ਅਹੁਦਿਆਂ 'ਤੇ ਉਦੋਂ ਅੰਮ੍ਰਿਤਧਾਰੀ ਹੋਏ। ਇਹਦਾ ਮਤਲਬ ਫਿਰ ਜਥੇਦਾਰ ਰਣਜੀਤ ਸਿੰਘ ਜੀ ਇਸ ਗੱਲ 'ਤੇ ਸੱਚੇ ਸੀਗੇ ਬਿਲਕੁਲ, ਅਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਪਹਿਲਾਂ ਤਾਂ ਪਰਿਵਾਰਾਂ 'ਤੇ ਵੀ ਆਪਾਂ ਅੱਗੇ ਉਹੀ ਗੱਲ ਕਰ 1935 ਦੇ ਵਿੱਚ ਐਕਟ ਦੇ ਅਧੀਨ ਜਦੋਂ ਇਹ ਅਕਾਲੀ ਦਲ ਵੱਲੋਂ ਮਤਾ ਪਾਸ ਕੀਤਾ ਗਿਆ ਸੀ ਕਿ ਇਲੈਕਸ਼ਨ ਲੜਨ ਦਾ, ਅਤੇ ਉਦੋਂ ਇਹਨਾਂ ਦੀ ਜਿਹੜੀ 14 ਜੂਨ 1936 ਦੇ ਵਿੱਚ ਮੀਟਿੰਗ ਹੋਈ ਸੀ, ਜਿਹੜੀ ਮੀਟਿੰਗ ਸੀ ਉਸ ਮੀਟਿੰਗ ਦੇ ਜਿਹੜੀ ਦੋ ਧਿਰਾਂ ਦੇ ਵਿਚਕਾਰ ਹੋਈ ਸੀ। ਹਾਂਜੀ, ਉਹ ਇੱਕ ਹੋਰ ਪਾਰਟੀ ਦਾ ਨਾਂ ਆਉਂਦਾ ਆ ਇਹਦੇ ਵਿੱਚ, ਉਹਦੇ ਵਿੱਚ ਉਹਦਾ ਅਕਾਲੀ ਦਲ ਸ਼ਾਇਦ ਤੇ ਖਾਲਸਾ ਦਰਬਾਰ, ਖਾਲਸਾ ਦਰਬਾਰ ਤੇ ਇਹ ਸ਼੍ਰੋਮਣੀ ਅਕਾਲੀ ਦਰਬਾਰ, ਸ਼੍ਰੋਮਣੀ ਅਕਾਲੀ ਦਲ ਤੇ ਖਾਲਸਾ ਦਰਬਾਰ ਜੀ। ਉਹ ਅੰਗਰੇਜ਼ ਰਾਜ ਵੇਲੇ ਉਹਨਾਂ ਨੇ ਐਕਟ ਪਾਸ ਕਰਕੇ ਚੋਣਾਂ ਦਾ ਐਲਾਨ ਕੀਤਾ, ਗੁਰਦੁਆਰਾ ਸਾਹਿਬ ਦੀਆਂ ਚੋਣਾਂ ਦਾ ਐਲਾਨ ਹੋਇਆ ਸੀ ਉਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਹੈ ਨਾ ਜੀ। ਇਹਨਾਂ ਨੇ ਚੋਣਾਂ ਲੜਨ ਦਾ ਉਹ ਫੈਸਲਾ ਕੀਤਾ ਅਤੇ ਉਹ ਦੂਸਰੇ ਪਾਸੇ ਵਿੱਚ ਇਹ ਵੀ ਗੱਲ ਚੱਲਦੀ ਸੀਗੀ ਕਿ ਕਾਂਗਰਸ ਦੇ ਨਾਲ ਰਲ ਮਿਲ ਕੇ ਚੋਣ ਲੜ ਲਈ ਜਾਵੇ, ਇਹਨਾਂ ਦੇ ਹੋਇਆ ਕਿਉਂਕਿ ਇਹਨਾਂ ਦੇ ਇਹ ਸੀਗੇ ਨਵੀਂ ਜਥੇਬੰਦੀ ਸੀਗੀ ਅਤੇ ਇਹ ਚਾਹੁੰਦੇ ਵੀ ਕਿਤੇ ਨਾ ਕਿਤੇ ਜਿੱਦਾਂ ਹੁਣ ਵੀ ਕਈ ਜਥੇਬੰਦੀਆਂ ਨਵੀਆਂ ਪਾਰਟੀਆਂ ਬਣਦੀਆਂ ਰਵਾਇਤੀ ਪਾਰਟੀਆਂ ਵੀ ਕਿਤੇ ਨਾ ਕਿਤੇ ਹੱਥ ਮਿਲਾ ਕੇ ਸੀ ਕਾਮਯਾਬ, ਜਿੱਦਾਂ ਪੰਜਾਬ ਦੇ ਵਿੱਚ ਵੀ ਬੀਜੇਪੀ ਨਾਲ ਜਨਸੰਘ ਪਹਿਲਾਂ ਜਨਸੰਘ ਸੀ, ਦਿੱਲੀ ਦੇ ਵਿੱਚ ਕੇਜਰੀਵਾਲ ਪਾਰਟੀ ਨੇ ਜਿੱਦਾਂ ਕਾਂਗਰਸ ਦੇ ਨਾਲ ਹੱਥ ਮਿਲਾਇਆ ਸੀਗਾ, ਉਹ ਬਾਹਰੀ ਸਪੋਰਟ ਲੈ ਬਾਹਰੀ ਸਪੋਰਟ ਦੇ ਲੈਣ ਦੀ, ਪਰ ਉਦੋਂ ਕੁਛ ਕੁ ਲੀਡਰ ਜਿਹੜੇ ਇਸ ਗੱਲੋਂ ਨਾਰਾਜ਼ ਹੋ ਗਏ ਸੀ ਇਹਨਾਂ ਤੋਂ ਤੇ ਉਹਨਾਂ ਨੇ ਇੱਕ ਵੱਖਰੀ ਜਥੇਬੰਦੀ ਬਣਾਈ ਸੀ ਕਾਂਗਰਸ ਸਿੱਖ ਪਾਰਟੀ, ਕਾਂਗਰਸ ਸਿੱਖ ਪਾਰਟੀ, ਕਿਉਂਕਿ ਮੈਜੋਰਿਟੀ ਅਗੇਂਸਟ ਸੀਗੀ ਪਰ ਜਿਹੜੇ ਸੀਨੀਅਰ ਸੀਗੇ ਉਹ ਚਾਹੁੰਦੇ ਸੀਗੇ ਰਲ ਮਿਲ ਕੇ ਚੋਣ ਲੜਨੀ, ਉਹਨਾਂ ਨੇ ਵੱਖਰੀ ਪਾਰਟੀ ਬਣਾ ਲਈ, ਵੱਖਰੀ ਪਾਰਟੀ ਬਣਾ ਕੇ ਬਹੁਤੀ ਦੇਰ ਚੱਲ ਤਾਂ ਨਹੀਂ ਸਕੇ ਜੀ, ਤੇ ਮੁੜ ਕੇ ਇਹਨਾਂ ਨੇ ਅਕਾਲੀ ਦਲ ਨਾਲ ਰਲੇਵਾਂ ਤਾਂ ਕਰ ਲਿਆ, ਪਰ ਉਹ ਜਿਵੇਂ ਹੁੰਦਾ ਕਿ ਰਲੇਵਾਂ ਹੋਣ ਤੇ ਕੁਛ ਕੁ ਨਾਰਾਜ਼ ਹੋ ਗਏ ਉਹ ਸ਼ਾਮਿਲ ਨਹੀਂ ਹੋਏ, ਜਿਹੜੇ ਰਲੇ ਵੀ ਕਿਉਂਕਿ ਉਹ ਕਾਂਗਰਸ ਪੱਖੀ ਸੀਗੇ ਤੇ ਉਹ ਫਿਰ ਮੀਟਿੰਗਾਂ ਦੀਆਂ ਸੂਹ ਕਾਂਗਰਸ ਨੂੰ ਦਿੰਦੇ ਰਹੇ ਨਾਲ ਦੀ ਨਾਲ। ਜਦੋਂ ਆਪਣੇ ਇਹ ਗੱਲ ਹੋਈ ਸੀਗੀ ਅਕਾਲੀ ਦਲ ਦੇ ਨਾਲ ਉਹ ਵੱਖਰੇ ਹੋ ਕੇ ਇੱਕ ਪਾਰਟੀ ਬਣਾਈ ਸੀ ਉਹਨਾਂ ਨੇ ਕਾਂਗਰਸ ਸਿੱਖ ਪਾਰਟੀ, ਕਾਂਗਰਸ ਸਿੱਖ ਪਾਰਟੀ ਕੋਸ਼ਿਸ਼, ਉਸ ਤੋਂ ਬਾਅਦ ਫਿਰ ਇਹਨਾਂ ਦੇ ਜਦੋਂ ਸਮਝੌਤੇ ਟੁੱਟੇ ਕਾਂਗਰਸ ਸਿੱਖ ਪਾਰਟੀ ਦੇ ਵਿੱਚ ਕਾਫੀ ਜਾਣਿਆਂ ਵੱਲੋਂ ਵਿਦਰੋਹ ਕੀਤਾ ਗਿਆ ਸੀਗਾ, ਕੁਛ ਕੁ ਬੰਦੇ ਉਹਨਾਂ ਦੇ ਜਾਣੀ ਉਹ ਸੀ ਜਿਹੜੇ ਕਾਫੀ ਪਾਵਰ ਰੱਖ, ਜਿਹਦੇ ਅੱਜ ਕਹਿੰਦੇ ਆਪਾਂ ਕੋਈ MLA ਜਾਂ ਬਹੁਤ ਰਸੂਖ ਵਾਲਾ ਉਹ ਪਾਰਟੀ ਛੱਡ ਜਾਂਦਾ ਤੇ ਕਾਫੀ ਬੰਦੇ ਨਾਲ ਲੈ ਜਾਂਦਾ, ਉਹ ਕਾਂਗਰਸ ਸਿੱਖ ਪਾਰਟੀ ਵਿੱਚ ਵੀ ਇਹ ਅਜਿਹੇ ਕਹੇ ਗਏ ਸੀ ਜਿਹਨਾਂ ਦੇ ਕਰਕੇ ਇਹ ਪਾਰਟੀ ਕਿਤੇ ਨਾ ਕਿਤੇ ਰਸੂਖ ਰੱਖਦੀ ਸੀ ਥੋੜਾ ਜਿਹਾ। ਹਾਂਜੀ ਹਾਂਜੀ, ਉਹ ਇਸੇ ਤਰ੍ਹਾਂ ਨਾ ਕਿ ਉਹ ਰਸੂਖ ਰੱਖਦੇ ਕਰਕੇ ਇਹ ਕਾਂਗਰਸ ਸਿੱਖ ਪਾਰਟੀ ਨੇ ਜਿਹੜੇ ਪਹਿਲੇ ਪ੍ਰਧਾਨ ਸੁਰਮੁਖ ਸਿੰਘ ਝਬਾਲ ਆ ਉਹਨਾਂ ਨੇ ਵੱਖਰਾ ਆਪਣਾ ਇਜਲਾਸ ਬੁਲਾ ਕੇ 24-25 ਅਪ੍ਰੈਲ 1937 ਨੂੰ ਅੰਮ੍ਰਿਤਸਰ ਵਿਖੇ ਖੁਫੀਆ ਇੱਕ ਇਜਲਾਸ ਬੁਲਾ ਕੇ ਸੁਰਮੁਖ ਸਿੰਝ ਉਹਨਾਂ ਨੂੰ ਉਸ ਖੁਫੀਆ ਇਜਲਾਸ ਜਿਹੜਾ ਦੇਖੋ ਖੁਫੀਆ ਇਜਲਾਸ ਬੁਲਾਇਆ ਸੀ ਇਹਨਾਂ ਨੇ, ਉਹਦੇ ਵਿੱਚ ਸਿਰਫ ਉਹੀ ਬੰਦੇ ਗਏ ਸੀ ਜਿਹੜੇ ਮੈਂਬਰ ਸੀਗੇ, ਬਾਹਰਲਾ ਕੋਈ ਬੰਦਾ ਨਹੀਂ ਐਂਟਰ ਕਰਨ ਦਿੱਤਾ ਮੀਟਿੰਗ। ਮਤਲਬ ਇਹ ਇੱਕ ਤਰ੍ਹਾਂ ਹੈ ਤਾਂ ਡਿਕਟੇਟਰਸ਼ਿਪ ਦੀ ਨਿਸ਼ਾਨੀ ਆ, ਕਿਉਂਕਿ ਜਦੋਂ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਆ ਜੇ AGM ਬੁਲਾਉਂਦੀ ਆ ਤੇ ਮੈਂਬਰਸ ਆਉਂਦੇ ਆ, ਪਰ ਉਹਨਾਂ ਨੇ ਕਿਉਂਕਿ ਉਹ ਕਾਂਗਰਸ ਦੇ ਪ੍ਰੋ ਕਾਂਗਰਸ ਹੀ ਸੀਗੇ ਤਾਂ ਉਹ ਫਿਰ ਉਹਨਾਂ ਨੇ ਉਹ ਖੁਫੀਆ ਤੌਰ 'ਤੇ ਬੁਲਾ ਕੇ ਇਜਲਾਸ 'ਤੇ ਉਹਨਾਂ ਨੂੰ ਪ੍ਰਧਾਨ ਚੁਣ ਲਿਆ। ਦੂਸਰੇ ਪਾਸੇ
ਅਕਾਲੀ ਦਲ ਦਾ ਇਜਲਾਸ ਤੇਜਾ ਸਿੰਘ ਅਕਰਪੁਰੀ ਸਾਹਿਬ ਦੀ ਪ੍ਰਧਾਨਗੀ 'ਚ ਹੋਇਆ, ਜਿਹਦੇ ਵਿੱਚ ਉਹਨਾਂ ਦੇ 103 ਮੈਂਬਰ ਸ਼ਾਮਲ ਹੋਏ। ਇਹ ਜਿਹੜਾ ਹਾਂਜੀ ਤੇਜਾ ਸਿੰਘ ਅਕਰਪੁਰੀ, ਇਹਨਾਂ ਦੀ ਮੀਟਿੰਗ ਪਹਿਲਾਂ ਹੋਈ ਸੀਗੀ ਤੇ ਜਿਹੜੀ ਖੁਫੀਆ ਮੀਟਿੰਗ ਹੁੰਦੀ ਹੈ ਇਹ 27 ਅਪ੍ਰੈਲ ਨੂੰ ਹੁੰਦੀ ਹੈ। ਹਾਂਜੀ, ਜਦੋਂ ਇਹ ਸਾਰਾ ਕੁਝ ਹੋਇਆ ਇਸ ਤੋਂ ਬਾਅਦ ਕਾਫੀ ਚਿਰ ਇਹਨਾਂ ਦਾ ਇੱਕ ਦੂਜੇ ਦੇ ਨਾਲ ਜਿੱਦਾਂ ਕਹਿ ਲਓ ਕਿ ਤਕਰਾਰ ਚੱਲਿਆ ਇਹਨਾਂ ਜਥੇਬੰਦੀ, ਜਿੱਦਾਂ ਹੁਣ ਵੀ ਚੱਲਦੇ ਕਈ ਆਪਣੇ ਅਕਾਲੀ ਦਲ ਬਣੇ ਹੋਏ ਨੇ, ਇਹ ਉਦੋਂ ਵੀ ਬਣੇ ਨੇ। ਇਹ ਲੱਗਦਾ ਨਹੀਂ ਕਿ ਵੀ ਜਿਹੜੇ ਅੱਜ ਅਸੀਂ ਜੇ ਗੱਲ ਕਰਦੇ ਹਾਂ ਏਕੇ ਦੀ ਵੀ ਸਾਡੀਆਂ ਜਥੇਬੰਦੀਆਂ, ਅਸੀਂ ਹਮੇਸ਼ਾ ਇਹ ਕਹਿ ਦਿੰਦੇ ਕਿ ਪੁਰਾਣੇ ਬਜ਼ੁਰਗਾਂ ਤੋਂ ਸੇਧ ਲੈਣ, ਪਰ ਪੁਰਾਣੇ ਬਜ਼ੁਰਗ ਤਾਂ ਉੱਥੇ ਵੀ ਕਿਤੇ ਨਾ ਕਿਤੇ ਇੱਕ ਦੂਜੇ ਨਾਲ ਲਾਗਡਾਰ ਸੀਗੇ। ਈਵਨ ਉਹ ਅੰਗਰੇਜ਼ ਰਾਜ ਵਿੱਚ ਜਦੋਂ ਚੋਣਾਂ ਦਾ ਐਲਾਨ ਹੋਇਆ, ਮੈਂ ਤਾਂ ਇੱਕ ਵਾਰੀ ਇਹਦਾ ਪੜ੍ਹ ਕੇ ਹੈਰਾਨ ਸੀਗਾ ਕਿ ਇੰਨੀਆਂ ਕੁ ਪੋਲੀਟੀਕਲ ਪਾਰਟੀਆਂ ਉਦੋਂ ਵੀ ਸੀਗੀਆਂ, ਹਾਲਾਂਕਿ ਅੰਗਰੇਜ਼ਾਂ ਦੇ ਅੰਡਰ ਸੀਗਾ, ਬਹੁਤ ਸਾਰੀਆਂ ਪੋਲੀਟੀਕਲ ਪਾਰਟੀ ਸੀਗੀਆਂ। ਇਹ ਏਕਤਾ ਦੀ ਗੱਲ ਅਸਲ ਵਿੱਚ, ਵੈਸੇ ਤਾਂ ਏਕਤਾ 100% ਏਕਤਾ ਕਦੀ ਵੀ ਕਿਸੇ ਵੀ ਕੌਮ ਦੀ ਨਹੀਂ ਹੁੰਦੀ, ਏਕਤਾ ਹਮੇਸ਼ਾ ਸਿਧਾਂਤਕ ਹੁੰਦੀ ਆ, ਸਿਧਾਂਤਾਂ ਤੇ ਬੇਸਡ ਏਕਤਾ ਹੀ ਕਾਮਯਾਬ ਹੁੰਦੀ ਆ। ਜੇ ਉਹ ਸਿਧਾਂਤ ਏਕਤਾ ਸਿਧਾਂਤਹੀਣ, ਏਕਤਾ ਦਾ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੁੰਦਾ। 1947 ਦੇ ਵਿੱਚ ਜਦੋਂ ਵੰਡ ਹੋਈ ਪੰਜਾਬ ਦੀ, ਹਾਂਜੀ, ਇੱਕ ਪੰਜਾਬ ਉਹਦੇ 'ਚੋਂ ਪਾਕਿਸਤਾਨ ਚਲਿਆ ਗਿਆ, ਦੂਸਰੇ ਪੰਜਾਬ ਦੇ ਉੱਤੇ ਹਿੰਦੁਸਤਾਨ ਦਾ ਕਬਜ਼ਾ ਹੋ ਗਿਆ। ਉਦੋਂ ਅਕਾਲੀ ਦਲ ਦੇ ਲੀਡਰ ਜਿਹੜੇ ਮਾਸਟਰ ਤੇਜਾ ਸਿੰਘ ਹੋਣੀ ਸੀਗੇ, ਸੋਰੀ ਮਾਸਟਰ ਤਾਰਾ ਸਿੰਘ ਹੋਣੀ, ਇਹਨਾਂ ਨੇ ਜਿਹੜਾ ਉਦੋਂ ਅਕਾਲੀ ਦਲ ਦੇ ਬਿਹਾਫ ਤੇ ਉਹ ਕੀਤੀ ਸੀ ਮੀਟਿੰਗ ਸਿੱਖਾਂ ਦੇ ਬਿਹਾਫ ਤੇ, ਜਿਹੜੀ ਜਦੋਂ ਇਹਨਾਂ ਨੇ ਕਹਿਤਾ ਸੀ ਕਿ ਅਸੀਂ ਨਹਿਰੂ ਹੋਣਾਂ ਦੇ ਨਾਲ ਰਹਿਣਾ। ਵੈਸੇ ਕਿਉਂਕਿ ਉਹ ਜਿਹੜੀ ਇਹ ਸ਼੍ਰੋਮਣੀ ਅਕਾਲੀ ਦਲ ਬਣਿਆ ਤੇ ਉਹ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਅਖਾਉਂਦੇ ਸੀ, ਜਿਵੇਂ ਅੱਜ ਕਹਿੰਦੇ ਆ ਕਿ ਸਿੱਖਾਂ ਦਾ ਪਾਰਲੀਮੈਂਟ ਆ ਜੀ ਸਾਰੇ, ਉਹ ਜਿਹੜਾ ਵੀ ਫਿਰ ਤਕਰੀਬਨ ਅਕਾਲੀ ਦਲ ਦਾ ਪ੍ਰਧਾਨ ਬਣ ਜਾਂਦਾ, ਉਹ ਇਹ ਸਮਝਦਾ ਕਿ ਉਹ ਸਾਰੇ ਸਿੱਖਾਂ ਦੇ ਉਹ ਪੰਥ ਆ, ਜਿਵੇਂ ਅੱਜ ਆ ਤੇ ਅੱਜ ਈਵਨ ਇੱਥੇ ਵੀ ਕਹਿ ਤਾਂ ਜਾਂਦਾ ਕਿ ਜੇ ਕੋਈ ਸ਼੍ਰੋਮਣੀ ਕਮੇਟੀ ਉਹੀ ਅਸਲੀ ਅਕਾਲੀ ਦਲ, ਤੇਜਾ ਸਿੰਘ ਸੋਰੀ ਮਾਸਟਰ ਤਾਰਾ, ਵਾਰ ਵਾਰ ਮਾਸਟਰ ਤੇਜਾ ਸਿੰਘ ਲਿਖਦਾ ਕਿਉਂਕਿ ਹੈ ਤਾਂ ਇੱਕੋ ਜਿਹੀ ਸੀਗੇ, ਮਾਸਟਰ ਤਾਰਾ ਸਿੰਘ ਜਿਹੜੇ ਸੀ ਇਹਨਾਂ ਦਾ ਝੁਕਾਅ ਮੈਨੂੰ ਲੱਗਦਾ ਹਮੇਸ਼ਾ ਸ਼ੁਰੂ ਤੋਂ ਹੀ ਕਾਂਗਰਸ ਵੱਲ ਜ਼ਿਆਦਾ ਰਿਹਾ ਇਹਨਾਂ ਦਾ। ਉਹ ਕੁਦਰਤੀ ਚੀਜ਼ ਸੀਗੀ ਕਿਉਂਕਿ ਉਦੋਂ ਅੰਗਰੇਜ਼ਾਂ ਦਾ ਰਾਜ ਸੀਗਾ, ਅੰਗਰੇਜ਼ਾਂ ਦਾ ਰਾਜ, ਸਾਰੇ ਆਜ਼ਾਦੀ ਦੀ ਮੰਗ ਕਰ ਰਹੇ ਅੰਗਰੇਜ਼ਾਂ ਤੋਂ, ਫਿਰ ਉਹ ਇਕੱਠੇ ਮੋਰਚਿਆਂ ਵਿੱਚ ਧਰਨਿਆਂ ਮੁਜ਼ਾਹਰਿਆਂ ਵਿੱਚ ਹਿੱਸਾ ਲੈਣਾ ਜੀ, ਫਿਰ ਕਾਂਗਰਸ ਪੁਰਾਣੀ ਪਾਰਟੀ ਵੀ ਸੀਗੀ ਇਹਨਾਂ ਤੋਂ, ਤੇ ਕੁਛ ਨੈਸ਼ਨਲ ਪਾਰਟੀ ਸੀਗੀ, ਬਿਲਕੁਲ ਉਹ ਨੈਸ਼ਨਲ ਪਾਰਟੀ ਸੀਗੀ, ਤੇ ਇਹ ਸ਼੍ਰੋਮਣੀ ਅਕਾਲੀ ਦਲ ਇੱਕ ਪੰਜਾਬ ਦੇ ਮੁੱਖ ਤੌਰ ਤੇ ਰੂਪ ਅੱਜ ਭਾਵੇਂ ਦਿੱਲੀ ਚੋਣਾਂ ਲੜਦੀ ਆ। ਇਹ ਗੱਲ ਜ਼ਰੂਰ ਸਾਂਝੀ ਕਰਨਾ ਚਾਹੁੰਦੇ ਤੁਸੀਂ ਜੇ ਦੱਸ ਸਕੋ, ਕਿਉਂਕਿ ਜਦੋਂ ਪਾਰਟੀਸ਼ਨ ਹੋਈ ਸੀ ਮਾਸਟਰ ਤਾਰਾ ਸਿੰਘ ਹੋਣੀ ਵੀ ਅਕਾਲੀਆਂ ਦੇ ਨੁਮਾਇੰਦੇ ਸੀ ਜਿਹੜੇ ਉਹਨਾਂ ਨਾਲ ਰਹਿਣਾ ਚਾਹੁੰਦੇ ਸੀ, ਸੰਵਿਧਾਨ ਨੂੰ ਕਬੂਲ ਕੀਤਾ ਸੀ, ਤੇ ਬਲਦੇਵ ਸਿੰਘ ਮਾਨ ਹੋਣੀ ਸੀ ਦੂਸਰੀ ਸਾਈਡ, ਉਹ ਵੀ ਅਕਾਲੀ ਲੀਡਰ ਸੀ। ਬਲਦੇਵ ਸਿੰਘ ਦਾ ਸਰਨੇ ਮਾਨ ਨਹੀਂ ਸੀਗਾ ਸ਼ਾਇਦ, ਉਹ ਭੁਪਿੰਦਰ ਸਿੰਘ ਮਾਨ ਦਾ ਸ਼ਾਇਦ ਤੁਸੀਂ ਕਹਿੰਦੇ ਹੋ, ਸੋਰੀ ਭੁਪਿੰਦਰ ਸਿੰਘ, ਬਲਦੇਵ ਸਿੰਘ ਦਾ ਮਾਸਟਰ ਤਾਰਾ ਸਿੰਘ, ਸਰਦਾਰ ਹੁਕਮ ਸਿੰਘ ਤੇ ਭੁਪਿੰਦਰ ਸਿੰਘ ਮਾਨ ਸੀਗੇ ਜਿਨ੍ਹਾਂ ਨੇ ਸੰਵਿਧਾਨ ਤੇ ਦਸਤਖਤ ਕਰਨ ਤੋਂ ਇਨਕਾਰ, ਉਹ ਵੀ ਅਕਾਲੀ ਦਲ ਵੱਲੋਂ ਹੀ ਗਏ ਸੀ। ਮੇਰਾ ਖਿਆਲ ਨਹੀਂ ਗਾ ਕਿ ਉਹ ਅਕਾਲੀ ਦਲ ਸਿੱਖਾਂ ਦੇ ਲੀਡਰ ਜ਼ਰੂਰ ਸੀਗੇ, ਸਿੱਖ ਕੌਮ ਦੇ ਲੀਡਰਾਂ ਵਜੋਂ ਗਏ ਸੀਗੇ, ਮੇਰਾ ਖਿਆਲ, ਮੈਂ ਸ਼ੋਰ ਨਹੀਂ ਗਾ ਕਿ ਉਹ ਡਾਇਰੈਕਟ ਉਹਨਾਂ ਦਾ ਅਕਾਲੀ ਦਲ, ਮੈਨੂੰ ਇਹ ਇਸੇ ਲਈ ਮੈਂ ਤੁਹਾਨੂੰ ਸ਼ਾਇਦ ਮੈਂ ਕਿਹਾ ਤੁਹਾਡੇ ਕੋਲ, ਕਿਉਂਕਿ ਸਿੱਖਾਂ ਦੇ ਜ਼ਰੂਰ ਉਹਨਾਂ ਨੂੰ ਪੜ੍ਹਦੇ ਆ ਵੀ ਸਿੱਖਾਂ ਦੇ ਬਿਹਾਫ ਦੇ ਉੱਤੇ ਉਹਨਾਂ ਨੇ ਸਾਈਨ ਨਹੀਂ ਕੀਤੀ, ਸਿੱਖ ਕੌਮ ਦੇ ਬਿਹਾਫ ਤੇ ਗਏ ਸੀ, ਜਾਂ ਤਾਂ ਅਪੁਆਇੰਟ ਕੀਤਾ ਹੋਊਗਾ ਸ਼੍ਰੋਮਣੀ ਅਕਾਲੀ ਦਲ ਨੇ, ਜਿਵੇਂ ਅੱਜ ਵੀ ਆ ਕਿ ਸਮੇਂ ਸਮੇਂ ਤੇ ਸ਼੍ਰੋਮਣੀ ਅਕਾਲੀ ਦਲ ਕਿਸੇ ਦੀਆਂ ਸੇਵਾਵਾਂ ਲੈ ਲੈਂਦਾ ਜਿਹਨੂੰ ਵਿਦਵਾਨ ਮੰਨ ਕੇ ਜੀ, ਇਸ ਤਰ੍ਹਾਂ ਹੋਊਗਾ। ਪਾਰਟੀਸ਼ਨ ਤੋਂ ਬਾਅਦ ਪੰਜਾਬੀ ਸੂਬਾ ਮੋਰਚਾ ਸ਼ੁਰੂ ਹੋਇਆ ਸੀ 1955 ਦੇ ਵਿੱਚ, ਜਿਹੜਾ ਪੰਜਾਬੀ ਸੂਬਾ ਮੋਰਚਾ ਸੀਗਾ, ਪੰਜਾਬੀ ਸੂਬੇ ਮੋਰਚੇ ਦੀਆਂ ਮੁੱਖ ਮੰਗਾਂ ਕੀ ਸੀ? ਪੰਜਾਬੀ ਸੂਬਾ, ਕਿਉਂਕਿ ਜਦੋਂ ਅੰਗਰੇਜ਼ਾਂ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਤੇ ਜਿਵੇਂ ਅੱਜ ਕੱਲ੍ਹ ਮਦਰਾਸ ਨੂੰ ਚੇਨਈ ਕਹਿਣ ਲੱਗ ਪਏ ਆ, ਉਦੋਂ ਭਾਸ਼ਾਵਾਂ ਦੇ ਆਧਾਰ ਤੇ ਪੁਨਰਗਠਨ ਕੀਤਾ ਗਿਆ ਸੀਗਾ ਗੁਜਰਾਤ, ਮਦਰਾਸ, ਬਾਕੀ ਸਾਰੀਆਂ ਦਾ, ਸਾਰੀਆਂ ਸਾਰੀਆਂ ਸਟੇਟਾਂ ਦਾ ਭਾਸ਼ਾ ਦੇ ਆਧਾਰ ਤੇ ਪੁਨਰਗਠਨ ਕੀਤਾ ਗਿਆ ਸੀਗਾ, ਕਿਉਂਕਿ ਉਸ ਤੋਂ ਪਹਿਲਾਂ ਤਾਂ ਅਲੱਗ ਅਲੱਗ ਰਿਆਸਤਾਂ ਵੀ ਹੁੰਦੀਆਂ ਸੀਗੀਆਂ। ਹਿੰਦੁਸਤਾਨ ਦਾ ਜੋ ਰੂਪ ਸਰੂਪ 1947 ਚ ਮਿਲਿਆ ਪਹਿਲਾਂ ਤਾਂ ਨਹੀਂ ਸੀ ਹੁੰਦਾ, ਕਿਉਂਕਿ ਉਹ ਅੰਗਰੇਜ਼ਾਂ ਨੇ ਫਿਰ ਜਦੋਂ ਬਾਕੀ ਥਿਊਰੀਆਂ ਫੇਲ ਹੋ ਗਈਆਂ, ਦੋ ਥਿਊਰੀਆਂ ਦੇ ਆਧਾਰ ਤੇ ਹਿੰਦੁਸਤਾਨ ਦੀ ਦੋ ਹਿੱਸਿਆਂ ਚ ਵੰਡ ਕਰਤੀ ਸੀਗੀ, ਤੇ ਇਸ ਕਰਕੇ ਪੁਨਰਗਠਨ ਕੀਤਾ ਗਿਆ ਤੇ ਪੰਜਾਬ ਨੂੰ ਛੱਡ ਲਿਆ ਗਿਆ ਸੀ, ਪੰਜਾਬ ਨੂੰ ਛੱਡ ਲਿਆ ਗਿਆ, ਤੇ ਫਿਰ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਦੇ ਨਾਤੇ ਇਹ ਮੰਗ ਸੀਗੀ ਕਿ ਜਦੋਂ ਬਾਕੀ ਸਾਰੇ ਦੇਸ਼ ਵਿੱਚ ਭਾਸ਼ਾ ਦੇ ਆਧਾਰ ਤੇ ਸੂਬਿਆਂ ਦਾ ਪੁਨਰਗਠਨ ਕੀਤਾ ਗਿਆ, ਵੀ ਪੰਜਾਬੀ ਪੰਜਾਬ ਨੂੰ ਵੀ ਪੰਜਾਬੀ ਸੂਬਾ ਲਫ਼ਜ਼ ਵਰਤ ਲਿਆ ਇਹਨਾਂ ਨੇ ਕਿ ਇਹਦਾ ਵੀ ਕੀਤਾ ਜਾਵੇ, ਤੇ ਉਹ ਜਿਵੇਂ ਉਦੋਂ ਪਹਿਲਾਂ ਮਹਾਤਮਾ ਗਾਂਧੀ ਵਰਗੇ ਕਹਿੰਦੇ ਸੀ ਪਾਕਿਸਤਾਨ ਸਾਡੀ ਲਾਸ਼ ਤੇ ਬਣੂਗਾ, ਉਸੇ ਤਰ੍ਹਾਂ ਇਹ ਨਹਿਰੂ ਗਾਂਧੀ ਵਰਗੇ ਕਹਿੰਦੇ ਸੀ ਪੰਜਾਬੀ ਸੂਬਾ ਸਾਡੀ ਲਾਸ਼ ਤੇ ਬਣੂਗਾ। ਪੰਜਾਬੀ ਸੂਬਾ ਮੋਰਚਾ ਜਿਹੜਾ ਸਿੱਖਾਂ ਦਾ, ਪੰਜਾਬੀਆਂ ਦਾ
ਜਨਮ ਸਿੱਧ ਅਧਿਕਾਰ ਸੀ ਉਹਦੇ ਵੀ ਟੋਟੇ ਕੀਤੇ ਗਏ, ਵਿੱਚੋਂ ਹਿਮਾਚਲ ਪ੍ਰਦੇਸ਼ ਕੱਢਤਾ, ਹਰਿਆਣਾ ਕੱਢਤਾ, ਰਾਜਸਥਾਨ ਕੱਢਤਾ, ਗੰਗਾ ਜਿਹੜੇ ਜਮੁਨਾ ਤੋਂ ਪਰਲੇ ਇਲਾਕੇ ਜਿਹੜੇ ਕਹਿੰਦੇ ਸੀ ਪੰਜਾਬੀ ਬੋਲਦੇ ਇਲਾਕੇ ਉਹ ਵੀ ਕੱਢ ਦਿੱਤੇ ਗਏ। ਇੱਕ ਛੋਟਾ ਜਿਹਾ ਪੰਜਾਬੀ ਸੂਬਾ ਮੋਰਚੇ ਦੀ ਜਿਹੜੀ ਮੰਗ ਸੀ, ਸਿੱਖਾਂ ਦੀ ਬਹੁਤ ਵੱਡੀ ਮੰਗ ਸੀ। ਇੱਕ ਗੱਲ ਵੀ ਉੱਗਰੀ ਕਿ ਜਿਹੜਾ ਪੰਜਾਬੀ ਸੂਬੇ ਮੋਰਚੇ ਦੀ ਮੰਗ ਕੀਤੀ ਗਈ ਸੀ, ਇੱਕ ਛੋਟਾ ਜਿਹਾ ਲੰਗੜਾ ਸੂਬਾ ਦੇ ਦਿੱਤਾ ਗਿਆ, ਲੰਗੜਾ ਸੂਬਾ ਦੇ ਦਿੱਤਾ। ਇੱਥੇ ਇਹ ਜ਼ਿਕਰ ਆਉਂਦਾ ਹੈ ਕਿ 1955 'ਚ ਜਦੋਂ ਪੰਜਾਬੀ ਸੂਬਾ ਮੋਰਚਾ ਸ਼ੁਰੂ ਹੁੰਦਾ, 12,000 ਗ੍ਰਿਫਤਾਰੀਆਂ ਹੁੰਦੀਆਂ, ਤੇ ਜਦੋਂ 1960-61 ਦੇ ਸਮੇਂ ਵਿੱਚ 26,000 ਦੇ ਕਰੀਬ ਗ੍ਰਿਫਤਾਰੀਆਂ ਹੁੰਦੀਆਂ। 11 ਸਾਲ ਤੱਕ ਇਹ ਮੋਰਚਾ ਚੱਲਿਆ 1966 ਵਿੱਚ ਜਾ ਕੇ ਬਾਅਦ 'ਚੋਂ ਪੰਜਾਬੀ ਸੂਬੇ ਤੇ ਇਹ ਜਿਹੜੇ ਬਾਕੀ ਸਾਰੇ ਸੂਬੇ ਆ ਇਹ ਬਾਕੀ ਸਟੇਟਾਂ ਭਾਸ਼ਾ ਦੇ ਆਧਾਰ ਤੇ ਬਣੀਆਂ, ਉਹਨਾਂ ਲਈ ਕੋਈ ਐਜੀਟੇਸ਼ਨ ਨਹੀਂ ਕਰਨਾ ਪਿਆ। ਗ੍ਰਿਫਤਾਰੀਆਂ ਹੋਈਆਂ 1955 ਦੇ ਵਿੱਚ 12,000, ਇਹ ਗ੍ਰਿਫਤਾਰੀਆਂ ਦੇ ਦੌਰਾਨ ਸ਼ਾਇਦ ਦਰਬਾਰ ਸਾਹਿਬ ਤੇ ਵੀ ਇੱਕ ਹਮਲਾ ਹੋਇਆ ਸੀ। 1955 ਵਿੱਚ ਜ਼ਿਕਰ ਆਉਂਦਾ, ਫੋਟੋਆਂ ਵੀ ਮਿਲ ਜਾਂਦੀਆਂ। ਹਾਂਜੀ, ਫੋਟੋਆਂ ਵੀ ਨੇ, ਬਿਲਕੁਲ, ਅਸੀਂ ਦਰਸ਼ਕਾਂ ਦੇ ਨਾਲ ਆਪਣੇ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦੇ ਨਾਲ ਫੋਟੋਆਂ ਵੀ ਸਾਂਝੀਆਂ ਕਰ ਰਹੇ ਹਾਂ। ਹਾਂਜੀ ਹਾਂਜੀ, ਉਦੋਂ ਮੇਰਾ ਖਿਆਲ ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਸੀਗਾ ਜੀ, ਤੇ ਉਹ ਗ੍ਰਿਫਤਾਰੀਆਂ ਕਰਨ ਲਈ ਪੁਲਿਸ ਅੰਦਰ ਤੱਕ ਆਈ, ਜਿਹਦੀਆਂ ਫੋਟੋਆਂ ਮਿਲ ਜਾਂਦੀਆਂ, ਕਿਉਂਕਿ ਬਹੁਤਿਆਂ ਨੂੰ ਇਹੀ ਲੱਗਦਾ ਸੀਗਾ ਕਿ ਜੂਨ 1984 ਵਿੱਚ ਹੀ ਪਹਿਲੀ ਵਾਰੀ ਮਤਲਬ ਹਮਲਾ ਹੋਇਆ। ਦਰਸ਼ਕੋ, 1955 ਦੇ ਵਿੱਚ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ, 1955 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਪੁਲਿਸ ਚੜ੍ਹੀ ਸੀ, ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਉੱਪਰ ਇਮਾਰਤਾਂ ਦੇ ਉੱਤੇ ਸਿੱਖਾਂ ਨੂੰ ਜ਼ਬਰਦਸਤੀ ਫੜਨ ਦੇ ਲਈ, ਉਹਨਾਂ ਦੀ ਗ੍ਰਿਫਤਾਰੀਆਂ ਕਰਨ ਦੇ ਲਈ ਪੁਲਿਸ ਚੜ੍ਹੀ। ਉੱਥੇ ਗੋਲਾਬਾਰੀ ਵੀ ਹੋਈ, ਕਈ ਸਿੰਘ ਉੱਥੇ ਜ਼ਖਮੀ ਵੀ ਹੋਏ। 12,000 ਦੇ ਕਰੀਬ ਸਿੱਖਾਂ ਨੂੰ, ਜਿਹੜੇ ਪੰਜਾਬੀ ਸੂਬੇ ਮੋਰਚੇ ਵਿੱਚ ਭਾਗ ਲੈ ਰਹੇ ਸੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 1960-61 ਤੱਕ ਇਹ ਗਿਣਤੀ ਜਿਹੜੀ ਵੱਧ ਕੇ 26,000 ਤੱਕ ਪਹੁੰਚ ਗਈ ਸੀਗੀ। ਜਦੋਂ ਪੰਜਾਬੀ ਸੂਬੇ ਮੋਰਚੇ ਦੀ ਗੱਲ ਕਰਦੇ ਹਾਂ, 1966 'ਚ ਬਣਦਾ, ਉਸ ਤੋਂ ਪਹਿਲਾਂ ਇੱਕ ਵਾਰ ਫਤਿਹਗੜ੍ਹ ਸਾਹਿਬ ਬਹੁਤ ਵੱਡਾ ਪ੍ਰੋਗਰਾਮ ਸੀ, ਦਸੰਬਰ ਦੇ ਮਹੀਨੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਉੱਥੇ ਮਨਾਈ ਜਾਂਦੀ ਹੈ, ਉਹ ਦਿਨ ਸੀ। ਜਦੋਂ ਨਹਿਰੂ ਦਿੱਲੀ ਤੋਂ ਚੱਲਦਾ ਤਾਂ ਜਾਣ ਵੇਲੇ ਇੱਕ ਬਿਆਨ ਦੇ ਕੇ ਜਾਂਦਾ ਕਿ ਮੈਂ ਪੰਜਾਬ 'ਚ ਜਾ ਰਿਹਾ, ਫਤਿਹਗੜ੍ਹ ਸਾਹਿਬ ਸਿੱਖਾਂ ਦਾ ਗੜ੍ਹ ਹੈ, ਕਿਲ੍ਹਾ ਹੈ, ਅਤੇ ਮੈਂ ਉਸ ਕਿਲ੍ਹੇ ਨੂੰ ਫਤਿਹ ਕਰਨ ਜਾ ਰਿਹਾ। ਉਦੋਂ ਮਾਸਟਰ ਤਾਰਾ ਸਿੰਘ ਨੇ ਉਹਦਾ ਵੈਲਕਮ ਕੀਤਾ, ਉਹਨੂੰ ਲੈ ਕੇ। ਜਦੋਂ ਕਾਨਫਰੰਸ ਦੇ ਵਿੱਚ ਜਵਾਹਰ ਲਾਲ ਨਹਿਰੂ ਵੜਦਾ ਹੈ ਤਾਂ ਸਿੱਖ ਨੌਜਵਾਨਾਂ ਨੇ ਉੱਥੇ ਉਸਦਾ ਵਿਰੋਧ ਕੀਤਾ ਅਤੇ ਨਹਿਰੂ ਨੂੰ ਉੱਥੇ ਖਾਲੀ ਹੱਥ ਵਾਪਸ ਆਉਣਾ ਪਿਆ ਸੀ, ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਦਬਦਬਾ ਬਣਿਆ ਸੀ ਅਤੇ ਨਹਿਰੂ ਹੋਣਾ ਦੀ ਇਸ ਗੱਲ ਦੇ ਵਿੱਚ ਬਹੁਤ ਉਦੋਂ ਹੇਠੀ ਹੋਈ ਸੀਗੀ। ਕਾਫੀ ਅਖਬਾਰਾਂ ਉਸ ਸਮੇਂ ਦੀ ਅਖਬਾਰਾਂ ਦੇ ਵਿੱਚ ਇਹ ਖਬਰ ਲੱਗੀ ਅਤੇ ਮਾਸਟਰ ਤਾਰਾ ਸਿੰਘ ਨੂੰ ਵੀ ਅਲੱਗ ਅਲੱਗ ਜਥੇਬੰਦੀਆਂ ਅਤੇ ਨੌਜਵਾਨਾਂ ਨੇ ਕਾਫੀ ਇਸ ਗੱਲ ਵੱਲੋਂ ਯਾਨੀ ਗੁੱਸਾ ਕੀਤਾ ਸੀ ਅਤੇ ਝੜਪ ਹੋਈ ਸੀਗੀ, ਉੱਚ ਨੀਚ ਹੋਈ ਸੀ ਬੋਲਬਾਲੇ ਦੇ ਵਿੱਚ ਕਿ ਤੁਸੀਂ ਸਾਡੇ ਦੁਸ਼ਮਣ ਨੂੰ ਕਿਉਂ ਇਸ ਜਗ੍ਹਾ ਦੇ ਉੱਤੇ ਲਿਆ ਰਹੇ ਹਾਂ। ਅਤੇ ਉਹ ਵੀ ਜਦੋਂ ਉਹ ਆ ਰਿਹਾ ਅਤੇ ਇਹ ਐਲਾਨ ਕਰਕੇ ਆ ਰਿਹਾ ਕਿ ਪੰਜਾਬ ਸਿੱਖਾਂ ਦਾ ਜਿਹੜਾ ਫਤਿਹਗੜ੍ਹ ਸਾਹਿਬ ਕਿਲ੍ਹਾ ਹੈ, ਮੈਂ ਉਸ ਕਿਲ੍ਹੇ ਨੂੰ ਫਤਿਹ ਕਰਨ ਜਾ ਰਿਹਾ, ਯਾਨੀ ਇੱਕ ਧਾੜ ਵੀ ਬਣ ਕੇ ਆ ਰਿਹਾ ਸੀ। ਇਹ ਪਤਾ ਨਹੀਂ ਕੀ ਤਰਾਸਦੀ ਰਹੀ ਹੈ ਕਿ ਇਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਿੱਖ ਕੌਮ ਦੇ ਬੋਲਬਾਲੇ ਲਈ, ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਬਣਿਆ, ਅਤੇ ਇਹਦੇ ਇਹੋ ਜਿਹੇ ਪ੍ਰਧਾਨ ਬਣਦੇ ਰਹੇ ਜਿਹੜੇ ਮਤਲਬ ਕਿ ਉਸ ਦੀ ਵਿਚਾਰਧਾਰਾ, ਉਸ ਦੀ ਜਿਹੜੀ ਉਹ ਭਾਵਨਾਵਾਂ ਸੀ, ਉਹਦੇ ਅਨੁਕੂਲ ਪਹਿਰਾ ਨਾ ਦੇ ਸਕੇ। ਜਿਵੇਂ ਮਾਸਟਰ ਤਾਰਾ ਸਿੰਘ ਜੀ ਸੀਗੇ ਕਿ ਜੇ ਇਹ ਬੈਠਦੇ ਆ, ਟੇਬਲ ਟੋਕ ਕਰਦੇ ਆ ਬਲਦੇਵ ਸਿੰਘ, ਸਰਦਾਰ ਬਲਦੇਵ ਸਿੰਘ ਜਾਂ ਕੁਛ, ਜੋ ਸਿੱਖ ਕੌਮ ਲਈ ਕੁਛ ਵੀ ਉਹ ਪ੍ਰਾਪਤ ਨਾ ਕਰ ਸਕੇ, ਉਹਨਾਂ ਦੇ ਵਾਅਦਿਆਂ ਤੇ ਹੀ ਭਰੋਸਾ ਕਰਕੇ ਜਿੱਦਣ ਗਏ ਸੀਗੇ ਪਹਿਲੇ ਜਦੋਂ ਹੁੰਦੇ ਮਾਸਟਰ ਤਾਰਾ ਸਿੰਘ, ਸ਼ਾਇਦ ਸੁਣਦੇ ਕਾਫੀ ਕਿਤਾਬਾਂ ਜਿਵੇਂ ਪੜ੍ਹਿਆ ਕਿ ਮਾਸਟਰ ਤਾਰਾ ਸਿੰਘ ਨੇ ਆਪਣੀ ਜਗ੍ਹਾ ਬਲਦੇਵ ਸਿੰਘ ਨੂੰ ਭੇਜਿਆ ਸੀ, ਅਤੇ ਬਲਦੇਵ ਸਿੰਘ ਜਿਹੜਾ ਸੀਗਾ ਉਹਦੀਆਂ ਫੈਕਟਰੀਆਂ ਬਹੁਤ ਬਾਹਰ ਸੀਗੀਆਂ ਪੰਜਾਬ ਤੋਂ ਕਾਫੀ ਜਗ੍ਹਾ, ਅਤੇ ਜਿਸ ਕਰਕੇ ਉਹ ਕਹਿੰਦੇ ਉਹਨੂੰ ਲਾਲਚ ਮਾਰ ਗਿਆ, ਉਹਨੇ ਇਹ ਨਹੀਂ ਦੇਖਿਆ ਕਿ ਕੌਮ ਦਾ ਅੱਗੇ ਜਾ ਕੇ ਕਿੰਨਾ ਨੁਕਸਾਨ ਹੋਣਾ ਹੈ, ਸਾਡੇ ਭਰਾਵਾਂ ਦਾ ਕਿੰਨਾ ਨੁਕਸਾਨ ਹੋਣਾ, ਸਾਡੀਆਂ ਧਾਰਮਿਕ ਜਿਹੜੇ ਅਸਥਾਨ ਨੇ ਉਹਨਾਂ ਦਾ ਕਿੰਨਾ ਨੁਕਸਾਨ ਹੋਣਾ, ਪੰਜਾਬੀ ਮਾਂ ਬੋਲੀ ਦਾ ਕਿੰਨਾ ਨੁਕਸਾਨ ਹੋਣਾ। ਉਹਨੇ ਲਾਲਚ ਕੀਤਾ ਸਿਰਫ ਆਪਣੀਆਂ ਫੈਕਟਰੀਆਂ ਦਾ ਕਿ ਜੇ ਪੰਜਾਬ ਇੱਕ ਪਾਸੇ ਦਾ ਪਾਕਿਸਤਾਨ ਲੈਗਾ, ਦੂਸਰੇ ਪੰਜਾਬ ਦਾ ਜੇ ਖਾਲਿਸਤਾਨ ਬਣਦਾ, ਜਿਸ ਦੀ ਮੰਗ 1940 ਦੇ ਵਿੱਚ ਡਾਕਟਰ ਵੀਰ ਸਿੰਘ ਭੱਟੀ ਨੇ ਜਿਹੜੀ 1940 ਦੇ ਵਿੱਚ ਕੀਤੀ ਸੀ, ਅਤੇ 1942 ਦੇ ਵਿੱਚ ਉਸ ਸਮੇਂ ਦੀ ਜਿਹੜੀ ਪਾਰਲੀਮੈਂਟ ਸੀਗੀ ਉਦੋਂ ਇਹ ਮਤਾ ਉੱਥੇ ਉਠਾਇਆ ਗਿਆ ਸੀਗਾ। ਹਾਲਾਂਕਿ ਸਰਕਾਰਾਂ ਦੇ ਵੱਲੋਂ ਇਹ ਬੜਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਜਿਹੜਾ ਖਾਲਿਸਤਾਨ ਹੈ ਉਹ 84 ਵੇਲੇ ਮੰਗਿਆ ਗਿਆ, ਜਿਸ ਕਰਕੇ ਸਾਨੂੰ ਹਮਲਾ ਕਰਨਾ ਪਿਆ, ਉੱਥੇ ਅੱਤਵਾਦੀ ਵੜ ਗਏ ਸੀ, ਵਗੈਰਾ ਵਗੈਰਾ ਤਰ੍ਹਾਂ ਦਾ। ਪਰ ਜਿਹੜਾ ਖਾਲਿਸਤਾਨ ਦਾ ਸਾਡਾ ਜਿਹੜਾ ਇੱਕ ਖਾਲਸੇ ਦਾ ਦੇਸ਼ ਹੈ, ਜਿਸ ਦੀ ਮੰਗ ਦੇ ਲਈ ਲੱਖਾਂ ਹੀ ਨੌਜਵਾਨ ਵੀਰਾਂ ਭੈਣਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਅਤੇ ਹਾਲੇ ਵੀ ਜਿਹੜੇ ਉਸ ਮੰਗ ਦੇ ਉੱਤੇ ਇੱਕ ਵਧੀਆ ਰਾਜ ਸੈਟਲ ਕਰਨ ਦੇ ਲਈ, ਇੱਕ ਵਧੀਆ ਦੇਸ਼ ਤਿਆਰ ਕਰਨ ਦੇ ਲਈ ਆਪਣੀਆਂ ਸ਼ਹਾਦਤਾਂ ਦੇ ਰਹੇ ਨੇ, ਜੇਲ੍ਹਾਂ ਦੇ ਵਿੱਚ ਜਿਹੜੇ ਅੱਜ ਵੀ ਬੰਦ ਨੇ, ਅਤੇ ਸਰਕਾਰ ਦਾ ਜਿਹੜਾ ਜ਼ੁਲਮ ਸਹਿ ਰਹੇ ਨੇ, ਕੋਈ ਬਲੈਕਲਿਸਟਾਂ ਬਣ ਰਹੀਆਂ ਨੇ, ਅਜਿਹੇ ਵੀਰਾਂ ਦੀ ਜਿਹੜੀ ਮੰਗ ਨੂੰ ਅੱਜ ਇਹੀ ਕਹਿ ਰਿਹਾ ਕਿ ਇਹ ਅੱਤਵਾਦ ਹੈ। ਉਸ ਖਾਲਿਸਤਾਨ ਦੀ ਜਿਹੜੀ ਮੰਗ ਉੱਠੀ ਸੀ 1940 ਦੇ ਵਿੱਚ,
ਜਦੋਂ ਕਿ ਹਿੰਦੁਸਤਾਨ ਦੇ ਵਿੱਚ ਪਾਵਰ ਟਰਾਂਸਫਰ ਨਹੀਂ ਹੋਈ ਸੀਗੀ, ਹਾਲਾਂਕਿ ਗੋਰੇ ਬ੍ਰਿਟਿਸ਼ ਸਰਕਾਰ ਉੱਥੇ ਰਾਜ ਕਰ ਰਹੀ ਸੀ। 1942 ਦੇ ਵਿੱਚ ਡਾਕਟਰ ਵੀਰ ਸਿੰਘ ਭੱਟੀ ਨੇ ਇਸ ਮੰਗ ਦੇ ਉੱਤੇ ਮੋਹਰ ਲਾਈ ਸੀ ਪਾਰਲੀਮੈਂਟ ਦੇ ਵਿੱਚ ਲਿਜਾ। ਹਾਂਜੀ, ਸਮੇਂ ਸਮੇਂ 'ਤੇ ਇਹੋ ਜ਼ਿਕਰ ਆਉਂਦਾ ਰਹਿੰਦਾ ਆ। ਸੋ ਇਹ ਗੱਲ ਤੁਹਾਡੀ ਬਿਲਕੁਲ ਜਾਇਜ਼ ਆ, ਦਰੁਸਤ ਆ ਜੋ ਤੁਸੀਂ ਕਹਿ ਰਹੇ ਆ। ਪਰ ਜਿਵੇਂ ਗੋਬਲ ਸੀਗਾ ਹਿਟਲਰ ਦਾ, ਮੀਡੀਆ ਸਲਾਹ ਕਰੋ ਕਹਿੰਦਾ ਸੀਗਾ ਕਿ ਜੇ ਇੱਕ ਝੂਠ ਨੂੰ 100 ਵਾਰੀ ਜ਼ੋਰ ਜ਼ੋਰ ਦੀ ਬੋਲਿਆ ਜਾਵੇ ਤਾਂ ਉਹ ਝੂਠ ਸੱਚ ਲੱਗਣ ਲੱਗ ਪੈਂਦਾ, ਕਿਉਂਕਿ ਤਕਰੀਬਨ ਸਾਰੇ ਹੀ ਮੀਡੀਆ 'ਤੇ ਮਜੋਰਟੀ ਉੱਥੇ ਮਨੁਵਾਦੀ ਤਾਕਤਾਂ ਦਾ ਕਬਜ਼ਾ ਅਤੇ ਜਾਂ ਸਰਮਾਏਦਾਰਾਂ ਦਾ ਕਬਜ਼ਾ ਆ। ਮੀਡੀਆ ਜਿਹਨੂੰ ਡੈਮੋਕ੍ਰੇਸੀ ਦਾ ਚੌਥਾ ਥੰਮ ਕਿਹਾ ਜਾਂਦਾ ਆ, ਅਤੇ ਉਹ ਆਪਣੇ ਅਸਲੀ ਉਹ ਜਿਹੜਾ ਜ਼ਿੰਮੇਵਾਰੀ ਤੋਂ ਭਟਕ ਚੁੱਕਾ, ਅਤੇ ਉਹ ਸਿਰਫ ਇੱਕ ਪੈਸਾ ਇਕੱਠਾ ਕਰਨ ਲਈ ਜਿਵੇਂ ਇੱਕ ਨੋਰਮਲ ਬਿਜ਼ਨਸ ਹੁੰਦਾ ਆ ਉਸ ਬਿਜ਼ਨਸ ਵਾਂਗੂ ਸਮਝ ਕੇ ਅਤੇ ਕਿਸੇ ਵੀ ਹੱਦ ਤੱਕ ਗਿਰ ਕੇ ਅਤੇ ਉਹ ਮਨੁਵਾਦੀ ਤਾਕਤਾਂ ਅੱਗੇ ਜਾਂ ਪਦਾਰਥਵਾਦ ਅੱਗੇ ਝੁੱਕ ਕੇ ਜੋ ਉਹਨਾਂ ਦਾ ਪ੍ਰਚਾਰ ਆ ਉਹਨੂੰ ਹੀ ਪ੍ਰਚਾਰੀ ਜਾ ਰਿਹਾ ਅੱਗੇ, ਸੱਚ 'ਤੇ ਪਹਿਰਾ ਨਹੀਂ ਦਿੰਦਾ। ਜਿਹੜੀ 16 ਤੇ 17 ਨਵੰਬਰ 1957 ਦੇ ਵਿੱਚ 16-17 ਨਵੰਬਰ 2 ਦਿਨ ਉਹ ਕਾਨਫਰੰਸ ਹੋਈ ਸੀ 11ਵੀਂ, ਜਿਹੜੀ ਮਾਸਟਰ ਤਾਰਾ ਸਿੰਘ ਦੀ ਅਗਵਾਈ ਦੇ ਵਿੱਚ ਹੋਈ ਸੀ। ਹਾਂਜੀ, ਉਹਦਾ ਮੇਨ ਮਨੋਰਥ ਜੇ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰੋ, ਕਿਉਂਕਿ ਉਦੋਂ ਕੁਛ ਕੁ ਮਤੇ ਪਾਸ ਹੋਏ ਸੀ ਉਹਦੇ ਵਿੱਚ। ਇੱਕ ਤਾਂ ਮੇਰੇ ਖਿਆਲ 'ਚ ਮਤਾ ਸੀਗਾ ਕਿ ਬਈ ਜਿਹੜਾ ਆਪਾਂ ਅੱਗੇ ਵੀ ਗੱਲ ਕੀਤੀ ਕਿ ਬਈ ਕੋਈ ਹੋਰ ਫਿਰਕੂ ਜਿਹੜੀ ਜਥੇਬੰਦੀ ਉਹਦਾ ਮੈਂਬਰ ਇਹਦਾ ਮੈਂਬਰ ਨਹੀਂ ਬਣ ਸਕਦਾ ਅਕਾਲੀ ਦਲ ਦਾ। ਹਾਂਜੀ, ਉਹਨਾਂ ਨੇ ਕਿਉਂਕਿ ਜਿਵੇਂ ਉਹ ਕਾਂਗਰਸ ਦਲ ਜਾਂ ਦੂਸਰੀਆਂ ਚੀਜ਼ ਆ ਗਈਆਂ ਸੀ ਜਾਂ ਹੋਰ ਉਹ ਕਈ ਪਾਰਟੀਆਂ ਸੀਗੀਆਂ, ਉਹਨਾਂ ਨੇ ਉਹਨਾਂ 'ਤੇ ਰੋਕ ਲਾਉਣ ਲਈ ਨਰੋਲ ਸਿੱਖਾਂ ਦੀ ਜਥੇਬੰਦੀ ਬਣਾ ਕੇ ਰੱਖਣ ਲਈ ਕਿਹਾ ਸੀਗਾ ਕਿ ਕਿਸੇ ਹੋਰ ਫਿਰਕੂ ਪਾਰਟੀ ਦਾ ਮੈਂਬਰ ਇਹਦਾ ਮੈਂਬਰ ਨਹੀਂ ਬਣ ਸਕਦਾ, ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਜਥੇਬੰਦ ਕੀਤਾ ਜਾਵੇ। ਹਾਂਜੀ, ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਅਹੁਦੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਅਹੁਦੇਦਾਰ ਨਾ ਬਣੇ, ਜਿਵੇਂ ਇੱਕ ਵਿਅਕਤੀ ਤਾਂ ਬਣ ਰਹੇ ਆ ਨਾ ਜੀ, ਹੁਣ ਤਾਂ ਬਹੁਤ ਕੁਛ ਹੋ ਰਿਹਾ। ਹਾਂਜੀ, ਉਹ ਉਦੋਂ ਦੀ ਗੱਲ ਆ ਜਦੋਂ ਉਹ ਅਕਾਲੀ ਦਲ ਹੁੰਦਾ ਸੀ। ਇਹਦਾ ਮਤਲਬ ਅਕਾਲੀ ਦਲ, ਜੇ ਆਪਾਂ ਦੇਖਿਆ ਅਕਾਲੀ ਦਲ ਜਿਹਨੂੰ ਅੱਜ ਬੜਾ ਨਾਮ ਨੂੰ ਵੀ ਬਦਨਾਮ ਕਰ ਦਿੱਤਾ ਗਿਆ ਪਹਿਲਾਂ, ਕਿਉਂਕਿ ਇਹਨਾਂ ਦੀਆਂ ਕਾਰਨਾਮਿਆਂ ਕਰਕੇ। ਨਹੀਂ, ਅਸਲ 'ਚ ਆਪਣੇ ਸਿੱਖ ਹੀ ਭੋਲੇ ਪਾਲਿਆ ਜਦੋਂ ਉਹਨਾਂ ਨੇ 1995 'ਚ ਕਹਿ ਦਿੱਤਾ ਕਿ ਅੱਜ ਤੋਂ ਪੰਜਾਬ ਪਾਰਟੀ ਬਣ ਗਈ। ਫਿਰ ਪੰਥਕ ਪਾਰਟੀ ਦਾ ਰਹੀ ਨਹੀਂ ਆਪਾਂ, ਮਤਲਬ ਸਿੱਖ ਇਹ ਹੁਣ ਸਿੱਖ ਕੌਮ ਦੁਬਾਰਾ ਉਹਨਾਂ ਨੂੰ ਜੇ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਆ। ਜਦੋਂ ਮੋਗਾ ਦੀ ਦਾਣਾ ਮੰਡੀ 'ਚ 1995 ਨੂੰ ਐਲਾਨ ਕਰਤਾ ਉਹਨਾਂ ਨੇ, ਉਸ ਤੋਂ ਬਾਅਦ ਤਾਂ ਉਹਨਾਂ ਨੇ ਕਿਹਾ ਸੀ ਕਿ ਅੱਜ ਤੋਂ ਅਸੀਂ ਅਧਿਕਾਰਤ ਤੌਰ 'ਤੇ ਪੰਥ ਲਫਜ਼ ਨਹੀਂ ਵਰਤਾਂਗੇ ਆਪਣੇ ਬਿਆਨਾਂ 'ਚ, ਤਾਂ ਵਰਤਦੇ ਵੀ ਨਹੀਂ। ਨਨਕਾਣਾ ਸਾਹਿਬ ਦਾ ਸਾਕਾ ਹੋਵੇ, ਬਿਆਨ ਹੁੰਦਾ ਕਿ ਨਨਕਾਣਾ ਸਾਹਿਬ ਦੇ ਸਾਕੇ 'ਚ ਪੰਜਾਬੀਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਬਿਲਕੁਲ, ਬੇਸ਼ੱਕ ਉਹ ਪੰਜਾਬੀ ਹੋਣ ਪਰ ਸਿੱਖ ਸੀਗੇ, ਕਿਉਂਕਿ ਪਰ ਉਹਨਾਂ ਨੇ ਉਹ ਕਹਿ ਦਿੱਤਾ ਕਿ ਪੰਥ ਲਫ਼ਜ਼ ਹੀ ਨਹੀਂ ਵਰਤਣਾ। ਹੁਣ ਆਪਾਂ ਉਹਨੂੰ ਕਹਿੰਦੇ ਆ ਪੰਜਾਬੀ, ਪੰਜਾਬੀ ਇੱਕ ਹੁਣ ਇੰਗਲੈਂਡ ਦੇ ਵਿੱਚ ਆ, ਇਹ ਇੱਕ ਦੇਸ਼ ਆ, ਇਹਦੇ ਵਿੱਚ ਹਰ ਵਰਗ ਦੇ ਲੋਕ ਰਹਿੰਦੇ ਆ ਉਹ, ਪਰ ਜਦੋਂ ਦੇਖੀਏ ਪਛਾਣ ਤਾਂ ਉਹਨਾਂ ਦੀ, ਅਸੀਂ ਕਹਿੰਦੇ ਅਸੀਂ ਜਦੋਂ ਇੱਥੇ ਕੋਈ ਤੁਸੀਂ ਪਛਾਣ ਦੱਸਦੇ ਬ੍ਰਿਟਿਸ਼ ਸਿੱਖ, ਹਾਂਜੀ ਇਹ ਕਹਿੰਦੇ ਆ ਸਾਰੇ, ਜਾਂ ਬ੍ਰਿਟਿਸ਼ ਜਿਹੜੇ ਬੱਚਿਆਂ ਦਾ ਇੱਥੇ ਜਨਮ ਉਹ ਆਪਣੇ ਆਪ ਨੂੰ ਉਹਨਾਂ ਨੂੰ ਕਹਿੰਦੇ ਬ੍ਰਿਟਿਸ਼ ਕਿਉਂਕਿ, ਪਰ ਹੁਣ ਇਹ ਕਹਿ ਸਕਦੇ ਪੰਜਾਬ ਦੇ ਪੰਜਾਬੀ ਹਿੰਦੂ ਜਿੱਦਾਂ ਕਹਿ ਸਕਦੇ ਨੇ, ਪੰਜਾਬੀ ਮੁਸਲਮਾਨ ਸਟੇਟ ਦੇ ਹਿਸਾਬ ਨਾਲ ਹੁੰਦਾ ਇਹ। ਉਹ ਕਾਰਨ ਵੀ ਇਹੀ ਬਣਿਆ ਨਾ, ਜੇ ਤੁਸੀਂ ਦੇਖੋ ਕਿ ਪ੍ਰਕਾਸ਼ ਸਿੰਘ ਬਾਦਲ 1969 ਦੇ ਟਾਈਮ ਤੇ ਪਹਿਲੀ ਵਾਰੀ ਬਣੇ ਸੀਗੇ ਮੁੱਖ ਮੰਤਰੀ, 5 ਸਾਲ ਪੂਰੇ ਨਹੀਂ ਕਰ ਸਕੇ, ਦੂਸਰੀ ਵਾਰੀ 78 ਚ ਬਣੇ, 5 ਸਾਲ ਪੂਰੇ ਨਹੀਂ ਕਰ ਸਕੇ ਜੀ। ਪਰ ਜਦੋਂ ਉਹਨਾਂ ਨੇ ਇਹ ਸਾਰਾ ਕੁਛ ਕਹਿ ਦਿੱਤਾ ਕਿ ਅੱਜ ਤੋਂ ਅਸੀਂ ਇਹ ਸਾਰੇ ਪ੍ਰੋਮਿਸ ਕਰਦੇ ਹਾਂ, ਉਸ ਤੋਂ ਬਾਅਦ 3 ਟਰਮਾਂ 5-5 ਸਾਲ ਦੀਆਂ ਪੂਰੀਆਂ ਕੀਤੀਆਂ, ਕਿਉਂਕਿ ਉਹ ਫਿਰ ਹਿੰਦੁਸਤਾਨ ਦੇ ਸੈਂਟਰ ਨੂੰ ਏਜੰਸੀਜ਼ ਨੂੰ ਲੱਗ ਗਿਆ ਪਤਾ ਕਿ ਇਹਨਾਂ ਦੇ ਵਿੱਚ ਹੁਣ ਉਹ ਜਿਹੜਾ ਜਜ਼ਬਾ ਸੀ ਜਾਂ ਉਹ ਕਣਕੰਡਾ ਸੀ ਉਹ ਨਹੀਂ ਰਿਹਾ। ਮਾਸਟਰ ਤਾਰਾ ਸਿੰਘ ਤੋਂ ਬਾਅਦ ਜਿਹੜੀ ਕਮਾਂਡ ਸੰਭਾਲ ਲਈ ਸੀਗੀ ਆਪਣੇ ਸੰਤ ਫਤਿਹ ਸਿੰਘ ਉਹਨਾਂ ਨੇ, ਹਾਂਜੀ, ਜਿਹਨਾਂ ਸੰਤ ਫਤਿਹ ਸਿੰਘ ਉਹਨਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੀ ਦੀਆਂ ਸਪੀਚਾਂ ਵਿੱਚ ਆਮ ਹੀ ਜ਼ਿਕਰ ਹੁੰਦਾ ਹੈ ਕਿ ਐਤਕੀ ਮੂੰਹ ਨੂੰ ਜੂਸ ਨਹੀਂ ਲੱਗੇਗਾ, ਜਾਂ ਤਾਂ ਟਾਂਡਿਆਂ ਵਾਲੀ ਰਹੂਗੀ ਅਤੇ ਜਾਂ ਭਾਂਡਿਆਂ ਵਾਲੀ। ਇਹ ਜੂਸ ਦੀ ਗੱਲ ਉਹੀ ਹੋਈ ਸੀ ਜਦੋਂ ਸੰਤ ਫਤਿਹ ਸਿੰਘ ਅਗਨ ਕੁੰਡ ਬਣਾ ਕੇ ਭੁੱਖ ਹੜਤਾਲਾਂ 'ਤੇ ਬਹਿੰਦੇ ਹੁੰਦੇ ਸੀ। ਉਹ ਬਹੁਤ ਵਾਰੀ ਇਹ ਚੀਜ਼ ਹੁੰਦੀ ਰਹਿੰਦੀ ਸੀਗੀ ਕਿ ਉਹ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਰੱਖ ਲਈ, ਫਿਰ ਉਹ ਦਿੱਲੀ ਤੋਂ ਕੋਈ ਨੁਮਾਇੰਦਾ ਉਹਨਾਂ ਨੇ ਭੇਜਤਾ, ਕੋਈ ਉਹ ਜੂਸ ਲਾ ਲਿਆ, ਫਿਰ ਉਹ ਉਸ ਵੇਲੇ ਇੱਕ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਿਆ ਸੀਗੇ ਇਹ ਚੀਜ਼ 'ਤੇ। ਫਿਰ ਉਸ ਵੇਲੇ ਦਰਸ਼ਨ ਸਿੰਘ ਫੇਰੂ ਮਾਨ ਸਾਹਿਬ ਨੇ ਇਹਨੂੰ ਚੈਲੰਜ ਦੇ ਰੂਪ ਵਿੱਚ ਪ੍ਰਵਾਨ ਕੀਤਾ ਕਿ ਜਦੋਂ ਕਹਿੰਦੇ ਸੀ ਸਿੱਖਾਂ ਵਿੱਚ ਪੁਰਾਣੇ ਸਿੱਖਾਂ, ਪਰ ਉਦੋਂ ਦੇਖੋ ਦਰਸ਼ਨ ਸਾਹਿਬ ਫੇਰੂ ਮਾਨ ਸਾਹਿਬ ਉਹਨਾਂ ਨੇ ਸ਼ਹਾਦਤ ਦਿੱਤੀ, ਉਹਨਾਂ ਨੂੰ ਵੀ ਉਸ ਸਮੇਂ ਦੇ ਅਕਾਲੀਆਂ ਵੱਲੋਂ ਬਦਨਾਮ ਕੀਤਾ ਗਿਆ ਕਿ ਉਹ ਤਾਂ ਕਾਂਗਰਸੀਆ ਸੀਗਾ। ਮਤਲਬ ਮੈਂ ਤਾਂ ਇਹ ਕਹਿੰਦਾ ਜਦੋਂ ਅੱਜ ਵੀ ਕੋਈ ਕਹਿੰਦਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਾਂਗਰਸੀ, ਈਵਨ ਉਹ ਆਪ ਕਹਿੰਦੇ ਸੀਗੇ ਕਿ ਮੈਂ ਆਹ ਕੰਮ ਕਰਦਾ ਜੇ ਇਹ ਕਾਂਗਰਸੀਆਂ ਵਾਲੇ ਆ ਮੈਂ ਕਾਂਗਰਸੀ ਹਾਂ, ਬਿਲਕੁਲ, ਤਾਂ ਦਾਸ ਤੇ ਆਪ ਕਹਿੰਦਾ ਕਿ ਜੇ ਦਰਸ਼ਨ ਸਿੰਘ ਫੇਰੂ ਮਾਨ ਸਾਹਿਬ ਵਰਗੇ ਕਾਂਗਰਸੀ, ਮਤਲਬ
ਜੋ ਉਹਨਾਂ ਨੇ ਫਿਰ ਕੌਮ ਲਈ ਕੀਤਾ, ਉਹ ਕਾਂਗਰਸ ਦੇ ਫਿਰ ਇਹੋ ਜਿਹੇ ਕਾਂਗਰਸ ਦੇ ਕਰਕੇ ਜੰਮਣ, ਫਿਰ ਇਹੋ ਜਿਹੇ ਕਾਂਗਰਸ ਹੀ ਠੀਕ ਆ, ਫਿਰ ਆਪਾਂ ਅਕਾਲੀ ਦਲ ਤੋਂ ਜਾਂ ਪੰਜਾਬ ਪਾਰਟੀ ਤੋਂ ਕੀ ਲੈਣਾ? ਬਿਲਕੁਲ, ਜਿੱਦਾਂ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਨੂੰ ਕਹਿੰਦੇ ਸੀ ਕਿ ਕਾਂਗਰਸ ਇਹੋ ਜਿਹੇ ਕਾਂਗਰਸ ਹੀ ਹੁੰਦੇ, ਫਿਰ ਉਹ ਤਾਂ ਕਾਂਗਰਸ ਦੇ ਕਰ ਜੰਮਣ, ਜਿਹੜੇ ਆਪਣਾ ਘਰ ਘਾਟ ਸਾਰਾ ਕੁਝ ਛੱਡ ਕੇ ਤਿਆਗ ਕੇ ਕੌਮ ਲਈ ਜੂਝਦੇ ਆ, ਕੌਮ ਲਈ ਕੁਰਬਾਨੀਆਂ ਕਰਦੇ ਆ, ਉਹਨੂੰ ਕੋਈ ਵੀ ਲੇਬਲ ਲਾਈ ਜਾਵੇ, ਲੇਬਲ ਮੈਟਰ ਨਹੀਂ ਕਰਦਾ। ਹੁਣ ਤਾਂ ਜਿਵੇਂ ਦੋ ਗਲਾਸ ਹੋਣ ਨਾ, ਇੱਕ 'ਚ ਦੁੱਧ ਹੋਵੇ ਇੱਕ 'ਚ ਪਾਣੀ ਹੋਵੇ, ਤੇ ਦੋਨਾਂ ਨੂੰ ਫੈਂਟਦੇ ਰਹੋ, ਕੁਛ ਚਿਰ ਬਾਅਦ ਦੋਨਾਂ 'ਚ ਕੱਚੀ ਲੱਸੀ ਜੀ ਬਣ ਜਾਂਦੀ ਆ। ਜਿੰਨੀ ਤੇਜ਼ੀ ਦੇ ਨਾਲ ਅਕਾਲੀ ਦਲ 'ਚੋਂ ਪੰਜਾਬ ਪਾਰਟੀ 'ਚੋਂ ਬੰਦੇ ਕਾਂਗਰਸ 'ਚ ਜਾਂਦੇ ਆ, ਅਤੇ ਕਾਂਗਰਸ ਵਿੱਚੋਂ ਪੰਜਾਬ ਪਾਰਟੀ ਅਕਾਲੀ ਦਲ 'ਚ ਆਉਂਦੇ ਆ, ਉਹ ਦੋਨਾਂ 'ਚ ਕੱਚੀ ਲੱਸੀ ਜੀ ਪਈ ਆ, ਉਹ ਪਤਾ ਨਹੀਂ ਕਿੱਥੇ ਉਹਨਾਂ ਨੂੰ ਆਪਣੇ ਆਪ ਨੂੰ ਜਸਟੀਫਾਈ ਕਿਵੇਂ ਕਰਦੇ ਆ। ਸੰਤ ਜਰਨੈਲ ਸਿੰਘ ਹੁਣ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਵੀ ਇਹੀ ਕਿਹਾ ਕਿ ਉਹ ਕਾਂਗਰਸ ਦੀ ਉਪਜ ਨੇ, ਉਹ ਕਾਂਗਰਸੀ ਨੇ, ਉਹ ਕਾਂਗਰਸ ਵਾਲਿਆਂ ਵੱਲੋਂ ਖੜੇ ਕੀਤੇ ਗਏ ਨੇ। ਸੰਤਾਂ ਨੇ ਵੀ ਇਹੀ ਕਿਹਾ ਸੀਗਾ ਕਿ ਸਮਾਂ ਜਿਹੜਾ ਉਹ ਸਮਾਂ ਦੱਸੇਗਾ ਕਿਹੜਾ ਕਾਂਗਰਸੀ ਹੈ, ਕਿਹੜਾ ਪੰਥ ਪ੍ਰਸਤ ਹੈ। ਅਤੇ ਇਹੀ ਗੱਲ ਅਗਾਂਹ ਬਾਬਾ ਮਾਨੋਚਾਲ ਸਾਹਿਬ ਹੋਣਾ ਨੇ ਕਹੀ, ਜਦੋਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਹੋਣਾ 'ਤੇ ਵੀ ਸੇਮ ਇਹੀ ਕਿਹਾ ਗਿਆ ਕਿ ਉਹ ਬੂਟਾ ਸਿੰਘ ਦਾ ਬੰਦਾ ਹੈ ਜਾਂ ਕਾਂਗਰਸ ਨਾਲ ਰਲਿਆ ਹੋਇਆ ਹੈ। ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਸਮਾਂ ਜਿਹੜਾ ਵਾ ਉਹ ਸਮਾਂ ਦੱਸੇਗਾ। ਬਾਬਾ ਜਰਨੈਲ ਸਿੰਘ ਹੋਣਾ ਨੇ ਵੀ ਦੱਸਤਾ, ਜਿਹੜੇ ਬਾਬਾ ਜਰਨੈਲ ਸਿੰਘ ਹੋਣਾ ਨੂੰ ਕਹਿੰਦੇ ਸੀ ਕਾਂਗਰਸੀ, ਅੱਜ ਉਹ ਆਪ ਕਿੱਥੇ ਨੇ। ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪੈਰਾਂ ਦੇ ਵਿੱਚ ਬੈਠ ਕੇ, ਉਸ ਟਾਈਮ ਵੀ ਉਹਨਾਂ ਦੇ ਪੈਰਾਂ 'ਚ ਬੈਠ ਕੇ ਮੰਗਦੇ ਹੁੰਦੇ ਸੀ ਟਾਈਮ ਸਟੇਜ 'ਤੇ ਬੋਲਣ ਦਾ। ਕਿਤੇ ਇਹਨਾਂ ਨੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ, ਕਿਤੇ ਤਿਰੰਗੇ ਝੰਡੇ ਨੂੰ ਅੱਗ ਲਾਈ, ਅਤੇ ਕਈ ਵਾਰ ਨਾਅਰੇ ਲਾਏ ਪੰਜਾਬੀ ਸੂਬਾ ਮੋਰਚਾ ਜ਼ਿੰਦਾਬਾਦ ਦੇ, ਕਈ ਵਾਰ ਨਾਅਰੇ ਲਾਏ ਖਾਲਿਸਤਾਨ ਜ਼ਿੰਦਾਬਾਦ ਦੇ। ਸੰਨ 1977 ਵਿੱਚ ਜਦੋਂ ਸੰਤ ਜੀ ਨੂੰ ਦਸਤਾਰ ਦਿੱਤੀ ਗਈ ਟਕਸਾਲ ਦੀ, ਮੇਰਾ ਖਿਆਲ 27 ਜਾਂ 28 ਸਾਲ ਦੀ ਉਮਰ ਉਹਨਾਂ ਦੀ ਉਮਰ ਹੋਊਗੀ, ਜਦੋਂ ਉਹ ਸਪੀਚ ਕਰਨ ਲਈ ਖੜ੍ਹੇ ਹੋਏ ਤਾਂ ਸਪੀਚਾਂ ਆਪਾਂ ਦੇਖਦੇ ਹਾਂ, ਉਹਦੇ ਵਿੱਚ ਇੰਨੇ ਸੰਤ ਮਹਾਂਪੁਰਖ ਬੈਠੇ ਆ, ਸੰਤ ਜੀ ਨੇ ਬਿਨਾਂ ਕੋਈ ਕਾਗਜ਼ 'ਤੇ ਨਾਂ ਲਿਖੇ ਤੋਂ, ਹਾਂਜੀ, ਸਾਰਿਆਂ ਦੇ ਨਾਂ ਪੜ੍ਹੇ ਜਾਂ ਸਾਰੀ ਸਪੀਚ ਜੋ ਉਹਨਾਂ ਨੇ ਕੀਤੀ ਉਹ ਕਿਤੇ ਲਿਖੀ ਉਹ ਨਹੀਂ ਸੀਗੀ। ਬਿਲਕੁਲ ਜੀ। ਅਤੇ ਫਿਰ ਜਿਵੇਂ ਉਹ ਆਪਾਂ ਅਕਸਰ ਜ਼ਿਕਰ ਕੀਤਾ ਪਿਛਲੇ ਪ੍ਰੋਗਰਾਮ ਵਿੱਚ ਵੀ ਜ਼ਿਕਰ ਕੀਤਾ, ਜੋ ਸੀਨੀਅਰ ਬਾਦਲ ਨੇ ਕਿਹਾ ਸੀਗਾ, ਅਤੇ ਬਿਲਕੁਲ ਵੀ ਕੋਈ ਜ਼ਰੂਰਤ ਹੋਈ ਤਾਂ ਦੱਸਿਓ, ਅਤੇ ਸੰਤ ਜੀ ਨੇ ਉਹ ਜੋ ਹਵਾਲਾ, ਉਹ ਗੱਲ ਆਪਾਂ ਅੱਗੇ ਐਡ ਕਰਨੀ ਹੈ ਕਿਉਂਕਿ ਇਹ ਸਾਰਾ ਅਕਾਲੀ ਦਲ ਦਾ ਇਤਿਹਾਸ ਚੱਲ ਰਿਹਾ ਵਾ। ਹਾਂਜੀ, ਗੱਲ ਆਉਂਦੀ 1972 ਦੀ। 1972 ਦੇ ਵਿੱਚ ਸੰਤ ਫਤਿਹ ਸਿੰਘ ਉਸਦੀ ਅਗਵਾਈ ਦੇ ਵਿੱਚ ਜਿਹੜੀ ਹਾਰ ਹੋਈ ਸੀ ਅਕਾਲੀ ਦਲ ਦੀ ਬਹੁਤ ਵੱਡੀ, ਜਿਵੇਂ ਆਹ ਹਾਰ ਹੋਈ ਆ, ਜਿਵੇਂ ਆਹ ਹਾਰ ਹੋਈ ਪੁਰਾਣੇ ਸਮੇਂ ਵਿੱਚ 1972 ਵਿੱਚ ਇਹੋ ਜਿਹੀ ਹਾਰ ਹੋਈ ਸੀਗੀ ਨਮੋਸ਼ੀ। 1972 ਦੇ ਵਿੱਚ ਹਾਰ ਹੋਈ ਤਾਂ ਨੌਜਵਾਨ ਜਿਹੜੇ ਸੀਗੇ ਉਸ ਟਾਈਮ ਪਾਰਟੀ ਦੇ ਵਰਕਰ ਸੀ, ਉਹਨਾਂ ਨੂੰ ਲੱਗਿਆ ਕਿ ਪਾਰਟੀ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਆ ਹਾਰ ਦਾ ਉਹ ਸੰਤ ਫਤਿਹ ਸਿੰਘ ਆ। ਫਿਰ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਸੀ ਜਿਸ ਦੇ ਵਿੱਚ ਸੰਤ ਫਤਿਹ ਸਿੰਘ ਨੂੰ ਪਾਰਟੀ ਤੋਂ ਅਹੁਦੇ ਤੋਂ ਲਾਹ ਦਿੱਤਾ ਸੀ 1972 ਦੇ ਵਿੱਚ। ਇਹ ਮੇਰੇ ਖਿਆਲ ਅਕਤੂਬਰ ਦੇ ਮਹੀਨੇ ਬੁਲਾਈ ਸੀ। ਹਾਂਜੀ, ਇਹ 17 ਮਾਰਚ, ਇਹ ਪਹਿਲਾਂ 1972 ਵਿੱਚ ਇਹ ਜਦੋਂ ਹਾਰ ਹੁੰਦੀ ਆ, ਤੇ 17 ਮਾਰਚ 1972 ਨੂੰ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਮੰਗ ਉਠਾਈ ਸੀ। ਹਾਂ, ਮੰਗ ਉਠਾਈ ਸੀਗੀ ਜੀ। ਤੇ ਉਸ ਤੋਂ ਕੁਛ ਦਿਨਾਂ ਬਾਅਦ ਫਿਰ ਅਕਤੂਬਰ ਦੇ ਮਹੀਨੇ ਸ਼ਾਇਦ ਸੰਤ ਫਤਿਹ ਸਿੰਘ ਉਹਨਾਂ ਨੇ ਕਹਿਤਾ ਸੀਗਾ ਕਿ ਮੈਂ ਪੱਕੇ ਤੌਰ ਤੇ ਸਿਆਸਤ ਤੋਂ ਕਿਨਾਰਾ ਕਰਦਾ, ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਵੀ ਜਦੋਂ ਕਿਨਾਰਾ ਕਰ ਲਿਆ ਕਿ ਥੋੜੇ ਦਿਨਾਂ ਬਾਅਦ ਇੱਕ ਕਾਨਫਰੰਸ ਬੁਲਾਈ ਗਈ ਸੀਗੀ। ਖੱਡਾ ਸਾਹਿਬ 19 ਮਾਰਚ 1972 ਨੂੰ ਫਤਿਹ ਸਿੰਘ ਨੇ ਸਿਆਸਤ ਛੱਡਣ ਦਾ ਪਹਿਲਾਂ ਐਲਾਨ ਕਰਤਾ ਸੀ ਜੀ, ਤੇ ਉਹਨਾਂ ਨੂੰ 25 ਮਾਰਚ 1972 ਨੂੰ ਜਥੇਦਾਰ ਮੋਹਨ ਸਿੰਘ ਤੁੜ ਨੂੰ ਪ੍ਰਧਾਨ ਬਣਾਉਣ ਦਾ ਉਹਨਾਂ ਨੇ ਫੈਸਲਾ ਕਰ ਲਿਆ। ਹਾਂਜੀ, ਤੇ ਫਿਰ ਅਧਿਕਾਰਤ ਤੌਰ ਤੇ 11 ਅਕਤੂਬਰ 1972 ਨੂੰ ਜਥੇਦਾਰ ਮੋਹਨ ਸਿੰਘ ਤੁੜ ਨੂੰ ਪ੍ਰਧਾਨ ਬਣਾਇਆ ਗਿਆ, ਤੇ ਸੰਤ ਫਤਿਹ ਸਿੰਘ ਨੂੰ ਉਮੀਦ ਸੀਗੀ ਕਿ ਮੇਰਾ ਮੈਂ ਪ੍ਰਧਾਨ ਸੀਗਾ, ਮੈਨੂੰ ਸਰਪ੍ਰਸਤ ਜਾਂ ਕੁਛ ਕਰਕੇ ਐਡਜਸਟ ਕਰ ਲੂਗੇ, ਤੇ ਉਹ ਕੁਛ ਵੀ ਨਹੀਂ ਮਿਲਿਆ, ਕਿਉਂਕਿ ਉਦੋਂ ਸੰਤ ਫਤਿਹ ਸਿੰਘ ਦੇ ਖਿਲਾਫ ਜਿਹੜੇ ਨੌਜਵਾਨ ਸੀ ਪਾਰਟੀ ਵਰਕਰ ਸੀ ਉਹਨਾਂ ਦਾ ਦਿਲ ਦੇ ਵਿੱਚ ਗੁੱਸਾ ਬਹੁਤ ਸੀਗਾ ਕਿ ਇਸ ਬੰਦੇ ਨੇ ਪਾਰਟੀ ਨੂੰ ਹਰਾਤਾ, ਜਾਂ ਕਿਉਂਕਿ ਉਹ ਸਮਾਂ ਜਿਹੜਾ ਸੀਗਾ ਉਸ ਸਮੇਂ ਬਹੁਤ ਭਾਰੂ ਅਕਾਲੀ ਦਲ ਤੇ ਕੀ ਪੰਜਾਬ ਦੇ ਉੱਤੇ ਵੀ ਬਹੁਤ ਭਾਰਾ ਸਮਾਂ ਸੀਗਾ, ਕਿਉਂਕਿ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਇਹ ਸੀਗਾ ਕਿ ਇਸ ਹਾਰ ਦਾ ਮੇਨ ਕਾਰਨ ਫਤਿਹ ਸਿੰਘ ਹੀ ਹੈ। ਜਿੱਦਾਂ ਅੱਗੇ ਆਪਾਂ ਗੱਲ ਕੀਤੀ ਕਿ ਜਦੋਂ ਸਰਬਜੀਤ ਸਿੰਘ ਉਹਨਾਂ ਨੇ ਦੱਸਿਆ ਕਿ ਕਦੇ ਜੂਸ ਪੀ ਲੈਣਾ, ਜਦੋਂ ਦਿੱਲੀ ਤੋਂ ਸੁਨੇਹਾ ਆਉਣਾ ਫਿਰ ਉਹਨਾਂ ਦੀ ਗੱਲ ਮੰਨ ਕੇ ਕੁਛ ਕੁ ਦਿਨ ਭੁੱਖ ਹੜਤਾਲ ਰੱਖ ਕੇ ਉੱਠ ਖੜਨਾ, ਇਸੇ ਕਰਕੇ ਜਿਹੜਾ ਸਿੱਖਾਂ ਦੇ ਅਤੇ ਉਸ ਸਮੇਂ ਦੇ ਵਰਕਰਾਂ ਦੇ ਵਿੱਚ ਜਿਹੜਾ ਰੋਸ ਸੀਗਾ ਉਹਦੇ ਕਰਕੇ ਫਤਿਹ ਸਿੰਘ ਉਹਨਾਂ ਨੂੰ ਇਸ ਪਾਰਟੀ ਦੇ ਉੱਤੋਂ ਲਾਹ ਦੇ, ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਸੀ, ਉਹ ਮੰਨਦੇ ਸੀ ਕਿ ਇੱਕ ਹਾਰਿਆ ਹੋਇਆ ਲੀਡਰ ਹੈ, ਤੇ ਕੁਛ ਕੁ ਦਿਨਾਂ ਬਾਅਦ ਫਤਿਹ ਸਿੰਘ ਉਹਨੇ ਜਿਹੜਾ ਉਹ ਚੜ੍ਹਾਈ ਕਰ ਗਏ ਸੀ। 30 ਅਕਤੂਬਰ ਵਾਲੇ ਦਿਨ ਉਹਨਾਂ ਦੀ ਮੌਤ ਹੋ ਜਾਂਦੀ ਆ, ਕਿਉਂਕਿ ਉਹਨਾਂ ਨੂੰ ਇਹ ਲੀਡਰਾਂ ਦੀ ਜਾਨ, ਜਿਵੇਂ ਉਹ ਇੱਕ ਦੰਦ ਕਥਾ ਜੀ ਹੁੰਦੀ ਆ ਕਿ ਰਾਕਸ਼ਸ ਦੀ ਜਾਨ ਤੋਤੇ ਵਿੱਚ ਸੀਗੀ, ਤੇ ਲੀਡਰਾਂ ਦੀ ਜਾਨ ਕੁਰਸੀ ਵਿੱਚ ਹੁੰਦੀ ਆ। ਤੁਸੀਂ ਦੇਖਿਆ ਹੋਊਗਾ ਅਕਸਰ ਹੀ ਕਿ ਲੀਡਰ ਦੌੜੇ ਫਿਰਦੇ ਹੁੰਦੇ ਘੋੜੇ ਵਾਂਗੂ, ਅਚਾਨਕ ਉਹਨਾਂ ਤੋਂ ਕੁਰਸੀ ਖੁੱਸ ਜਾਵੇ ਜਾਂ ਕਿਤੇ ਗ੍ਰਿਫਤਾਰੀ ਦਾ ਆਰਡਰ ਆ ਜਾਵੇ, ਤੇ ਦੂਜੇ ਦਿਨ ਉਹ ਹਸਪਤਾਲ ਵਿੱਚ ਐਡਮਿਸ਼ਨ ਹੋ ਜਾਂਦੇ, ਐਡਮਿਸ਼ਨ ਲੈ ਲੈਂਦੇ ਆ। 1900 ਇਸ
ਜਿਹੜਾ ਸੀਗਾ 1972, ਇਸ ਤੋਂ ਬਾਅਦ ਐਮਰਜੈਂਸੀ ਲੱਗਦੀ ਕੁਛ ਸਾਲਾਂ ਬਾਅਦ। ਹਾਂਜੀ 1975 ਚ। ਹਾਂ, ਐਮਰਜੈਂਸੀ ਦੇ ਵਿੱਚ ਇਹ ਅਕਾਲੀ ਦਲ ਦਾ ਕੀ ਰੋਲ ਸੀ? ਐਮਰਜੈਂਸੀ ਦੇ ਵਿੱਚ ਜਨਸੰਘ ਨੂੰ ਜਾਂ ਐਮਰਜੈਂਸੀ ਮੈਡਮ ਨੇ ਬੁਲਾ ਕੇ ਸਾਰੇ ਦੇਸ਼ ਦੇ ਬਾਕੀ ਲੀਡਰਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕੀਤਾ ਸੀ। ਕਿਸੇ ਸਿੱਖ ਲੀਡਰ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਜੀ, ਕਿਉਂਕਿ ਇਹ ਸੀਨੀਅਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੀ ਜਨਸੰਘ ਨਾਲ ਗੂੜੀ ਸਾਂਝ ਆ। ਉਹ ਗੂੜੀ ਸਾਂਝ ਪਗਾਉਣ ਲਈ ਇਹਨਾਂ ਨੇ ਅਕਾਲੀ ਦਲ ਵੱਲੋਂ ਫੈਸਲਾ ਲੈ ਲਿਆ ਕਿ ਮਤਲਬ ਕਿ ਅਸੀਂ ਮੋਰਚੇ ਲਾਵਾਂਗੇ ਅਤੇ ਇਹ ਜਿਹੜਾ ਲੋਕਤੰਤਰ ਦੇ ਖਿਲਾਫ ਜਿਹੜਾ ਇਹ ਮੈਡਮ ਨੇ ਐਮਰਜੈਂਸੀ ਲਾਈ ਆ, ਲੋਕਤੰਤਰ ਦਾ ਗਲ ਘੁੱਟਿਆ ਜੀ। ਮੈਡਮ ਨੇ ਆਪਣੇ ਕੁਛ ਬੰਦੇ ਵੀ ਏਲਚੀ ਹੁੰਦੇ ਆ, ਉਹਨਾਂ ਰਾਹੀਂ ਸੁਨੇਹੇ ਵੀ ਭਿਜਵਾਏ ਕਿ ਮੇਰਾ ਤੁਹਾਡੇ ਨਾਲ ਕੋਈ ਟੈਨਸ਼ਨ, ਕੋਈ ਪ੍ਰੋਬਲਮ ਨਹੀਂ ਹੈ, ਵੀ ਤੁਸੀਂ ਆਪਣੀਆਂ ਮੰਗਾਂ ਲੈ ਕੇ ਆ ਕੇ ਮੈਨੂੰ ਮਿਲ ਸਕਦੇ ਆ। ਪਰ ਜਦੋਂ ਫੈਸਲਾ ਲੈ ਲਿਆ ਗਿਆ ਸੀਗਾ ਬਹੁ ਸੰਮਤੀ ਦੇ ਨਾਲ, ਅਤੇ ਉਹ ਫਿਰ ਬਹੁਤ ਵੱਡਾ ਅਕਾਲੀ ਦਲ ਨੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਅਤੇ ਸਰਕਾਰ ਦੇ ਘੱਟੋ ਘੱਟ ਪੰਜਾਬ ਸਰਕਾਰ ਦੇ ਤਾਂ ਬਿਲਕੁਲ ਹੀ ਨੱਕ 'ਚ ਦਮ ਕਰਤਾ। ਜੇਲ੍ਹਾਂ 'ਚ ਜਗ੍ਹਾ ਨਹੀਂ ਬਚੀ ਉਹਨਾਂ ਕੋਲ ਸਿੰਘਾਂ ਨੂੰ ਰੱਖਣ ਲਈ। ਉਸ ਤੋਂ ਐਮਰਜੈਂਸੀ ਤੋਂ ਬਾਅਦ ਫਿਰ ਅਕਾਲੀਆਂ ਦੀ ਸਰਕਾਰ ਦੁਬਾਰਾ ਫਿਰ ਪੰਜਾਬ ਵਿੱਚ ਆਉਂਦੀ ਹੈ। ਹਾਂਜੀ, ਉਸ ਜਦੋਂ ਸਰਕਾਰ ਆਉਂਦੀ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਦੀ, ਤਾਂ ਉਸ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਅਤੇ ਉਹ ਸਵਰਗ ਵਾ ਅਤੇ ਸੁਧਾਰ ਜਾਂਦੇ, ਸੱਚਖੰਡ ਨੂੰ ਚਲੇ ਜਾਂਦੇ। ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਹੋਣਾ ਦੀ ਦਸਤਾਰਬੰਦੀ ਹੁੰਦੀ ਹੈ, 14ਵੇਂ ਮੁਖੀ ਚੁਣੇ ਜਾਂਦੇ ਨੇ ਦਮਦਮੀ ਟਕਸਾਲ ਦੇ। ਅਸੀਂ ਜਿਹੜਾ ਪਿਛਲਾ ਇਤਿਹਾਸ ਦਾ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਇਸ ਗੱਲ ਦੇ ਉੱਤੇ ਜ਼ਿਕਰ ਕੀਤਾ ਸੀ, ਕਿਉਂਕਿ ਇਹ ਗੱਲਾਂ ਵਾਰ ਵਾਰ ਵਿੱਚ ਆਉਂਦੀਆਂ। ਸਾਡਾ ਇਤਿਹਾਸ ਕਿਤੇ ਨਾ ਕਿਤੇ ਆ ਕੇ 84 ਦੇ ਨਾਲ ਜ਼ਰੂਰ ਜੁੜਦਾ, ਭਲਾ ਪੰਜਾਬੀ ਸੂਬੇ ਮੋਰਚੇ ਦਾ ਲੈ ਲਓ ਜਾਂ ਸਾਡਾ ਕਿਸੇ ਵੀ ਸਾਕਾ ਲੈ ਲਓ, ਗੁਰੂ ਸਾਹਿਬਾਂ ਦੇ ਵੇਲੇ ਦਾ ਲੈ ਲਓ, ਉਹ ਅੰਤ ਨੂੰ ਆ ਕੇ 84 ਦੇ ਉੱਤੇ ਜ਼ਰੂਰ ਖੜਦਾ ਹੈ। ਸੰਤ ਜਰਨੈਲ ਸਿੰਘ ਹੋਣਾ ਦੀ ਜਦੋਂ ਦਸਤਾਰਬੰਦੀ ਹੁੰਦੀ ਹੈ ਤਾਂ ਉਦੋਂ ਅਕਾਲੀ ਦਲ ਨੇ ਸੰਤਾਂ ਨੂੰ ਕਿਹਾ ਸੀ ਕਿ ਜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜਾਂ ਦਮਦਮੀ ਟਕਸਾਲ ਨੂੰ ਕੁਛ ਚਾਹੀਦਾ, ਤਾਂ ਉਦੋਂ ਪ੍ਰਕਾਸ਼ ਸਿੰਘ ਬਾਦਲ ਸੀਗੇ ਮੁੱਖ ਮੰਤਰੀ। ਮੈਂ ਇਸ ਗੱਲ 'ਤੇ ਆਉਣ ਤੋਂ ਪਹਿਲਾਂ ਜਥੇਦਾਰ ਮੋਹਨ ਸਿੰਘ ਤੁੜ ਦੀ ਅਗਵਾਈ ਵਿੱਚ ਜਨਤਾ ਪਾਰਟੀ ਦੀ ਜਦੋਂ ਸਰਕਾਰ ਬਣਨੀ ਸੀ, ਮਹਾਰਾਜ ਜੀ ਦਸਾਈ ਪ੍ਰਧਾਨ ਮੰਤਰੀ ਬਣਨੇ ਸੀਗੇ, 8 ਅਕਾਲੀ ਐਮ ਪੀ ਜਿੱਤੇ ਸੀਗੇ। ਜਥੇਦਾਰ ਮੋਹਨ ਸਿੰਘ ਤੁੜ ਉਹਨਾਂ ਦੇ ਲੀਡਰ ਸੀਗੇ ਅਤੇ ਉਹ ਫਿਰ ਸਹੁੰ ਚੁੱਕ ਸਮਾਗਮ ਦੇਰ ਹੋ ਰਹੀ ਸੀ ਅਤੇ ਮਰਾਰਜੀ ਦਸਾਈ ਵਾਰ ਵਾਰ ਪੁੱਛ ਰਿਹਾ ਸੀ ਕਿ ਪੰਜਾਬ ਵਾਲੇ ਕਹਾਂ ਰਹਿ ਗਏ, ਤਾਂ ਉਹ ਕਹਿੰਦੇ ਬਾਹਰ ਸਿਕਿਉਰਿਟੀ ਗਾਰਡਾਂ ਨਾਲ ਉਲਝੇ ਹੋਏ ਆ, ਅਤੇ ਉਹ ਮਰਾਰਜੀ ਦਸਾਈ ਆਪ ਆਇਆ ਅਤੇ ਜਥੇਦਾਰ ਮੋਹਨ ਸਿੰਘ ਤੁੜ ਉਹਨਾਂ ਕੋਲ 3.5 ਫੁੱਟੀ ਕਿਰਪਾਨ ਸੀਗੀ, ਅਤੇ ਉਹ ਕਹਿੰਦੇ ਸੀਗੇ ਕਿ ਮੈਂ ਅਕਾਲੀ ਦਲ ਦਾ ਪ੍ਰਧਾਨ ਆ, ਨੁਮਾਈ ਇਹਨਾਂ ਦਾ ਜਥੇਦਾਰ ਵੀ ਪ੍ਰਧਾਨ ਆ ਅਤੇ ਮੈਂ ਕਿਰਪਾਨ ਸਮੇਤ ਆਉਣਾ। ਮਰਾਰਜੀ ਦਸਾਈ ਨੇ ਬਾਕੀਆਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸੱਤ ਆ ਜਾਓ, ਉਹ ਕਹਿੰਦੇ ਕਿ ਨਹੀਂ ਇਹ ਸਾਡੇ ਆਗੂ ਆ, ਜਦੋਂ ਤੱਕ ਇਹਨਾਂ ਨੂੰ ਨਹੀਂ ਆਉਣ ਦਿੱਤਾ ਜਾਂਦਾ ਉਨੀ ਦੇਰ ਤੱਕ ਅਸੀਂ ਵੀ ਨਹੀਂ ਆਵਾਂਗੇ। ਫਿਰ ਮਰਾਰਜੀ ਦਸਾਈ ਦੀ ਜ਼ਿੰਮੇਵਾਰੀ ਅਤੇ ਉਹਦੇ ਕਹਿਣ 'ਤੇ ਉਹ ਜਥੇਦਾਰ ਮੋਹਨ ਸਿੰਘ ਤੋੜ 3.5 ਫੁੱਟੀ ਕਿਰਪਾਨ ਸਮੇਤ ਪਾਰਲੀਮੈਂਟ ਵਿੱਚ ਆਏ ਸੀਗੇ। ਪਾਰਲੀਮੈਂਟ ਦੇ ਵਿੱਚ ਇਹ ਆਪਾਂ ਜ਼ਰੂਰ ਅੱਗੇ ਗੱਲ ਕਰਨੀ, ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਇਹੀ ਘਟਨਾ ਦੁਬਾਰਾ ਵਾਪਰੀ ਹੈ, ਇਹ ਘਟਨਾ ਇਸ ਘਟਨਾ ਕਰਕੇ ਜ਼ਿਕਰ ਕੀਤਾ। ਵੈਸੇ ਤਾਂ ਯਾਸਰ ਅਰਾਫਾਤ ਜਿਹੜੇ ਕਿ ਫਲਸਤੀਨ ਦੇ ਮੁਖੀ ਆ, ਉਹ ਆਪਣੇ ਰਿਵਾਲਵਰ ਸਮੇਤ ਆ ਚੁੱਕੇ ਆ ਜੀ। ਪਿੱਛੇ ਜੇ ਜਦੋਂ UPA ਦੀ ਗਵਰਨਮੈਂਟ ਸੀਗੀ ਤੇ ਮੈਡਮ ਸੋਨੀਆ ਗਾਂਧੀ ਦੀ ਬੇਟੀ ਪ੍ਰਿਯੰਕਾ ਗਾਂਧੀ ਵਿਜ਼ਿਟਿੰਗ ਗੈਲਰੀ 'ਚ ਸੀਗੀ ਅਤੇ ਉਹਦੇ ਜਿਹੜੇ ਬੋਡੀਗਾਰਡ ਸੀਗੇ ਸਾਰਿਆਂ ਹਥਿਆਰਾਂ ਸਮੇਤ ਵਿਜ਼ਿਟਿੰਗ ਗੈਲਰੀ 'ਚ ਬੈਠੇ ਸੀਗੇ। ਤੇ ਪੱਖਪਾਤ ਦੀ ਗੱਲ ਹੀ ਆ ਸਿੱਖਾਂ ਦੇ ਨਾਲ, ਉਹ ਤੇ ਓਬਵੀਅਸਲੀ ਹਰੇਕ ਸਟੈਪ ਤੇ ਹੁੰਦਾ ਆ ਰਿਹਾ। ਤੇ ਜੇ ਤੁਸੀਂ ਉਹ ਜਿਹੜੀ ਘਟਨਾ ਉਹ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਜ਼ਿਕਰ ਕੀਤਾ ਸੀ, ਦਾਸ ਨੇ ਹੁਣ ਵੀ ਥੋੜਾ ਜਿਹਾ ਟੱਚ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਸੰਤ ਜੀ ਦੀ ਉਮਰ 27 ਜਾਂ 28 ਸਾਲ ਦੀ ਹੋਊਗੀ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਦਮਦਮੀ ਟਕਸਾਲ ਨੂੰ ਜੇ ਸਰਕਾਰ ਤੋਂ ਕੁਛ ਚਾਹੀਦਾ ਹੋਵੇ ਤਾਂ ਸਾਨੂੰ ਦੱਸਿਓ, ਅਤੇ ਉਹਨਾਂ ਨੇ ਉਸੇ ਵੇਲੇ ਇਹ ਕੰਡੈਮ ਕਰਤੀ ਸੀ ਜੀ ਕਿ ਦਸਮ ਪਾਤਸ਼ਾਹ ਵੱਲੋਂ ਚਲਾਈ ਹੋਈ ਦਮਦਮੀ ਟਕਸਾਲ ਹੈ, ਜੇ ਸਰਕਾਰ ਨੂੰ ਕੁਛ ਚਾਹੀਦਾ ਹੋਵੇ ਤਾਂ ਸਾਨੂੰ ਦੱਸੇ। ਬਿਲਕੁਲ ਜੀ, ਇਹੋ ਜਿਹਾ ਜਿਹੜਾ ਸੱਚ ਹੁੰਦਾ ਆ ਇਹ ਛੁਪਿਆ ਨਹੀਂ ਰਹਿੰਦਾ, ਛੁਪਿਆ ਵੀ ਨਹੀਂ ਰਹਿੰਦਾ, ਤੇ ਜਿਹੜੇ ਇਹ ਦੁਨਿਆਵੀ ਅਹੁਦਿਆਂ ਤੇ ਬੈਠੇ ਹੁੰਦੇ ਉਹਨਾਂ ਨੂੰ ਬਰਦਾਸ਼ਤ ਵੀ ਨਹੀਂ ਹੁੰਦਾ, ਬਿਲਕੁਲ, ਤੇ ਉਹ ਫਿਰ ਕਿਹੜ ਕੱਢਣ ਦੀ ਤਾਕ 'ਚ ਹੀ ਰਹਿੰਦੇ ਆ। ਸੰਤਾਂ ਦੀ ਦਸਤਾਰਬੰਦੀ ਤੋਂ ਬਾਅਦ ਘਟਨਾ ਵਾਪਰਦੀ ਹੁੰਦੀ ਆ, ਸਾਕਾ ਜਿਹੜਾ ਨਿਰੰਕਾਰੀਆਂ ਵਾਲਾ ਸਾਕਾ ਆਉਂਦਾ ਅੰਮ੍ਰਿਤਸਰ ਦੇ ਵਿੱਚ, ਜਦੋਂ 13 ਸਿੰਘ ਸ਼ਹੀਦ ਹੁੰਦੇ ਨੇ ਤੇ 200 ਤੋਂ ਵੱਧ ਸਿੰਘ ਜ਼ਖਮੀ ਹੁੰਦੇ ਨੇ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਕਾਨਫਰੰਸ ਹੋਈ ਸੀ ਲੁਧਿਆਣੇ ਅਕਾਲੀ ਦਲ ਦੀ, ਜਿਹਦੇ ਵਿੱਚ ਸੰਤਾਂ ਦੀ ਇੱਕ ਸਪੀਚ ਵੀ ਹੈ। ਉਹਦੇ ਵਿੱਚ ਸੰਤ ਕਹਿੰਦੇ ਨੇ ਕਿ ਲੀਡਰ ਜਿਹੜੇ ਸੀ ਆਪ ਤਾਂ ਹਾਥੀਆਂ ਦੇ ਉੱਤੇ ਚੜ੍ਹ ਕੇ ਆਏ, ਅਤੇ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸੀਗੇ ਉਹ ਨੀਵੀਂ ਜਗ੍ਹਾ 'ਤੇ, ਯਾਨੀ ਕਿ ਕਾਰਾਂ ਦੇ ਵਿੱਚ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਾਰ ਦੇ ਵਿੱਚ ਰੱਖਿਆ ਹੋਇਆ ਸੀ ਉਸ ਨਗਰ ਕੀਰਤਨ ਦੇ ਵਿੱਚ ਜਿਹੜਾ ਉਦੋਂ ਕੱਢਿਆ ਗਿਆ ਸੀ।
ਲੁਧਿਆਣੇ ਦੇ ਕਾਨਫਰੰਸ ਹੋਈ ਸੀ ਉੱਥੇ, ਤੇ ਜਿਹੜੇ ਉਸ ਸਮੇਂ ਦੇ ਲੀਡਰ ਸੀ ਉਹ ਹਾਥੀਆਂ ਦੇ ਚੜ੍ਹ ਕੇ ਆਏ ਸੀ। ਮੈਂ ਜਾਣਨਾ ਚਾਹੂੰਗਾ ਉਹ ਲੀਡਰਾਂ ਦੇ ਨਾਮ ਕਿਹੜੇ ਕਿਹੜੇ, ਸਰਬਜੀਤ ਸਿੰਘ ਜੀ। 28 ਅਕਤੂਬਰ 1978 ਨੂੰ ਲੁਧਿਆਣੇ ਦੇ ਵਿੱਚ ਇਹ 18ਵੀਂ ਕਾਨਫਰੰਸ ਹੋਈ ਸੀਗੀ ਅਕਾਲੀ ਦਲ ਦੀ। ਅਕਾਲੀ ਦਲ ਹੁਣ ਤਾਂ ਬੜੀਆਂ ਹੋ ਗਈਆਂ ਕਾਨਫਰੰਸ। ਹਾਂਜੀ, ਕਾਨਫਰੰਸਾਂ ਕਰਨ ਵਿੱਚ ਤਾਂ ਮੈਂ ਕਿਹਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਨਾਂ ਪਾ ਸਕਦੇ ਆ। ਜਥੇਦਾਰ ਜਗਦੇਵ ਸਿੰਘ ਤਲਵੰਡੀ ਸੀਗੇ ਤੇ ਉਹਨਾਂ ਦੇ ਰਾਈਟ ਹੈਂਡ ਸੁਰਜਨ ਸਿੰਘ ਠੇਕੇਦਾਰ ਜੀ ਇਹ ਹਾਥੀ ਤੇ ਸਵਾਰ ਹੋ ਕੇ ਸ਼ਾਮਲ ਹੋਏ ਤੇ ਸੰਤ ਜੀ ਦੀਆਂ ਬਹੁਤ ਸਾਰੀਆਂ ਸਪੀਚਾਂ ਦੇ ਵਿੱਚ ਇਹ ਆਇਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ 10 ਗੁਰੂ ਸਾਹਿਬਾਨ ਦੀ ਸ਼ਬਦ ਸਰੂਪ ਜੋਤ ਸਿੱਖਾਂ ਦੇ ਗੁਰੂ ਦੇ ਗੁਰੂ ਵੀ ਉਹ ਮਤਲਬ ਜਿਵੇਂ ਆਪਾਂ ਨਗਰ ਕੀਰਤਨ ਵਿੱਚ ਇੱਕ ਆਮ ਗੱਡੀ ਤੇ ਫਲੋਟ ਤੇ ਜਾਂ ਕਿਸੇ ਤਰ੍ਹਾਂ ਹੁੰਦੇ ਆ ਤੇ ਉਹ ਹਾਥੀ ਤੇ ਉਹ ਪ੍ਰਧਾਨ ਨੂੰ ਚੜ੍ਹ ਕੇ ਆਏ ਆ। ਤੇ ਪਰ ਜਿਵੇਂ ਉਹ ਹੈਗਾ ਹੀ ਸੀਗਾ ਰਵੱਈਆ ਉਹਨਾਂ ਦਾ, ਉਹ ਢੀਠ ਕਿਸਮ ਦੀ ਬਿਰਤੀ ਦੇ ਲੋਕ, ਇਹਨਾਂ ਤੇ ਇਹੋ ਜਿਹੀਆਂ ਗੱਲਾਂ ਦਾ ਅਸਰ ਕੋਈ ਨਹੀਂ ਸੀ ਹੁੰਦਾ। ਇਸ ਤੋਂ ਬਾਅਦ ਜਿਹੜਾ ਲੌਂਗੋਵਾਲ ਪ੍ਰਧਾਨ ਬਣਿਆ ਸੀ ਅਕਾਲੀ ਦਲ ਦਾ, ਸੰਤ ਜਰਨੈਲ ਸਿੰਘ ਉਹਨਾਂ ਦੀ ਸਪੀਚ ਵਿੱਚ ਲੌਂਗੋਵਾਲ ਜਿਹੜਾ 14ਵਾਂ ਸੀ ਇਹਨਾਂ ਦਾ ਪ੍ਰਧਾਨ ਅਕਾਲੀ ਦਲ ਦਾ, ਤੇ ਸੰਤ ਜਰਨੈਲ ਸਿੰਘ ਉਹਨੂੰ ਉਦੋਂ 14ਵੀਂ ਮੁਖੀ ਸੀਗੇ। ਹਾਂਜੀ, ਤੇ ਸੰਤ ਜਰਨੈਲ ਸਿੰਘ ਆਪਣੀ ਸਪੀਚ ਵਿੱਚ ਅਕਸਰ ਆਖਿਆ ਕਰਦੇ ਕਿ ਮੈਂ ਦਮਦਮੀ ਟਕਸਾਲ ਦਾ 14ਵਾਂ ਜਿਹੜਾ ਸੇਵਾਦਾਰ ਆ, ਜਿਨ੍ਹਾਂ ਦੇ ਪਹਿਲੇ ਮੁਖੀ ਬਾਬਾ ਜਰਨੈਲ ਸੰਤ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ ਹੁਣ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਦੇ ਲਈ ਆਪਣੀ ਸ਼ਹਾਦਤ ਦਿੱਤੀ, ਵਡੇਰੀ ਉਮਰ ਦੇ ਵਿੱਚ ਸੀਸ ਤਲੀ ਦੇ ਉੱਤੇ ਧਰ ਕੇ ਲੜੇ ਸੀਗੇ ਸਿੱਖੀ ਸਿਧਾਂਤਾਂ ਦੇ ਖਾਤਰ। ਉਹ ਕਹਿੰਦੇ ਸੀ ਉਹਨਾਂ ਦੀ ਮੈਂ 14ਵੀਂ ਜਗ੍ਹਾ 'ਤੇ ਹਾਂ, ਅਤੇ ਵੀ ਇਹ ਸਾਡੇ ਇਤਿਹਾਸ ਦੇ ਵਿੱਚ ਦਮਦਮੀ ਟਕਸਾਲ ਦੇ ਵਿੱਚ ਬਾਬਾ ਕਰਤਾਰ ਸਿੰਘ ਜੀ ਹੁਣਾਂ ਨੇ ਬਹੁਤ ਵੱਡੀ ਸੇਵਾ ਕੀਤੀ। ਜਦੋਂ ਕਿ ਸਮੇਂ ਦੀ ਹਕੂਮਤ ਜਦੋਂ ਇੰਦਰਾ ਗਾਂਧੀ ਤੋਂ ਸਾਰੇ ਡਰਦੇ ਸੀ ਤਾਂ ਉਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਹੁਣਾਂ ਨੇ ਨਗਰ ਕੀਰਤਨ ਕੱਢ ਕੇ 13 ਇੰਦਰਾ ਗਾਂਧੀ ਦਾ ਹੰਕਾਰ ਤੋੜਿਆ ਸੀ। ਉਹ ਬਿਲਕੁਲ, ਉਹ ਜਿਹੜਾ ਫਿਰ ਅਕਾਲੀ ਦਲ ਨੇ ਉਦੋਂ ਸਟੈਂਡ ਲੈ ਲਿਆ ਸੀਗਾ ਕਿ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਉਣ ਦਾ, ਉਹ ਫਿਰ ਸਮੁੱਚੇ ਸਿੱਖ ਕੌਮ ਨੇ ਉਹਨੂੰ ਅਡੋਪਟ ਕਰਕੇ ਕੀਤਾ ਤੇ ਫਿਰ ਉਹ ਦਮਦਮੀ ਟਕਸਾਲ ਵੱਲੋਂ ਸੰਤ ਜੀ ਨੇ ਬਹੁਤ ਹੀ ਮਹੱਤਵਪੂਰਨ ਉਹਦੇ ਵਿੱਚ ਯੋਗਦਾਨ ਪਾਇਆ। ਕਿਤੇ ਤਾਂ ਇਹ ਅਕਾਲੀ ਦਲ ਪੰਜਾਬ ਗੁਰਦੁਆਰਾ ਸਾਹਿਬ ਦੀਆਂ ਬਚਾਓ ਦੇ ਲਈ ਬਣਾਇਆ ਗਿਆ ਸੀ, ਤੇ ਫਿਰ ਇਹੀ ਅਕਾਲੀ ਦਲ 1984 ਵਾਲੇ ਹਮਲੇ ਦੇ ਵਿੱਚ ਪੂਰਾ ਜਿਹੜਾ ਇਨਵੋਲਵ ਰਿਹਾ, ਕਿਉਂਕਿ ਇਹਨਾਂ ਨੇ ਜੇ ਦਰਬਾਰ ਸਾਹਿਬ ਦੇ ਉੱਤੇ ਕਾਂਗਰਸ ਨੇ ਹਮਲਾ ਕੀਤਾ, ਬੀਜੇਪੀ ਨੇ ਸਪੋਰਟ ਕੀਤੀ, ਤਾਂ ਇਹਨਾਂ ਨੇ ਮੋਸਟ ਵੈਲਕਮ ਕੀਤਾ ਕਿ ਆਓ ਤੁਸੀਂ ਬਈ, ਅਸੀਂ ਇੱਥੋਂ ਹੱਥ ਖੜੇ ਕਰਕੇ ਬਾਹਰ ਨਿਕਲ ਜਾਣਾ, ਪ੍ਰੋਪਰ ਪਲੈਨ ਦੇਣਾ, ਜਿਹਦੀਆਂ ਚਿੱਠੀਆਂ ਵੀ ਜੱਗ ਜ਼ਾਹਰ ਹੋ ਚੁੱਕੀਆਂ। ਉਹ ਅਕਸਰ ਜ਼ਿਕਰ ਹੁੰਦਾ ਰਹਿੰਦਾ ਪ੍ਰੋਗਰਾਮਾਂ ਦੇ ਵਿੱਚ, ਕਿਉਂਕਿ ਇਹਨਾਂ ਦਾ ਰਵੱਈਆ ਹੀ ਇਹ ਸੀਗਾ ਕਿ ਜਦੋਂ ਪਾਵਰ ਵਿੱਚ ਨਹੀਂ ਉਦੋਂ ਪੰਥ ਖਤਰੇ 'ਚ, ਧਰਮ ਖਤਰੇ 'ਚ ਨਾਅਰੇ ਮਾਰਨੇ, ਜਿਵੇਂ ਹੁਣੇ ਹੀ ਪਾਵਰ ਖੁੱਸੀ ਆ ਅਤੇ ਹੁਣ ਫਿਰ ਉਹਨਾਂ ਨੂੰ ਪੰਥਕ ਮੁੱਦਿਆਂ ਦੀ ਯਾਦ ਆਉਣੀ ਸ਼ੁਰੂ ਹੋ ਗਈ ਆ। 1995 ਦਾ ਭਈ ਧਰਮ ਯੁੱਧ ਮੋਰਚਾ ਛੱਡਿਆ ਜਾਂ ਪੰਜਾਬ ਪਾਰਟੀ ਬਣਾਈ ਜਾਂ ਸਾਰਾ ਕੁਛ, ਹੁਣ ਫਿਰ ਸ਼੍ਰੋਮਣੀ ਅਕਾਲੀ ਦਲ, ਫਿਰ ਪੰਥਕ ਮੁੱਦੇ, ਉਹੀ ਰਾਗ ਫਿਰ ਸ਼ੁਰੂ ਹੋਣ ਲੱਗੇ ਆ। ਪਰ ਹੁਣ ਸਿੱਖ ਕੌਮ ਨੂੰ ਅਵੇਅਰ ਰਹਿਣਾ ਚਾਹੀਦਾ ਕਿ ਇਹਨਾਂ ਦੇ ਜਾਲ ਵਿੱਚ ਨਾ ਫਸਣ। 1984 ਦੇ ਸਮੇਂ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਣੀ ਇਹ ਮੂਹਰਲੇ ਕਤਾਰ ਦੇ ਲੀਡਰਾਂ ਵਿੱਚ ਸੀ ਅਕਾਲੀ ਦਲ ਦੇ, ਇਹਨਾਂ ਨੇ ਉਧਰੋਂ ਹਮਲਾ ਹੁੰਦਾ ਤੇ ਇਹ ਆਪਣੇ ਗੈਸਟ ਹਾਊਸ ਦੇ ਵਿੱਚ ਬੈਠੇ ਸੀਗੇ। ਜਦੋਂ ਇਹਨਾਂ ਦੇ ਕੋਲੇ ਸਿੱਖ ਗਏ ਤਾਂ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਕਿਹਾ ਬਈ ਕੁਛ ਕਰੋ ਤੁਸੀਂ, ਅਕਾਲੀ ਦਲ ਦੇ ਮੁੱਖ ਸੇਵਾਦਾਰਾਂ ਦੇ ਵਿੱਚ ਉਧਰ ਦਰਬਾਰ ਸਾਹਿਬ ਤੇ ਹਮਲਾ ਹੋ ਰਿਹਾ, ਤੇ ਉਹ ਕਹਿ ਰਹੇ ਸੀ ਹਾਲੇ ਤਾਂ ਸ਼ੁਰੂ ਹੋਇਆ, ਅੱਗੇ ਅੱਗੇ ਵੇਖੋ ਕੀ ਹੁੰਦਾ, ਤੁਸੀਂ ਆਪਦੇ ਘਰਾਂ ਨੂੰ ਜਾਓ। ਜਿਸ ਗੱਲ ਕਰਕੇ ਉਸ ਸਮੇਂ ਦੇ ਜਿਹੜੇ ਸਿੱਖ ਗਏ ਸੀ ਉਹਨਾਂ ਦੇ ਦਿਲਾਂ ਦੇ ਵਿੱਚ ਬੜਾ ਇੱਕ ਹੈਰਾਨੀਜਨਕ ਸੀਗਾ ਕਿ ਵੀ ਇਹ ਕੀ ਜਵਾਬ ਦਿੱਤਾ, ਜਿਹੜੇ ਮਕਸਦ ਜਿਹੜੇ ਮੁੱਦੇ ਇਹਨਾਂ ਨੇ ਸ਼ੁਰੂ ਕੀਤੇ ਸੀਗੇ, ਆਨੰਦਪੁਰ ਦਾ ਮਤਾ ਜਾਂ ਧਰਮ ਯੁੱਧ ਮੋਰਚਾ ਜਿਹੜਾ ਸੀਗਾ ਸ਼ੁਰੂ ਕੀਤਾ ਗਿਆ ਰਲਵੇਂ ਤੌਰ 'ਤੇ, ਬਈ ਆਪ ਇਹਦੇ ਨਾਲ ਕੁਛ ਕਰਾ ਕੇ ਅਤੇ ਅੱਜ ਇਹ ਰੈਸਟ ਹਾਊਸ ਦੇ ਵਿੱਚ ਆਰਾਮ ਕਰ ਰਹੇ ਨੇ। ਉਹ ਹਮੇਸ਼ਾ ਦੀ ਤਰ੍ਹਾਂ ਹੀ ਕੋਈ ਨਾ ਕੋਈ ਉਹਨਾਂ ਦਾ ਹਮੇਸ਼ਾ ਹੁੰਦਾ ਸੀਗਾ ਕਿ ਸਮੇਂ ਦੀ ਸਰਕਾਰ 'ਤੇ ਪ੍ਰੈਸ਼ਰ ਬਿਲਡ ਕੀਤਾ ਜਾਵੇ, ਧਰਨੇ ਮੋਰਚੇ ਮੁਜ਼ਾਹਰੇ ਲਾ ਕੇ ਪ੍ਰੈਸ਼ਰ ਬਿਲਡ ਕਰਨ ਤੋਂ ਬਾਅਦ ਕਿਸੇ ਟੇਬਲ 'ਤੇ ਆ ਕੇ ਮਤਲਬ ਆਪਣੀਆਂ ਕੁਛ ਜਿਹੜੀਆਂ ਦੁਨਿਆਵੀ ਆਪਣੀਆਂ ਮੰਗਾਂ ਦੀ ਪੂਰਤੀ ਕਰਵਾ ਲਈ ਜਾਵੇ, ਕਿਸੇ ਨਾ ਕਿਤੇ ਇਲੈਕਸ਼ਨ ਡਿਕਲੇਅਰ ਕਰਾ ਲਈ ਜਾਵੇ, ਇਲੈਕਸ਼ਨ ਡਿਕਲੇਅਰ ਹੋ ਕੇ ਮੁੜ ਕੇ ਪਾਵਰ ਵਿੱਚ ਆ ਜਾਣ ਅਤੇ ਮਤਿਆਂ ਨੂੰ ਫਰੀਜ਼ ਕਰਤਾ ਜਾਵੇ, ਆਉਣ ਜਦੋਂ ਕਦੀ ਫੇਰ ਪਾਵਰ 'ਚੋਂ ਲੱਥੇ। ਪਰ ਸੰਤ ਜੀ ਨੇ ਫਿਰ ਉਹ ਲਫ਼ਜ਼ ਕਹੇ ਸੀਗੇ ਕਿ ਐਤਕੀ ਉਹ ਸੰਤ ਫਤਿਹ ਸਿੰਘ ਵਾਲੀ ਉਹ ਗੱਲ ਨਹੀਂ ਹੋਣੀ। 1984 ਤੋਂ ਬਾਅਦ ਜਿਹੜੀ ਅਕਾਲੀਆਂ ਦੀ ਜਿਹੜੀ ਹਾਲਤ ਉਹ ਬਹੁਤ ਮਾੜੀ ਹੋ ਗਈ ਸੀ। 1986 ਦੇ ਵਿੱਚ ਜਦੋਂ ਇੱਕ ਕਾਨਫਰੰਸ ਹੋਈ ਸੀ ਕੋਟਕਪੂਰੇ, ਉਸ ਤੋਂ ਪਹਿਲਾਂ ਕੀ ਹੋਇਆ ਸੀ, ਉਸ ਕਾਨਫਰੰਸ ਤੋਂ ਇੱਕ ਛੋਟੀ ਜਿਹੀ ਗੱਲ ਹੋਈ ਸੀ, ਬੜੀ ਘਟਨਾ ਹੋਈ ਸੀਗੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਇੱਕ ਭਰਾ ਜਗਜੀਤ ਸਿੰਘ ਜੀ ਰੋਡੇ ਜਿਹੜੇ ਸਰਪੰਚ ਸੀਗੇ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਲਾਸ਼ ਜਿਹੜੀ ਸੀਗੀ ਉਹ ਰੇਲਵੇ ਟਰੈਕ ਦੇ ਉੱਤੇ ਸਿੱਟ ਦਿੱਤੀ ਗਈ ਸੀਗੀ। ਜਿਹੜਾ ਸਰਕਾਰ ਨੇ ਉਹਨਾਂ ਨੂੰ ਕੀਤਾ ਸੀ, ਪਰ ਉਹ ਪ੍ਰੂਫ ਨਹੀਂ ਮਿਲਿਆ ਸੀ ਕਿਹਨੇ ਕੀਤਾ, ਕਿਉਂ ਬੰਦੇ, ਪਰ ਇਹ ਪਤਾ ਲੱਗ ਗਿਆ ਸੀਗਾ ਕਿ ਸਰਕਾਰ ਨੇ ਅਗਵਾਹ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ, ਕਿਉਂਕਿ ਭਾਈ ਸਾਹਿਬ ਹੋਣੀ ਸੰਤਾਂ ਦੇ ਜਿਹੜੇ ਭਰਾ ਸੀਗੇ ਉਹ
ਉਸ ਸਮੇਂ ਜਿਹੜੇ ਖਾੜਕੂ ਸੀਗੇ ਉਹਨਾਂ ਦੀ ਕਾਰਵਾਈ ਕਰਨ ਲਈ ਝਟਪਟ ਉਹ ਥਾਣਿਆਂ 'ਚ ਪਹੁੰਚ ਜਾਣੇ ਜਾਂ ਕਿਤੇ ਵੀ ਇਨਫੋਰਮੇਸ਼ਨ ਮਿਲਣੀ ਸਿੰਘਾਂ ਨੂੰ ਨਜਾਇਜ਼ ਫੜਿਆ ਹੋਣਾ ਉਹ ਛਡਾ ਲਿਆਉਂਦੇ ਸੀ। ਉਦੋਂ ਰੋਡੇ ਕਾਲਜ ਦੇ ਵਿੱਚ ਉਹਨਾਂ ਦਾ ਜਿਹੜਾ ਸੀਗਾ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਸੀ, ਭੋਗ ਰੱਖਿਆ ਗਿਆ। ਉੱਥੇ ਜਿਹੜੇ ਫੈਡਰੇਸ਼ਨ ਦੇ ਪ੍ਰੈਜ਼ੀਡੀਅਮ ਮੈਂਬਰ ਸੀਗੇ ਸ਼ਹੀਦ ਭਾਈ ਕੁਲਵੰਤ ਸਿੰਘ ਖਖਰਾਣਾ, ਭਾਈ ਸਤਵਿੰਦਰ ਸਿੰਘ ਭੋਲਾ, ਭਾਈ ਚਮਕੌਰ ਸਿੰਘ ਰੋਡੇ ਅਤੇ ਭਾਈ ਸ਼ਮਸ਼ੀਰ ਸਿੰਘ ਸ਼ੇਰ ਆ, ਜਿਹੜਾ ਹੋਰ ਵੀ ਕਾਫੀ ਜਿਹੜੇ ਮੇਨ 5-7 ਸੀਗੇ ਉਹਨਾਂ ਦੇ ਕੋਲੋਂ ਪ੍ਰਕਾਸ਼ ਸਿੰਘ ਬਾਦਲ ਨੇ ਮਿੰਨਤਾਂ ਕਰਕੇ 10 ਮਿੰਟ ਦੇ ਲਈ ਸਟੇਜ ਤੋਂ ਬੋਲਣ ਦਾ ਟਾਈਮ ਮੰਗਿਆ ਸੀ। ਇੱਕ ਸਮੇਂ ਉਹਨਾਂ ਦਾ ਇਹ ਹਾਲ ਹੋ ਗਿਆ ਸੀਗਾ ਅਕਾਲੀ ਦਲ ਦੇ ਲੀਡਰਾਂ ਦਾ। ਫਿਰ ਜਦੋਂ ਉਸ ਸਮੇਂ ਇਹਨਾਂ ਨੇ ਇੱਕ ਮੌਕਾ ਦਿੱਤਾ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਨੌਜਵਾਨਾਂ ਨੇ ਫੈਡਰੇਸ਼ਨ ਦੇ, ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਅਜਿਹੀਆਂ ਹੀ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਉਹਨੇ ਸਿੱਖ ਸੰਘਰਸ਼ ਦੇ ਖਿਲਾਫ ਬਿਆਨ ਦੇ ਜਾਣੇ ਜਾਂ ਰਲਮੀ ਮਿਲਮੀ ਜਿੱਦਾਂ ਕਹਿ ਲਓ ਇਨਫੋਰਮੇਸ਼ਨ ਉਹਨਾਂ ਨੇ ਕਾਂਗਰਸੀ ਨਾਲ ਸਾਂਝੀ ਕਰਨੀ, ਸਰਕਾਰ ਦੇ ਪੱਖ ਦੀ ਗੱਲ ਕਰਨੀ, ਤਾਂ ਫਿਰ ਕੋਟਕਪੂਰੇ ਵਿੱਚ ਫੈਡਰੇਸ਼ਨ ਦੀ ਇੱਕ ਕਾਨਫਰੰਸ ਹੋ ਰਹੀ ਜਿੱਥੇ ਪ੍ਰਕਾਸ਼ ਸਿੰਘ ਬਾਦਲ ਗੱਡੀ ਦੇ ਵਿੱਚੋਂ ਉਤਰਿਆ ਸ਼ਮੂਲੀਅਤ ਕਰਨ ਲੱਗਾ। ਤਾਂ ਖਾੜਕੂ ਸਿੰਘਾਂ ਨੇ ਜਿਹੜੇ ਫੈਡਰੇਸ਼ਨ ਦੇ ਉਸ ਸਮੇਂ ਦੇ ਨੌਜਵਾਨ ਸੀਗੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਗੱਡੀ 'ਚੋਂ ਉਤਰਦੇ ਹੋਏ ਘੇਰ ਲਿਆ। ਜਦੋਂ ਇਹਦੇ ਨਾਲ ਧੱਕਾ ਮੁੱਕੀ ਹੋਈ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਉਦੋਂ ਭੱਜ ਕੇ ਗੱਡੀ ਦੇ ਵਿੱਚ ਬੈਠ ਕੇ ਨਿਕਲਣਾ ਪਿਆ ਸੀ ਉੱਥੋਂ। ਅਜਿਹੀ ਹਾਲਤ ਉਦੋਂ ਅਕਾਲੀ ਦਲ ਦੀ ਹੋ ਗਈ ਸੀਗੀ। 1984 ਤੋਂ ਬਾਅਦ ਇਹ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਸੀ ਅਕਾਲੀ ਦਲ ਦੀ, ਜਦੋਂ ਵੀ ਕਿਤੇ ਜਾਂਦੀ ਸੀ ਸੰਗਤ ਮੂੰਹ ਨਹੀਂ ਸੀ ਲਾਉਂਦੀ। ਫਿਰ ਇਸ ਨਮੋਸ਼ੀ ਭਰੇ ਆਲਮ ਵਿੱਚ ਇਹ ਰੋਡੇ ਪਿੰਡ ਬਾਬਾ ਜੋਗਿੰਦਰ ਸਿੰਘ ਜੀ ਦੇ ਕੋਲ ਗਏ ਸੀਗੇ ਅਤੇ ਬਾਬਾ ਜੀ ਨੂੰ ਇਹਨਾਂ ਨੇ ਬੇਨਤੀਆਂ ਕੀਤੀਆਂ ਕਿ ਤੁਸੀਂ ਅਗਵਾਈ ਕਰੋ, ਤੁਸੀਂ ਅੱਗੇ ਆਓ, ਨੌ ਭਈ ਕੌਮ ਸਾਨੂੰ ਮੂੰਹ ਨਹੀਂ ਲਾਉਂਦੀ, ਤੁਸੀਂ ਕੋਈ ਸਾਂਝਾ ਯਤਨ ਕਰੋ। ਅਤੇ ਬਾਬਾ ਜੋਗਿੰਦਰ ਸਿੰਘ ਜੀ ਨੇ ਉਦੋਂ ਸੰਯੁਕਤ ਅਕਾਲੀ ਦਲ ਬਣਾਇਆ ਸੀਗਾ, ਸਿਮਰਨਜੀਤ ਸਿੰਘ ਮਾਨ ਸਾਹਿਬ ਜੇਲ੍ਹ ਵਿੱਚ ਸੀਗੇ ਅਤੇ ਉਹਨਾਂ ਨੂੰ ਪ੍ਰਧਾਨ ਬਣਾ ਕੇ ਆਪ ਕਾਰਜਕਾਰੀ ਪ੍ਰਧਾਨ ਬਣੇ ਸੀ। ਕਿੰਨੇ ਸਾਲ ਦੀ ਗੱਲ ਹੈ ਜੀ? ਇਹ 84 ਤੋਂ ਬਾਅਦ ਦੀ ਉਹੀ ਗੱਲ ਆ, 1999 ਦੇ ਵਿੱਚ ਜੋ ਸਿਮਰਨਜੀਤ ਸਿੰਘ ਮਾਨ ਜੇਲ੍ਹ ਚੋਂ ਰਿਹਾ ਹੋਇਆ ਉਹ ਬਾਅਦ ਵਿੱਚ ਹੋਏ, ਪਰ ਇਹ 84 ਤੋਂ ਬਾਅਦ ਹੀ ਉਦੋਂ ਅਜੇ ਜੇਲ੍ਹ 'ਚ ਸੀ ਬਾਬਾ ਜੋਗਿੰਦਰ ਸਿੰਘ ਜੀ ਕਾਰਜਕਾਰੀ ਪ੍ਰਧਾਨ ਬਣੇ ਸੀ। ਸਿਮਰਨਜੀਤ ਸਿੰਘ ਮਾਨ ਕਿੰਨੇ ਸਾਲ ਜੇਲ੍ਹ ਦੇ ਵਿੱਚ ਰਹੇ ਨੇ? 5 ਸਾਲ ਜੇਲ੍ਹ 'ਚ ਰਹੇ। ਉਹ 89 ਵਿੱਚ ਜਿਹੜੀਆਂ ਲੋਕ ਸਭਾ ਇਲੈਕਸ਼ਨਾਂ ਡਿਕਲੇਅਰ ਹੋਈਆਂ ਸੀ ਤਰਨ ਤਾਰਨ ਤੋਂ ਜਿੱਤਣ ਤੋਂ ਬਾਅਦ, ਉਹ ਐਂਡ ਜਿਹਾ 89 ਦੇ ਐਂਡ ਜਿਹੇ 'ਚ ਨਵੰਬਰ 'ਚ ਜਾ ਕਿਤੇ ਆਏ ਸੀਗੇ। ਪਰ ਉਸ ਵੇਲੇ ਦੀ ਇੱਕ ਜਿਹੜੀ ਬਹੁਤ ਉਹਨੂੰ ਮਤਲਬ ਘਟੀਆ ਦਰਜੇ ਦੀ ਟਿੱਪਣੀ ਵੀ ਕਹਿ ਸਕਦੇ ਕਿ ਜਦੋਂ ਬਾਬਾ ਜੋਗਿੰਦਰ ਸਿੰਘ ਜੀ ਕਾਰਜਕਾਰੀ ਪ੍ਰਧਾਨ ਬਣ ਗਏ, ਇਹੀ ਰਵਾਇਤੀ ਦਲ ਕਹਿੰਦੇ ਸੀਗੇ ਕਿ ਅਸੀਂ ਤਾਂ ਭਈ ਮਤਲਬ ਬਾਬਾ ਜੋਗਿੰਦਰ ਸਿੰਘ ਜੀ ਨੂੰ ਸਰਬਾਲਾ ਬਣਾਉਣ ਗਏ ਸੀਗੇ, ਉਹ ਲਾੜਾ ਬਣ ਬੈਠਾ। ਮਤਲਬ ਕਿ ਉਹ ਇਹ ਚਾਹੁੰਦੇ ਸੀਗੇ ਕਿ ਉਹ ਭਈ ਸੰਤ ਜੀ ਦੇ ਪਿਤਾ ਜੀ ਆ, ਕੌਮ ਦੇ ਵਿੱਚ ਸਤਿਕਾਰ ਆ, ਅਤੇ ਅਸੀਂ ਕਿਸੇ ਤਰ੍ਹਾਂ ਦਾ ਭਰਮਾ ਕੇ ਉਹਨਾਂ ਨੂੰ ਉਹਨਾਂ ਤੋਂ ਮੋਹਰਾਂ ਲਵਾ ਕੇ ਆਪਣੇ 'ਚੋਂ ਕਿਸੇ ਨੂੰ ਪ੍ਰਧਾਨ ਬਣਾ ਲਵਾਂਗੇ। ਤੇ ਇਹੋ ਜਿਹੀ ਅਖਬਾਰਾਂ ਦੇ ਵਿੱਚ ਪੜ੍ਹਨ ਨੂੰ ਮਿਲੀ ਸੀ। ਅਕਾਲੀ ਦਲ ਤੁਸੀਂ ਗੱਲ ਕਰਦੇ, ਇਹਦੇ 'ਚ ਕਿੰਨੇ ਅਕਾਲੀ ਦਲਾਂ ਦਾ ਗਠਨ ਹੋਇਆ ਸੀ? ਉਹਦੇ ਵਿੱਚ ਉਸ ਵੇਲੇ ਇੱਕੋ ਹੀ ਸੀਗਾ, ਕਿਉਂਕਿ ਇਹ ਜਿਹੜੇ ਲੌਂਗੋਵਾਲ ਹੋਏ, ਟੌੜਾ ਹੋਏ, ਬਾਦਲ ਹੋਏ, ਜਿੰਨੇ ਵੀ ਸੀਗੇ, ਕੌਮ ਤਾਂ ਇਹਨਾਂ ਨੂੰ ਮੂੰਹ ਹੀ ਨਹੀਂ ਸੀ ਲਾਉਂਦੀ ਤੇ ਉਹ ਇੱਕੋ ਹੀ ਸੰਯੁਕਤ ਅਕਾਲੀ ਦਲ। ਅਕਾਲੀ ਦਲ ਦੀ ਅਗਵਾਈ ਦੇ ਵਿੱਚ 1988 ਦੇ ਵਿੱਚ ਓਪਰੇਸ਼ਨ ਬਲੈਕ ਥੰਡਰ ਵੀ ਹੋਇਆ। ਜਦੋਂ ਅਕਾਲੀ ਦਲ ਦੀ ਅਗਵਾਈ ਤਾਂ ਨਹੀਂ ਕਹਿ ਸਕਦੇ ਜੀ, ਉਹ ਯਾਨੀ ਲੀਡਰ ਇਹਨਾਂ ਦੇ ਸੀਗੇ ਉਹ ਕਿਸੇ ਸਮੇਂ, ਜਿਵੇਂ ਮੈਂ ਤੁਹਾਨੂੰ ਜਿਵੇਂ ਬਾਅਦ ਵਿੱਚ ਹੋਇਆ ਕਿ 1 ਮਈ 1994 ਨੂੰ ਅੰਮ੍ਰਿਤਸਰ ਅਕਾਲੀ ਦਲ ਬਣਿਆ, ਬਾਅਦ ਵਿੱਚ ਸਾਰੇ ਅਲੱਗ ਅਲੱਗ ਹੋ ਗਏ। ਬਿਲਕੁਲ ਜੀ, ਇਸੇ ਤਰ੍ਹਾਂ ਉਹ ਪਹਿਲਾਂ ਬਣ ਗਿਆ ਬਾਬਾ ਜੋਗਿੰਦਰ ਸਿੰਘ ਜੀ ਦੀ ਅਗਵਾਈ ਵਿੱਚ, ਸਮਾਂ ਪਾ ਕੇ ਫਿਰ ਵੱਖ ਵੱਖ ਹੋਣੇ ਸ਼ੁਰੂ ਹੋ ਗਏ। ਫਿਰ ਉਦੋਂ ਕੈਪਟਨ ਅਮਰਿੰਦਰ ਸਿੰਘ ਤੇ ਸੁਰਜੀਤ ਸਿੰਘ ਬਰਨਾਲਾ ਹੋਣੀ ਉਹਨਾਂ ਨੇ ਇੱਕ ਬਣਾ ਲਿਆ ਸੀਗਾ ਅਕਾਲੀ ਦਲ ਦੇ ਵਿੱਚੋਂ ਹੀ ਸੀਗੇ ਬੇਸਿਕਲੀ। ਮਤਲਬ ਜੇ ਦੇਖਿਆ ਜਾਵੇ ਤੇ ਆ ਜਿਹੜੇ ਹੁਣ ਬੀਜੇਪੀ ਦੇ ਬਹੁਤ ਸਾਰੇ ਲੀਡਰ ਕਾਂਗਰਸ ਵਿੱਚ ਸੀਗੇ, ਇਸੇ ਤਰ੍ਹਾਂ ਇੱਥੋਂ ਨਿਕਲਦੇ ਰਹੇ। 1988 ਦੇ ਵਿੱਚ ਜਿਹੜਾ 1947 ਤੋਂ ਬਾਅਦ ਜਦੋਂ ਪਾਰਟੀਸ਼ਨ ਹੁੰਦੀ ਹੈ, ਪੰਜਾਬ ਦੇ ਦੋ ਹਿੱਸੇ ਹੁੰਦੇ, ਤੀਸਰਾ ਹਮਲਾ 1988 ਦੇ ਵਿੱਚ ਦਰਬਾਰ ਸਾਹਿਬ ਤੇ ਹੋਇਆ, ਓਪਰੇਸ਼ਨ ਬਲੈਕ ਥੰਡਰ ਜਿਹਨੂੰ ਕਾਲੀ ਗਰਜ ਦੇ ਨਾਂ ਨਾਲ ਅਸੀਂ ਜਾਣਦੇ ਹਾਂ। ਉਸ ਦੇ ਵਿੱਚ ਵੀ ਸਿੰਘਾਂ ਦੇ ਕਾਫੀ ਸ਼ਹਾਦਤਾਂ ਹੋਈਆਂ ਤੇ ਇਹਦੇ ਤੋਂ ਬਾਅਦ ਫਿਰ ਅੱਗੇ ਚੱਲਿਆ ਸੀ ਦੌਰ ਜਿਹਦੇ ਵਿੱਚ ਬਲੈਕ ਕੈਟਸ ਆਏ, ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਸੀਗੇ ਪ੍ਰਕਾਸ਼ ਸਿੰਘ ਬਾਦਲ। ਇਹ ਕਿਤਾਬ ਦੇ ਵਿੱਚ ਵੀ KPS ਗੱਲ ਆਪਣੀ ਲਿਖ ਚੁੱਕਿਆ, ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦੀ ਬਹੁਤ ਮਦਦ ਕੀਤੀ। ਇਹ ਦੇਖੋ ਰਬੈਰੋ ਤੇ ਜਦੋਂ ਅਟੈਕ ਹੁੰਦਾ ਰੋਮਾਨੀਆ ਦੇ ਵਿੱਚ, ਉਸ ਤੋਂ ਬਾਅਦ ਰਬੈਰੋ ਨੇ ਕਿਤਾਬ ਲਿਖੀ ਜੀ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਸਿੱਖ ਕੌਮ ਦੇ ਸੰਘਰਸ਼ ਨੂੰ ਫੇਲ ਕਰਨ ਲਈ ਪੁਲਿਸ ਵਾਲਿਆਂ ਨੂੰ ਚੋਲੇ ਪਵਾ ਕੇ, ਲੰਮੇ ਦਾੜੇ ਰਖਾ ਕੇ, ਕੇਸਰੀ ਦਸਤਾਰਾਂ ਪਵਾ ਕੇ ਵਿੱਚ ਵਾੜਿਆ। ਇਸੇ ਤਰ੍ਹਾਂ ਇਹ KPS ਗਿੱਲ ਦੀ ਕਿਤਾਬ ਆ, ਇਸੇ ਤਰ੍ਹਾਂ ਉਹ ਫੌਜ ਮੁਖੀ ਬਰਾੜ ਆ, ਚਾਹੇ ਕੰਟਰੋਵਰਸ਼ੀਅਲ ਕਿਤਾਬ ਆ, ਕਿਤੇ ਨਾ ਕਿਤੇ ਅੰਸ਼ ਜ਼ਰੂਰ ਮਿਲਦੇ ਆ ਜਿਹਦੇ ਵਿੱਚੋਂ ਰਵਾਇਤੀ ਲੀਡਰਾਂ ਦੀਆਂ ਗਦਾਰੀਆਂ ਜ਼ਾਹਰ ਹੁੰਦੀਆਂ ਆ। ਇਸੇ ਤਰ੍ਹਾਂ ਕਿਤਾਬ LK ਅਡਵਾਨੀ ਦੀ ਆ ਜਾਂਦੀ ਆ, ਜਿਹਦੇ ਵਿੱਚ ਉਹਨਾਂ ਨੇ ਆਪਣਾ ਪ੍ਰਭਾਵ ਕਬੂਲ ਕੀਤਾ
ਇਸੇ ਤਰ੍ਹਾਂ ਇਹਨਾਂ ਦੀਆਂ ਰਵਾਇਤੀ ਅਕਾਲੀਆਂ ਦੀਆਂ ਦਸਖਤਾਂ ਕੀਤੀਆਂ ਚਿੱਠੀਆਂ ਮਿਲਦੀਆਂ ਸਰਬਜੀਤ ਸਿੰਘ ਜੀ ਚੰਡੀਗੜ੍ਹ ਮੀਟਿੰਗਾਂ ਦੇ ਵਿੱਚ 1999 ਦੇ ਵਿੱਚ, ਕਿਉਂਕਿ ਮੈਂ ਮਾਫ ਕਰਨਾ ਤੁਹਾਡੀ ਗੱਲ ਵਿੱਚ ਕੱਟ ਰਿਹਾ, ਆਪਣੇ ਕੋਲ ਸਮਾਂ ਬਹੁਤ ਘੱਟ ਰਹੇਗਾ ਪਰ ਹਲੇ ਆਪਣੀ ਗੱਲ ਬਹੁਤ ਜ਼ਿਆਦਾ ਲੰਬੀ, ਕਿਉਂਕਿ ਹਲੇ ਤਾਂ ਅੱਧ ਤੱਕ ਪਹੁੰਚੇ ਆਪਾਂ ਤੇ ਕਿਉਂਕਿ ਜੇ ਦੋ ਪਾਰਟ ਬਣਾਉਣੇ ਤਾਂ ਉਹ ਸੰਗਤਾਂ ਦਾ ਵੀ ਕਿਤੇ ਨਾ ਕਿਤੇ ਜਿਹੜਾ ਨਾ ਆਪਸ ਦੇ ਵਿੱਚ ਤਾਲਮੇਲ ਨਹੀਂ ਬਣਨਾਗਾ, ਇਸ ਕਰਕੇ ਆਪਾਂ ਗੱਲ ਨਿਬੇੜਨੀ ਆ ਥੋੜੇ ਸ਼ੋਰ। ਚਲੋ ਬਹਾਨੇ ਨਾਲ ਕੇਟੀਵੀ ਵਾਲੇ ਦੁਬਾਰਾ ਬੁਲਾ ਲਓ। ਨਹੀਂ ਜ਼ਰੂਰ ਗੱਲ ਕਰਾਂ ਕਿਉਂਕਿ ਆਪਾਂ ਮੈਂ ਇਸੇ ਮੁੱਦੇ ਤੇ ਹੀ ਵਾਪਸ ਆਉਣਾ ਆਪਣਾ ਦਾ 84 ਦੇ ਨਾਲ ਜਿਹੜੀ ਆਪਾਂ ਅੱਗੇ ਗੱਲ ਕਰਕੇ ਤੇ ਆਉਣੀ। ਜਦੋਂ 1999 ਦੇ ਵਿੱਚ 1989 ਦੇ ਸਿਮਰਨਜੀਤ ਸਿੰਘ ਮਾਨ ਜੇਲ੍ਹ ਦੇ ਵਿੱਚ ਰਿਹਾ ਹੁੰਦੇ ਨੇ ਉਦੋਂ 13 ਸੀਟਾਂ ਸੀਗੀਆਂ ਸੰਯੁਕਤ ਜਿਹੜਾ ਅਕਾਲੀ ਦਲ ਸੀ ਉਹਨੂੰ ਜਿੱਤੀਆਂ, ਦੋ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਿੱਤੇ ਸੀਗੇ ਉਹਨਾਂ ਨੂੰ ਵੀ ਪੰਥ ਨੇ ਸਪੋਰਟ ਕੀਤਾ ਸੀਗਾ, ਹਰਭਜਨ ਲਾਖਾ ਜੀ ਤੇ ਦੂਸਰੇ ਦਾ ਨਾਮ ਮੈਨੂੰ ਯਾਦ ਨਹੀਂ। ਇਹ ਫੋਟੋਆਂ ਕਾਫੀ ਹੈਗੀਆਂ ਉਹਨਾਂ ਸਾਰਿਆਂ ਦੇ ਇਕੱਠਿਆਂ ਦੀ। ਦੋ ਕਾਂਗਰਸ ਦੇ ਸੀਗੇ, ਬੀਬੀ ਸਰਬੰਸ ਸੁਖਬੰਸ ਕੌਰ ਭਿੰਡਰ ਸੀ ਗੁਰਦਾਸਪੁਰ ਤੋਂ, ਉਹਨਾਂ ਦੇ ਪਤੀ ਸੀਗੇ ਜਿਨ੍ਹਾਂ ਨੇ ਸ਼ਹੀਦ ਭਾਈ ਸਤਵੰਤ ਸਿੰਘ ਨੂੰ ਪੁਲਿਸ ਚ ਭਰਤੀ ਕਰਾਇਆ ਸੀ। ਬਿਮਲ ਕੌਰ ਵੀ ਸੀਗੇ ਉਹਨਾਂ ਚ ਨਾ, ਉਹ ਤਾਂ ਨੌ ਸੀਗੇ। ਅੱਛਾ ਜੀ। ਉਹਨਾਂ ਦੇ ਵਿੱਚ ਬੀਬੀ ਬਿਮਲ ਕੌਰ ਵੀ ਸੀ, ਸ਼ਹੀਦ ਭਾਈ ਬਿਆਨ ਸਿੰਘ ਦੇ ਪਿਤਾ ਜੀ ਵੀ ਸੀਗੇ ਮਲੋਆ ਸਾਹਿਬ, ਤੇ ਉਹ ਬੀਬੀ ਰਜਿੰਦਰ ਕੌਰ ਬੁਲਾਰਾ ਵੀ ਸੀ, ਅਤਿੰਦਰਪਾਲ ਸਿੰਘ ਵੀ ਸੀ, ਧਿਆਨ ਸਿੰਘ ਮੰਡ ਵੀ ਸੀਗੇ, ਤੇ ਇੱਕ ਉਹ ਸਿੰਘ ਜਗਮੀਤ ਸਿੰਘ ਖੁੱਡੀਆ ਸੀ। 1999 ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਜਿੱਤਦੇ, 1992 ਦੇ ਵਿੱਚ ਫਿਰ ਇਲੈਕਸ਼ਨ ਬਾਈਕਾਟ ਹੁੰਦਾ। ਹਾਂਜੀ। ਉਹ ਇਲੈਕਸ਼ਨ ਬਾਈਕਾਟ ਦੇ ਵਿੱਚ ਜਿਹੜਾ ਬਾਈਕਾਟ ਦੇ ਵਿੱਚ ਆਪਣੇ ਨੁਮਾਇੰਦੇ ਖੜੇ ਸਿਮਰਨਜੀਤ ਸਿੰਘ ਮਾਨ ਹੋਣਾਂ ਨੇ ਅਲੱਗ ਖੜੇ ਕੀਤੇ ਤੇ ਪ੍ਰਕਾਸ਼ ਸਿੰਘ ਬਾਦਲ ਹੋਣਾਂ ਨੇ ਅਲੱਗ। ਉਹ ਪਹਿਲਾਂ ਤਾਂ ਓਬੀਅਸ ਹੀ ਸੀਗਾ ਕਿ ਉਹ ਜਦੋਂ ਸੰਯੁਕਤ ਅਕਾਲੀ ਦਲ ਚੋਂ ਜਿਵੇਂ ਬਾਅਦ ਵਿੱਚ ਹੋਇਆ ਸੀਗਾ ਇਕੱਲੇ ਇਕੱਲੇ ਹੋ ਗਏ ਸੀਗੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਸਾਡਾ ਇਹਨਾਂ ਦੇ ਨਾਲ ਦਾਲ ਨਹੀਂ ਗਲਣੀ। ਕਰਨੇ ਤਾਂ ਅਲੱਗ ਅਲੱਗ ਹੀ ਸੀਗੇ, ਈਵਨ ਬਾਬਾ ਮਾਨੋ ਚਾਹ ਸਾਹਿਬ ਨੇ ਵੀ ਭਾਈ ਮਨਜੀਤ ਸਿੰਘ ਹੋਣਾਂ ਦੀ ਜ਼ਿੰਮੇਵਾਰੀ ਲਾਈ ਸੀਗੀ ਕਿ ਉਮੀਦਵਾਰਾਂ ਦੀ ਭਈ ਕਰਨ ਦੀ, ਪਰ ਅਚਾਨਕ ਫਿਰ ਇਹ ਹਥਿਆਰਬੰਦ ਸੰਘਰਸ਼ ਲੜਨ ਵਾਲੀਆਂ ਧਿਰਾਂ ਵੱਲੋਂ ਇਹ ਸੁਨੇਹਾ ਆ ਗਿਆ ਸੀਗਾ ਕਿ ਅਸੀਂ ਇਸ ਮੁੱਦੇ ਤੇ ਵੀ ਇੱਕ ਦਿਨ ਸਪੈਸ਼ਲ ਗੱਲਬਾਤ ਕਰਨੀ। ਇਲੈਕਸ਼ਨ ਬਾਈਕਾਟ ਦੇ ਕਾਰਨ ਕੀ ਸੀ, ਉਹਦਾ ਨੁਕਸਾਨ ਕੀ ਹੋਇਆ, ਫਾਇਦਾ ਕੀ ਹੋਇਆ, ਕਿਹੜੇ ਕਾਰਨ ਸੀ? ਹਾਂਜੀ, ਦਾਸ ਕਈ ਵਾਰੀ ਅੱਗੇ ਵੀ ਜ਼ਿਕਰ ਕਰ ਚੁੱਕਿਆ ਕਿ ਇਤਿਹਾਸ ਵਿੱਚ ਆਉਂਦੀ ਹੈ ਕੋਈ ਵੀ ਗੱਲ ਕਾਰਨ ਘਟਨਾਵਾਂ ਤੇ ਸਿੱਟੇ ਜੀ, ਕਾਰਨ ਕਿੰਨੇ ਵੀ ਵਧੀਆ ਕਿਉਂ ਨਾ ਹੋਣ, ਘਟਨਾਵਾਂ ਜੋ ਵੀ ਹੋਈਆਂ ਹੋਣ, ਚਾਹੇ ਮਾਨ ਸਾਹਿਬ ਦਾ ਹੋਇਆ ਉਹ ਕਿਰਪਾਨ ਦਾ, ਚਾਹੇ ਇਹ ਬਾਈਕਾਟ ਦਾ ਹੋਇਆ, ਚਾਹੇ ਸੰਤ ਜੀ ਨੂੰ ਸ਼ਹੀਦ ਨਾਲ ਡਿਕਲੇਅਰ ਕਰਦਾ, ਸਿੱਟੇ ਕੌਮ ਦੇ ਹਿੱਤ ਚ ਨਹੀਂ ਨਿਕਲੇ। ਕਿਰਪਾਨ ਵਾਲੇ ਮੁੱਦੇ ਦੀ ਅਸੀਂ ਗੱਲ ਕਰਨੀ ਹੈ। ਇੱਕ ਵਾਰ ਉਹੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਦੇ ਵਿੱਚ ਕਿਰਪਾਨ ਲੈ ਕੇ ਚਲੇ ਜਾਂਦੇ, ਦੂਜੀ ਵਾਰ ਜਿਹੜਾ ਅਕਾਲੀ ਦਲ ਦੇ ਉਹੀ ਨੁਮਾਇੰਦਿਆਂ ਨੂੰ ਰੋਕਿਆ ਜਾਂਦਾ, ਇੱਕ ਪਾਸੇ ਟੌੜੇ ਹੋਣੀ ਸਿਮਰਨਜੀਤ ਸਿੰਘ ਮਾਨ ਨੂੰ, ਉਹਨਾਂ ਨੂੰ ਕਹਿੰਦੇ ਰਹੇ ਕਿ ਤੁਸੀਂ ਕਿਰਪਾਨ ਲੈ ਕੇ ਜਾਣਾ, ਤੇ ਅਗਲੇ ਦਿਨ ਹੀ ਜਦੋਂ ਸਿਮਰਨਜੀਤ ਸਿੰਘ ਮਾਨ ਨੇ ਕਿਰਪਾਨ ਲੈ ਕੇ ਪਾਰਲੀਮੈਂਟ 'ਚ ਪਹੁੰਚਣਾ ਹੁੰਦਾ ਤੇ ਟੌੜਾ ਉਹਨਾਂ ਦਾ ਬਿਆਨ ਆਇਆ ਹੁੰਦਾ ਕਿ ਸਿਮਰਨਜੀਤ ਸਿੰਘ ਮਾਨ ਨੇ ਕਿਹੜਾ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਤਕਾ ਖੇਡਣਾ। ਜਥੇਦਾਰ ਤੌੜ ਸਾਹਿਬ ਦਾ ਮੈਂ ਜ਼ਿਕਰ ਤਾਂ ਹੀ ਕੀਤਾ ਸੀਗਾ, ਇਹ ਦੂਸਰੀ ਦਿੱਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਿੱਤਣ ਤੋਂ ਬਾਅਦ ਸਾਰੇ ਐਮ ਪੀਜ਼ ਨੇ ਜਾਣਾ ਸੀ ਪਾਰਲੀਮੈਂਟ ਵੱਲ ਨੂੰ, ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਆ ਦਿੱਲੀ, ਉੱਥੇ ਮਤਾ ਪਾਇਆ ਗਿਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਆ ਤੇ ਕਿਰਪਾਨ 3.5 ਫੁੱਟੀ ਕਿਰਪਾਨ ਲੈ ਕੇ ਜਾਣਗੇ, ਤੇ ਉਹ ਇਹਨਾਂ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਪੰਥ ਦੇ ਕੀਤੇ ਹੋਏ ਫੈਸਲੇ ਮੁਤਾਬਕ ਜੀ ਵਕੀਲ ਵੀ ਸੀਗੇ ਨਾਲ ਉਸ ਵੇਲੇ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਵੀ ਹੈਗੇ ਆ, ਉਹਨਾਂ ਨੇ ਪੰਥ ਦੇ ਫੈਸਲੇ ਨੂੰ ਪ੍ਰਵਾਨ ਕਰਦੇ ਹੋਏ ਉਹ ਤੇ ਫੁੱਲ ਚੜਾਉਂਦੇ ਹੋਏ ਉਹ ਪਹਿਰਾ ਦਿੱਤਾ, ਤੇ ਇਹੀ ਜਿਹੜੇ ਘਾਗ ਸਿਆਸਤਦਾਨ ਸੀਗੇ ਉਹ ਸਾਰੇ ਪਿੱਛੇ ਹਟ ਗਏ। ਉਹ ਤੇ ਬਿਲਕੁਲ ਉਸੇ ਤਰ੍ਹਾਂ ਕਿ ਜਿਵੇਂ ਇੱਕ ਬੱਚਾ ਆਪਣੇ ਪਿਤਾ ਨੂੰ ਕਹਿੰਦਾ ਸੀ ਮੈਂ ਸਿਆਸਤ ਸਿੱਖਣੀ ਆ, ਤੇ ਪਿਤਾ ਨੇ ਕਿਹਾ ਸੀ ਕੋਠੇ ਤੋਂ ਛਾਲ ਮਾਰ ਦੇ ਮੈਂ ਤੈਨੂੰ ਕੈਚ ਕਰ ਲੂੰਗਾ, ਬਾਅਦ ਚ ਪਿੱਛੇ ਹਟ ਗਿਆ, ਤੇ ਉਹ ਕਹਿੰਦਾ ਇਹ ਕੀ ਹੋਇਆ, ਕਹਿੰਦੇ ਸਿਆਸਤ ਵਿੱਚ ਆਪਣੇ ਸਕੇ ਪਿਤਾ ਤੇ ਵੀ ਵਿਸ਼ਵਾਸ ਨਾ ਕਰੋ, ਇਹ ਕਿਰਦਾਰ ਆ ਅਕਾਲੀ ਦਲ ਦਾ। 1994 ਦੇ ਵਿੱਚ ਦੁਬਾਰਾ ਫਿਰ ਗਠਨ ਹੁੰਦਾ ਅਕਾਲੀ ਦਲ, ਜਦੋਂ ਐਲਾਨਨਾਮਾ ਅੰਮ੍ਰਿਤਸਰ ਦਾ ਹੁੰਦਾ ਕਿ ਜਾਂ ਉਹ ਸਿਰਫ ਐਲਾਨਨਾਮਾ ਸੀ ਕਿ ਦੁਬਾਰਾ ਅਕਾਲੀ ਦਲ ਦਾ ਗਠਨ? ਨਹੀਂ, ਉਸ ਵੇਲੇ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਜੀ ਸੀਗੇ, ਇਸ ਤੋਂ ਪਹਿਲਾਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਜਥੇਦਾਰ ਸੀਗੇ, ਉਹ ਵੀ ਏਕਤਾ ਦੀ ਕੋਸ਼ਿਸ਼ ਕਰ ਚੁੱਕੇ ਸੀਗੇ। ਕੈਪਟਨ ਅਮਰਿੰਦਰ ਸਿੰਘ ਵੀ ਉਸ ਐਲਾਨਨਾਮੇ ਦੇ ਵਿੱਚ? ਹਾਂਜੀ, ਇਹ 1 ਮਈ 1994 ਨੂੰ ਦੁਬਾਰਾ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਸਾਰਿਆਂ ਨੂੰ ਕਿਹਾ ਸੀ ਆਪੋ ਆਪਣੇ ਦਲ ਭੰਗ ਕਰਕੇ ਧੜੇ ਭੰਗ ਕਰਕੇ। ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਭਾਈ ਅਮਰੀਕ ਸਿੰਘ ਉਹਨਾਂ ਦੇ ਭਰਾ ਕੇ ਹੋਰ ਪ੍ਰੋਫੈਸਰ? ਨਹੀਂ, ਉਹ ਪ੍ਰੋਫੈਸਰ ਮਨਜੀਤ ਸਿੰਘ, ਕਿਉਂਕਿ ਆਪਾਂ ਨੂੰ ਤਾਂ ਪਤਾ ਮੈਂ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰਨਾ ਉਹ ਸਾਂਝੇ ਉਹ ਪ੍ਰੋਫੈਸਰ ਮਨਜੀਤ ਸਿੰਘ ਭਾਈ ਮਨਜੀਤ ਸਿੰਘ ਨਹੀਂ, ਉਹ ਅਲੱਗ ਆ, ਉਹ ਤੇ ਮੈਂਬਰ ਦੇ ਇੱਕ ਆਪਣੇ ਧੜੇ ਦੇ ਤੌਰ ਤੇ ਸ਼ਾਮਲ ਹੋਏ ਸੀਗੇ। ਇਹ ਸਿੱਖ ਕੌਮ ਦੀ ਤਰਾਸਦੀ ਆ ਕਿ ਡਾਕਟਰ ਤੇ ਪ੍ਰੋਫੈਸਰ ਬਹੁਤਿਆਂ ਦੇ ਨਾਂ ਨਾਲ ਮਿਲ ਜਾਂਦਾ, ਇਹ ਤਸਦੀਕ ਨਹੀਂ ਹੁੰਦੀ ਕਿ ਡਿਗਰੀ ਕਿਹਦੇ ਕੋਲ ਆ। ਉਹ ਪ੍ਰੋਫੈਸਰ ਮਨਜੀਤ ਸਿੰਘ ਕਾਰਜਕਾਰੀ ਜਥੇਦਾਰ ਸੀਗੇ, ਸਾਰਿਆਂ ਨੇ ਆਪਣੇ ਦਲ ਭੰਗ ਕਰਤੇ ਸੀ ਸਿਵਾਏ ਬਾਦਲ ਤੋਂ,
ਜਦੋਂ ਇਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਤਲਬ ਕੀਤਾ ਸੀ ਪ੍ਰੋਫੈਸਰ ਮਨਜੀਤ ਸਿੰਘ ਨੇ, ਫਿਰ ਇਹ ਤਕਰੀਬਨ 5,000 ਦੇ ਕਰੀਬ ਆਪਣੇ ਵਰਕਰਾਂ ਨੂੰ ਲੈ ਕੇ ਗਏ ਸੀਗੇ ਤੇ ਉਹਨਾਂ ਦੇ ਮਕਾਨ ਤੇ ਇਹਨਾਂ ਨੇ ਇੱਕ ਤਰ੍ਹਾਂ ਨਾਲ ਧਾਵਾ ਹੀ ਬੋਲਤਾ ਸੀ ਤੇ ਉਹਨਾਂ ਨੂੰ ਬਾਥਰੂਮ ਚ ਅੰਦਰੋਂ ਕੁੰਡੀ ਮਾਰ ਕੇ ਤੇ ਜਾਨ ਬਚਾਉਣੀ ਪਈ ਸੀਗੀ। ਤੇ ਜਿਹੜੇ ਸਮੇਂ ਸਮੇਂ ਤੇ ਕਹਿੰਦੇ ਆ ਕਿ ਜਥੇਦਾਰ ਸਾਹਿਬ ਦਾ ਸਤਿਕਾਰ ਕਰੋ ਮਾਣ ਕਰੋ ਤੇ ਗਾਲਾਂ ਕੱਢੀਆਂ ਗਈਆਂ ਤੇ ਧੱਕੇ ਮਾਰੇ ਗਏ ਦਰਵਾਜ਼ਿਆਂ ਨੂੰ, ਜਾਨ ਬਚਾਈ ਉਹਨਾਂ ਨੇ। 1995 ਦੇ ਵਿੱਚ ਜਦੋਂ ਬੇਅੰਤਾ ਦਾ ਕਤਲਕਾਂਡ ਹੁੰਦਾ ਹੈ ਪੰਜਾਬ ਦੇ ਮੁੱਖ ਮੰਤਰੀ ਦਾ, ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਹੋਣੀ ਦੁਬਾਰਾ ਫਿਰ ਆਉਂਦੇ ਨੇ ਸਿਆਸਤ ਦੇ ਵਿੱਚ ਤੇ ਜੇਤੂ ਹੁੰਦੇ ਨੇ। ਜਿਵੇਂ ਸਿੱਖ ਰਵਾਇਤਾਂ ਦੇ ਵਿੱਚ ਚਾਹੇ ਮੱਸਾ ਰੰਗੜ ਜਾਂ ਕਿਸੇ ਦਾ ਜ਼ਿਕਰ ਆਉਂਦਾ, ਇਸੇ ਤਰ੍ਹਾਂ ਇਹ ਮੁੱਖ ਮੰਤਰੀ ਆਪਣੀ ਕਰਨੀ ਦਾ ਫਲ ਉਹਨਾਂ ਨੂੰ ਮਿਲਿਆ ਜੀ। ਹਾਂਜੀ, ਤੇ ਉਹ ਹਾਂਜੀ ਇਹ ਪ੍ਰਕਾਸ਼ ਸਿੰਘ ਬਾਦਲ ਹੋਣੀ ਪਾਵਰ ਦੇ ਵਿੱਚ ਆਉਂਦੇ 1995 ਜਦੋਂ ਇਹਨਾਂ ਨੇ ਮੋਗੇ ਦੇ ਵਿੱਚ ਐਲਾਨ ਕੀਤਾ ਸੀ ਜਿੱਤਣ ਤੋਂ ਬਾਅਦ 1997 ਦੇ ਵਿੱਚ ਕੀਤਾ ਐਲਾਨ, ਫਰਵਰੀ 1997 ਜੀ ਪ੍ਰਕਾਸ਼ ਸਿੰਘ ਬਾਦਲ। ਫਿਰ ਇਹਨਾਂ ਨੇ 1999 ਦੇ ਵਿੱਚ ਜਦੋਂ ਇੱਕ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦਾ ਇਹ ਪਹਿਲਾਂ ਉਹਨਾਂ ਨੇ ਇਸ਼ੂ ਚੱਕਿਆ ਸੀਗਾ ਪੁਰਾਣੇ ਸਮੇਂ ਦੇ ਵਿੱਚ 1937-1927 ਦੇ ਨੇੜੇ ਕਿ ਬਈ ਪਰ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਦਾ ਸੋਰੀ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੋਵੇਗਾ ਉਹ SGPC ਦੇ ਇਲੈਕਸ਼ਨਾਂ 'ਚ ਕੋਈ ਦੇਖ ਰੇਖ ਨਹੀਂ ਹੋਣੀ ਚਾਹੀਦੀ, ਕੋਈ ਉਹਨਾਂ ਦੀ ਇਨਵੋਲਵਮੈਂਟ ਨਹੀਂ ਹੋਈ। ਪਰ ਇਹੀ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਦੇ ਉੱਤੇ ਜਥੇਦਾਰ ਰਣਜੀਤ ਸਿੰਘ ਉਹਨਾਂ ਨੂੰ ਉਦੋਂ ਪੰਥ ਦੇ ਵਿੱਚ ਜਿਹਨਾਂ ਨੂੰ ਜਥੇਦਾਰ ਚੁਣਿਆ ਗਿਆ ਸੀਗਾ ਉਸ ਜਥੇਦਾਰੀ ਤੋਂ ਲਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਅਹੁਦੇਦਾਰ ਕਿਹਾ ਸੀਗਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਅਹੁਦੇਦਾਰੀ ਨਾ ਲਵੇ, ਮੈਂਬਰ ਚੋਣ ਲੜ ਸਕਦਾ, ਅਹੁਦੇਦਾਰ ਉੱਧਰ ਅਹੁਦੇਦਾਰੀ ਨਾ ਲਵੇ। ਹਾਂਜੀ, ਤੇ ਜਥੇਦਾਰ ਕਿਉਂਕਿ ਜਥੇਦਾਰ ਰਣਜੀਤ ਸਿੰਘ ਜੀ ਨੂੰ ਇਹਨਾਂ ਨੇ ਉਹ ਭਾਈ ਜਦੋਂ ਟੌੜੇ ਦੇ ਨਾਲ ਇਹ ਅਲੱਗ ਥਲੱਗ ਹੋਏ 1999 ਵਿੱਚ, ਉਹ ਏਕਤਾ ਦੀਆਂ ਅਪੀਲਾਂ ਕਰਦੇ ਸੀਗੇ ਇਹਨਾਂ ਨੂੰ, ਤੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਜਿਹੜਾ ਜਨਸੰਘ ਦੇ ਏਜੰਡੇ ਤੋਂ ਲਾਂਭੇ ਲਿਜਾਵੇ। ਸਰਬਜੀਤ ਸਿੰਘ ਜੀ, ਸਾਡੇ ਕੋਲ ਸਮਾਂ ਰਹਿ ਗਿਆ 2 ਮਿੰਟ ਦਾ, 2 ਮਿੰਟ ਦੇ ਵਿੱਚ ਆਪਾਂ ਗੱਲ ਕਰਨੀ ਆ ਅਕਾਲੀ ਦਲ ਜਿਹੜਾ ਸੀਗਾ, 2 ਧੜੇ ਉਸ ਤੋਂ ਬਾਅਦ ਬਣੇ ਇਸ ਟਾਈਮ, ਇੱਕ ਅਕਾਲੀ ਦਲ ਬਾਦਲ ਦਲ ਹੈ ਤੇ ਦੂਸਰਾ ਜਿਹੜਾ ਧੜਾ ਹੈਗਾ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦਾ, ਜਿਹੜਾ ਖਾਲਸਾ ਰਾਜ ਦੀ ਪ੍ਰਾਪਤੀ ਦੀ ਗੱਲ ਕਰਦਾ, ਖਾਲਿਸਤਾਨ ਦੀ ਗੱਲ ਕਰਦਾ। ਦੋਹੇ ਅਕਾਲੀ ਦਲ, ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਜਿਹੜਾ ਉਹ ਵੀ ਨਹੀਂ ਜਿੱਤਿਆ ਤੇ ਦੂਸਰਾ ਅਕਾਲੀ ਦਲ ਵੀ ਨਹੀਂ ਜਿੱਤਿਆ। ਅੱਜ ਅਕਾਲੀ ਦਲ ਦੀ ਸਥਿਤੀ ਕੀ ਹੈ? ਜੇ ਇਸ ਅਕਾਲੀ ਦਲ ਨੂੰ ਮੁੜ ਪਾਵਰ ਦੇ ਵਿੱਚ ਲਿਆਉਣਾ ਹੋਵੇ ਤਾਂ ਸਿੱਖ ਸੰਗਤਾਂ ਨੂੰ, ਨੌਜਵਾਨਾਂ ਨੂੰ ਕੀ ਕਰਨਾ ਪਊਗਾ? ਸਭ ਤੋਂ ਪਹਿਲਾਂ ਤਾਂ ਉਹ 1995 ਮੁਤਾਬਕ ਉਹਨੂੰ ਦਾਸ ਅਕਾਲੀ ਦਲ ਕਹਿੰਦਾ ਨਹੀਂ, ਉਹ ਆਪ ਪੰਜਾਬ ਪਾਰਟੀ ਬਣੇ ਆ। ਤੇ ਇਹ ਇਸ ਵਾਰੀ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਪ੍ਰਭਾਵ ਸੀਗਾ ਤੇ ਇੰਟੈਲੀਜੈਂਸ ਏਜੰਸੀਆਂ ਦੇ ਸਰਵੇ ਸੀਗੇ ਕਿ ਉਹੀ ਪਾਵਰ 'ਚ ਆਊਗੇ। ਉਹਨਾਂ ਨੇ ਫਿਰ ਕਾਂਗਰਸ ਤੇ ਇਹ ਬਾਦਲ ਦਲ ਦੀ ਮੀਟਿੰਗ ਕਰਾਈ ਆ ਤੇ ਉਹਨਾਂ ਨੇ ਕਿਹਾ ਕਿ ਇਹ ਨਵੀਂ ਪਾਰਟੀ ਆ ਤੇ ਕਰਪਸ਼ਨ ਦੇ ਮੁੱਦੇ ਤੇ ਇਹਨਾਂ ਨੇ ਦੋਨਾਂ ਪਾਰਟੀਆਂ ਦੇ ਟੰਗ ਦੇਣੇ ਤੇ ਬਹੁਤ ਸਾਰੇ ਏਜੰਸੀਆਂ ਦੇ ਜਾਂ ਅਫਸਰਸ਼ਾਹੀ ਦੇ ਵੀ ਬੰਦੇ ਹੁੰਦੇ ਆ ਕਰਪਟ, ਵੀ ਫਸੇ ਰਵਾਂਗੇ, ਤੁਸੀਂ ਮਦਦ ਕਰੋ ਕਾਂਗਰਸ ਦੀ ਤਾਂ ਕਿ ਉਹ ਵੀ ਦਾਗੀ ਤੇ ਤੁਸੀਂ ਵੀ ਦਾਗੀ, ਤੁਹਾਡੇ 'ਤੇ ਕਾਰਵਾਈ ਨਾ ਕਰਨਗੇ। ਤੇ ਇਹ ਬਾਦਲ ਦਲ ਨੇ ਉਹਨਾਂ ਤੋਂ ਇਹ ਮੰਗ ਰੱਖੀ ਸੀਗੀ ਕਿ ਜਦੋਂ ਸਾਨੂੰ ਇਹ ਕਲੀਅਰ ਹੀ ਲੱਗਦਾ ਕਿ ਅਸੀਂ ਵਿਧਾਨ ਸਭਾ ਜਿੱਤ ਨਹੀਂ ਸਕਦੇ ਤੇ ਸਾਡੀ ਇਹ ਸ਼ਰਤ ਹੈ ਕਿ ਆਉਣ SGPC ਤੇ ਸਾਡਾ ਗ੍ਰਿਪ ਰੱਖਣ ਵਿੱਚ ਇਹ ਸਾਡੀ ਮਦਦ ਕਰ। ਆਉਣ ਵਾਲੇ ਸਮੇਂ ਦੇ ਵਿੱਚ ਜੇ ਅਕਾਲੀ ਦਲ ਨੂੰ ਸੁਰਜੀਤ ਕਰਨਾ ਹੋਵੇ, ਆਪਣੇ ਕੋਲ ਸਿਰਫ 30 ਸਕਿੰਟ ਰਹੇ, ਆਉਣ ਵਾਲੇ ਸਮੇਂ ਵਿੱਚ ਜੇ ਸੁਰਜੀਤ ਕਰਨਾ ਹੋਵੇ, ਸਭ ਤੋਂ ਪਹਿਲਾਂ ਤਾਂ ਵਰਲਡਵਾਈਡ ਬੈਠੀ ਜਿਹੜੀ ਸਿੱਖ ਕੌਮ ਆ, ਸਿੱਖ ਕੌਮ ਦੀਆਂ ਜਥੇਬੰਦੀਆਂ ਸਾਂਝੀਆਂ, ਜਿਵੇਂ ਇੱਥੇ ਸਿੱਖ ਕੌਂਸਲ ਆ, ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਵਿੱਚ 170 ਮੈਂਬਰਾਂ ਨੂੰ ਆਪ ਮਤਲਬ ਮਾਰਕ ਕਰਨ, ਚਾਹੇ ਕਿਸੇ ਵੀ ਪਾਰਟੀ ਦੇ ਹੋਣ, ਗੁਰਸਿੱਖ ਪਹਿਰਾ ਦੇਣ ਵਾਲੇ ਉਹਨਾਂ ਨੂੰ ਮਾਰਕ ਕਰਕੇ SGPC ਤੇ ਕੰਟਰੋਲ ਕਰਨ, SGPC ਤੇ ਕੰਟਰੋਲ ਕਰਨ ਤੋਂ ਬਾਅਦ 5 ਤਖ਼ਤ ਆਜ਼ਾਦ ਹੋਣ, 5 ਤਖ਼ਤਾਂ ਤੇ ਤਖ਼ਤ ਸਰਬੱਤ ਖਾਲਸਾ ਦੀ ਮਰਿਆਦਾ ਦੇ ਮੁਤਾਬਕ ਚੁਣੇ ਗਏ ਜਥੇਦਾਰ ਬੈਠੇ ਹੋਣ, ਫਿਰ ਉਹ ਜਥੇਦਾਰ ਪੂਰੀ ਕੌਮ ਨੂੰ ਕੌਲ ਦੇਣ ਸਾਰੇ ਭੰਗ ਕਰਨ ਦੀ, ਫਿਰ ਇੱਕ ਅਕਾਲੀ ਦਲ, ਇੱਕ ਯੂਥ ਦਲ, ਇੱਕ ਸਟੂਡੈਂਟ ਫੈਡਰੇਸ਼ਨ ਬਣੇ, ਫਿਰ ਕੌਮ ਦੀ ਭਵਿੱਖ ਦੀ ਤਸਵੀਰ ਉੱਭਰ ਕੇ ਸਾਹਮਣੇ ਆ ਸਕਦੀ ਆ। ਜੇ ਵਰਲਡਵਾਈਡ ਬੈਠੇ ਸਿੱਖਾਂ ਨੇ ਆਪਣਾ ਇਹ ਫਰਜ਼ ਨਹੀਂ ਪਛਾਣਨਾ ਸਿਰਫ ਨਗਰ ਕੀਰਤਨ ਜਾਂ ਜੋੜ ਮੇਲੇ ਜਾਂ ਇਹਨਾਂ ਤੱਕ ਸੀਮਤ ਰਹਿਣਾ ਆ ਤੇ ਇਤਿਹਾਸਕ ਇਹ ਕ੍ਰਾਂਤੀਕਾਰੀ ਰੋਲ ਨਹੀਂ ਨਿਭਾਉਣਾ ਤਾਂ ਫਿਰ ਬਹੁਤੀ ਆਸ ਨਹੀਂ ਕਰਨੀ ਚਾਹੀਦੀ। ਦਰਸ਼ਕੋ, ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ, ਗੱਲਾਂ ਤਾਂ ਬਹੁਤ ਕਰਨ ਵਾਲੀਆਂ ਸੀ ਇਤਿਹਾਸ ਦੇ ਨਾਲ, ਪਰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ। ਜਿਹੜਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿਸੇ ਟਾਈਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਦੇ ਲਈ ਬਣਿਆ ਸੀ, ਅੱਜ ਉਹੀ ਅਕਾਲੀ ਦਲ ਨੂੰ ਮਾਰ ਪਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਾਰਨ, ਕਿਉਂਕਿ ਉਹਨਾਂ ਨੇ ਦੋਸ਼ੀ ਨਹੀਂ ਫੜੇ। ਦੋਸ਼ੀ ਭਲਾ ਪਿੱਛੇ ਕੋਈ ਸੀ? ਸਮੇਂ ਦੀ ਸਰਕਾਰ ਦਾ ਜਿਹੜਾ ਸੀਗਾ ਉਹ ਫਰਜ਼ ਬਣਦਾ ਸੀ ਕਿ ਦੋਸ਼ੀਆਂ ਨੂੰ ਪਛਾਣਨਾ, ਉਹਨਾਂ ਨੂੰ ਸਜ਼ਾ ਦੇਣੀ। ਇਸ ਅਕਾਲੀ ਦਲ ਦਾ ਗ੍ਰਾਫ ਕਿੱਥੋਂ ਸ਼ੁਰੂ ਹੋਇਆ ਸੀ, ਕਿੱਥੇ ਆ ਕੇ ਖੜਾ ਹੋ ਗਿਆ, ਕਿਉਂ ਲੋਕਾਂ ਦੇ ਦਿਲਾਂ ਦੇ ਵਿੱਚ ਅਕਾਲੀ ਦਲ ਦੇ ਪ੍ਰਤੀ ਅੱਜ ਨਫ਼ਰਤ ਹੈ, ਅਤੇ ਕਿਵੇਂ ਅਕਾਲੀ ਦਲ ਨੂੰ ਸੁਰਜਿਤ ਕਰਨਾ ਹੈ? ਕਿਉਂਕਿ ਸਾਡੀ ਸਭ ਦਾ ਫਰਜ਼ ਬਣਦਾ ਹੈ, ਅਸੀਂ ਅਕਾਲੀ ਹਾਂ,
ਸਾਡੇ ਵੱਡ ਵਡੇਰੇ ਅਕਾਲੀ ਸੀ ਅਤੇ ਅਸੀਂ ਆਉਣ ਵਾਲੇ ਸਮੇਂ ਤੱਕ ਜਿੰਨਾ ਚਿਰ ਸਾਹ ਨੇ ਅਕਾਲੀ ਰਹਾਂਗੇ, ਅਕਾਲੀ ਹੋਣ 'ਤੇ ਮਾਣ ਪ੍ਰਾਪਤ ਕਰਾਂ। ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਕਿ ਮੈਂ ਅਕਾਲੀ ਹਾਂ, ਮੈਂ ਅਕਾਲੀ ਨਹੀਂ, ਮੈਂ ਅਕਾਲ ਪੁਰਖ 'ਚ ਵਿਸ਼ਵਾਸ ਰੱਖਣ ਵਾਲਾ ਅਕਾਲੀ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਵੇਂ ਗੈਸਟ ਦੇ ਨਾਲ, ਨਵੇਂ ਇਤਿਹਾਸ ਦੇ ਨਾਲ ਅਤੇ ਨਵੀਂ ਕਿਸੇ ਹੋਰ ਚੀਜ਼ ਦੇ ਨਾਲ, ਕਿਉਂਕਿ ਜਿਹੜੀ ਚੀਜ਼ ਹੁੰਦੀ ਹੈ ਚੀਜ਼ ਟੋਪਿਕ ਦੇ ਨਾਲ, ਟੋਪਿਕ 'ਤੇ ਅਸੀਂ ਗੱਲਾਂ ਕਰਾਂਗੇ, ਉਸ ਟੋਪਿਕ ਦੇ ਨਾਲ ਫਿਰ ਇੱਕ ਨਵੇਂ ਸਮੇਂ ਦੇ ਨਾਲ ਆਪ ਸਭ ਦੇ ਰੂਬਰੂ ਹੋਵਾਂਗੇ। ਜੇ ਸਾਡੇ ਦੋਹਾਂ ਕੋਲੋਂ ਕਿਸੇ ਦੇ ਖਿਲਾਫ਼ ਕੋਈ ਗੱਲ ਕਹੀ ਗਈ ਹੋਵੇ ਅਣਜਾਣੇ ਦੇ ਵਿੱਚ, ਤਾਂ ਸਾਨੂੰ ਜਿਹੜੇ ਆ ਉਹ ਮਾਫ਼ ਦੇਣਾ, ਸਾਡੇ ਬਚਨ ਸਾਡੇ ਪੱਲੇ ਪਾ ਦੇਣਾ। ਅਤੇ ਜੋ ਵੀ ਹੈ ਸਾਡਾ ਪ੍ਰੋਗਰਾਮ ਹੈ, ਇਹ ਸਾਡੇ ਦੋਹਾਂ ਵੀਰਾਂ ਦੀ ਜ਼ਿੰਮੇਵਾਰੀ ਹੈ ਅਤੇ ਬਾਕੀ ਸਾਰੇ ਜਿਹੜੇ ਸਾਡੇ ਵਿਚਾਰ ਨੇ ਅਤੇ KTV ਦੀ ਟੀਮ ਦੇ ਵੱਲੋਂ ਆਪ ਸਭ ਦਾ ਧੰਨਵਾਦ। ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਮਿਲਾਂਗੇ। ਤਦ ਤੱਕ ਲਈ ਸਾਡੀ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।